ਨੇ ਪਰਮਜੀਤ ਸਿੰਘ ਬਾੜ ਸਾਹਿਬ ਦੇ ਨਾਲ। ਸੋ ਕੁੰਡੀਆਂ ਮੇਲਦੇ ਹੋਏ ਗੱਲ ਨੂੰ ਅੱਗੇ ਤੋਰਾਂਗੇ। ਸਾਡੇ ਪ੍ਰੋਗਰਾਮ ਦੇ ਸਪਾਂਸਰ ਸੱਜਣ ਨੇ ਬਾਈ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੁੱਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀ। ਪਰਮਜੀਤ ਸਿੰਘ ਬਾੜ ਸਾਹਿਬ ਆਪਣੇ ਨਾਲ ਹਾਜ਼ਰ ਤੇ ਬਾੜ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਜੀ ਬਾੜ ਸਾਹਿਬ ਜੀ, ਬਹੁਤ ਮਿਹਰਬਾਨੀ ਜੁੜਨ ਦੇ ਵਾਸਤੇ, ਧੰਨਵਾਦ ਜੀ। ਤੇ ਖਬਰਸਾਰ ਦੀ ਸਾਂਝ ਬਾੜ ਸਾਹਿਬ ਆਪਾਂ ਪਾਈਏ ਤੇ ਵੱਡੀ ਖਬਰ ਜਿਹੜੀ ਆ ਇਸ ਵਕਤ ਸਾਡੇ ਕੋਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਹੋਰੇ ਪ੍ਰਗਟ ਹੋਏ ਨੇ ਜਨਤਾ ਚ। ਸੁਖਨੈਬ ਜੀ, ਜਦੋਂ ਪਿਛਲੇ ਦਿਨੀ ਹੜ ਆਇਆ ਜੀ, ਬਹੁਤ ਲੋਕਾਂ ਨੂੰ ਉਮੀਦ ਸੀ ਕਿ ਹੜ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਵੀ ਆਉਣਗੇ, ਬਾਹ ਫੜਨਗੇ। ਕਣਕ ਨੂੰ ਅੱਗ ਲੱਗਦੀ ਸੀ, ਨੁਕਸਾਨ ਹੁੰਦਾ ਸੀ ਤਾਂ ਸਿੱਧੂ ਸਾਹਿਬ ਆਉਂਦੇ ਸੀ। ਇਹਦੇ ਤੋਂ ਬਿਨਾਂ ਜਦੋਂ ਅੱਗ ਬੁਝਾਊ ਅਮਲੇ ਦੇ ਕੁਝ ਇੱਕ ਮੈਂਬਰ ਨੁਕਸਾਨੇ ਗਏ, ਜ਼ਖਮੀ ਹੋ ਗਏ, ਸਿੱਧੂ ਸਾਹਿਬ ਆਏ। ਸ਼ਹੀਦ ਆਜ਼ਮ ਭਗਤ ਸਿੰਘ ਦੇ ਘਰ ਦਾ ਬਿਜਲੀ ਦਾ ਬਿੱਲ ਦੇਣ ਵਾਲਾ ਸੀ, ਸਿੱਧੂ ਸਾਹਿਬ ਆਏ। ਹੋਰ ਕਈ ਮੁੰਦੇ ਨੇ, ਨੁਕਤੇ ਨੇ, ਜਿੱਥੇ ਜਿੱਥੇ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਜ਼ਰੂਰ ਅੱਪੜਦੇ ਨੇ। ਹੁਣ ਅੱਪੜੇ ਤਾਂ ਹੈ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਉਹ ਕਿੱਥੇ ਕੱਪੜਦੇ ਆ। ਆਪਣੇ ਘਰੇ ਚਲੇ ਗਿਆ ਸੀ ਅਸਤੀਫਾ ਦੇ ਕੇ ਜੀ, ਅਸਤੀਫਾ ਦੇ ਕੇ ਘਰੇ ਚਲੇ ਗਿਆ। ਅੰਮ੍ਰਿਤਸਰ ਫਰਨੀਚਰ ਵਗੈਰਾ ਚੱਕ ਲਿਆ ਕਿ ਮੇਰੀ ਕਪਤਾਨ ਸਾਹਿਬ ਨਾਲ ਬਣਦੀ ਨੀ ਜੀ, ਮੈਂ ਚਾਹੁੰਦਾ ਕਿ ਭਾਈ ਬੰਦੇ ਚੱਕ ਚੱਕ ਕੇ ਅੰਦਰ ਦੇ ਦਿਓ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਤੇ ਬੰਦੇ ਸਾਡੇ ਸੈਟਿੰਗ ਸੈਟਿੰਗ ਖੇਡੀ ਜਾਂਦੇ ਆ। ਜਦੋਂ ਇਹ ਗੱਲਾਂ ਬਾਤਾਂ ਕਹੀਆਂ ਤਾਂ ਕਪਤਾਨ ਨੇ ਵੀ ਮੂਹਰਿਓਂ ਕਹਿ ਦਿੱਤਾ ਸੀ ਕਿ ਭਾਈ ਸ਼ਹਿਰਾਂ ਦੇ ਵਿੱਚੋਂ ਕਾਂਗਰਸ ਪਾਰਟੀ ਹਾਰੀ ਆ ਤੇ ਹਾਰੀ ਇਸ ਕਰਕੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਨੇ ਚੰਗੇ ਤਰੀਕੇ ਜਿਹੜਾ ਉਹ ਕੰਮ ਨਹੀਂ ਜੇ ਕੀਤਾ। ਠੀਕ ਹੈ, ਹੁਣ ਕੰਮ ਜੇ ਨਹੀਂ ਕੀਤਾ ਚੰਗੇ ਤਰੀਕੇ ਤਾਂ ਫਿਰ ਤੁਹਾਨੂੰ ਪਤਾ ਹੋ, ਤੁਸੀਂ ਮੁੱਖ ਮੰਤਰੀ ਹੋ, ਮੰਤਰੀ ਸੀ ਪਰ ਅਗਲਾ ਅਸਤੀਫਾ ਦੇ ਗਿਆ। ਹੁਣ ਜਦੋਂ ਨਹੀਂ ਸੀ ਆਪਣੇ ਨਵਜੋਤ ਸਿੰਘ ਸਿੱਧੂ ਤਾਂ ਬਹੁਤੇ ਲੋਕਾਂ ਨੂੰ ਲੱਗਣ ਲੱਗ ਪਿਆ ਸੀ ਕਿ ਸਿੱਧੂ ਸਾਹਿਬ ਹੁਣ ਰਾਜਨੀਤਿਕ ਪਾਰੀ ਜਿਹੜੀ ਹੈ ਖਤਮ ਤਕਰੀਬਨ ਕਰ ਚੁੱਕੇ ਆ। ਬਹੁਤ ਸਾਰੇ ਲੋਕਾਂ ਨੂੰ ਲੱਗਾ ਸੀ ਕਿ ਨਵਜੋਤ ਸਿੰਘ ਸਿੱਧੂ ਕੋਲ ਸ਼ਾਇਦ ਹੁਣ ਕੋਈ ਬਦਲ ਕੋਈ ਆਪਸ਼ਨ ਬਾਕੀ ਨਹੀਂ ਬਚੀ। ਲੋਕਾਂ ਨੇ ਇੱਦਾਂ ਵੀ ਸੋਚਣਾ ਵਿਚਾਰਨਾ ਸ਼ੁਰੂ ਕਰ ਦਿੱਤਾ ਸੀ ਕਿ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਹੁਣ ਸਿਆਸੀ ਸਟੇਜਾਂ ਦੀ ਥਾਂ ਟੀਵੀ ਦੀਆਂ ਸਟੇਜਾਂ ਦੇ ਉੱਤੇ ਵੱਧ ਨਜ਼ਰ ਆਉਣ, ਕੋਈ ਨਵਾਂ ਪ੍ਰੋਗਰਾਮ ਸ਼ੁਰੂ ਹੋ ਸਕਦਾ। ਕਿਉਂਕਿ ਲੋਕਾਂ ਦੇ ਲਈ ਹੈਰਾਨੀ ਦੀ ਗੱਲ ਇਹ ਵੀ ਸੀ ਕਿ ਅੱਜ ਤੱਕ ਕਦੇ ਵੀ ਨਾ ਨਵਜੋਤ ਸਿੰਘ ਸਿੱਧੂ ਤੇ ਨਾ ਕਦੇ ਡਾਕਟਰ ਨਵਜੋਤ ਕੌਰ ਸਿੱਧੂ ਇਹ ਦੋਵੇਂ ਜਣੇ ਇੰਨਾ ਲੰਬਾ ਸਮਾਂ ਚੁੱਪ ਨਹੀਂ ਸੀ ਰਹੇ। ਹੁਣ ਤਾਂ 3 ਮਹੀਨੇ ਹੋ ਗਏ, 3 ਮਹੀਨਿਆਂ ਦੇ ਵਿੱਚ ਇਹਨਾਂ ਨੇ ਪੱਤਰਕਾਰ ਭਾਈਚਾਰੇ ਦੇ ਨਾਲ ਕੋਈ ਸਾਂਝ ਹੀ ਨਹੀਂ ਪਾਈ, ਕੋਈ ਆਪਣੇ ਦਿਲ ਦੀ ਗੱਲ ਦੱਸੀ ਨਹੀਂ, ਇਹ ਚਰਚਾ ਕੀਤਾ ਹੀ ਨਹੀਂ ਕਿ ਭਾਈ ਉਹਨਾਂ ਦਾ ਭਵਿੱਖ ਦੇ ਵਿੱਚ ਪਲਾਨ ਕੀ ਆ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਜਿਹੜਾ ਕੋਈ ਬੰਦਾ ਇਹਨਾਂ ਨੂੰ ਮਿਲਣ ਦੇ ਲਈ ਘਰੇ ਆਉਂਦਾ ਉਹਨੂੰ ਮਿਲਦੇ ਵੀ ਆ, ਚਾਹ ਪਾਣੀ ਵੀ ਪਿਆਉਂਦੇ ਆ, ਉਹਦੇ ਨਾਲ ਵਿਚਾਰਾਂ ਵੀ ਕਰਦੇ ਆ। ਤੇ ਜੇ ਕੋਈ ਇਹ ਕਹਿੰਦਾ ਕਿ ਦੱਸੋ ਸਿਆਸੀ ਤੌਰ ਦੇ ਉੱਤੇ ਅਗਲਾ ਪ੍ਰੋਗਰਾਮ ਕੀ ਹੈ, ਤਾਂ ਸਿੱਧੂ ਸਾਹਿਬ ਇੱਕੋ ਹੀ ਗੱਲ ਕਹਿ ਦਿੰਦੇ ਆ ਕਿ ਭਾਈ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ। ਜੇ ਕਾਂਗਰਸ ਪਾਰਟੀ ਮਜ਼ਬੂਤ ਹੈ ਤਾਂ ਸਮਝ ਲਓ ਕਿ ਸਭ ਕੁਝ ਠੀਕ ਹੈ, ਪਰ ਆਪਣੇ ਮੂੰਹੋਂ ਕਦੇ ਵੀ ਇਹ ਨਹੀਂ ਕਹਿੰਦੇ ਕਿ ਆਉਣ ਵਾਲੇ ਸਮੇਂ 'ਚ ਆਪਾਂ ਕੁਝ ਕਰਨਾ। ਪਿਛਲੇ ਸਮੇਂ ਨਵਜੋਤ ਸਿੱਧੂ ਇੱਕ ਵਾਰੀ ਪਹਿਲਾਂ ਵੀ ਬਾਹਰ ਆਏ ਸੀ ਜਦੋਂ ਸਟਰੀਟ ਲਾਈਟਾਂ ਦਾ ਉਦਘਾਟਨ ਕਰਨਾ ਸੀ, ਉਦੋਂ ਵੀ ਪੱਤਰਕਾਰ ਭਾਈਚਾਰੇ ਦੇ ਬਹੁਤ ਸਾਰੇ ਨੁਮਾਇੰਦਿਆਂ ਨੂੰ ਵੇਲੇ ਸਿਰ ਪਤਾ ਲੱਗ ਗਿਆ, ਉਹ ਉੱਥੇ ਅੱਪੜੇ ਸੀ। ਪਰ ਜਿੰਨੇ ਵੀ ਸਵਾਲ ਉੱਥੇ ਪੱਤਰਕਾਰ ਭਾਈਚਾਰੇ ਨੇ ਨਵਜੋਤ ਸਿੰਘ ਸਿੱਧੂ ਨਾਲ ਕੀਤੇ, ਮੂਹਰੇ ਉਹਨਾਂ ਨੇ ਹੱਥ ਹੀ ਜੋੜੇ, ਮੂੰਹੋਂ ਜਵਾਬ ਕੋਈ ਨਹੀਂ ਦਿੱਤਾ। ਅੱਜ ਵੀ ਇੱਕ ਸਕੂਲ ਦੇ ਵਿੱਚ ਗਏ ਨਵਜੋਤ ਸਿੰਘ ਸਿੱਧੂ, ਉੱਥੇ ਜਾ ਕੇ 5 ਲੱਖ ਦੀ ਗ੍ਰਾਂਟ ਵੀ ਦਿੱਤੀ, ਵਿਦਿਆਰਥੀਆਂ ਦੇ ਨਾਲ ਸੈਲਫੀ ਵੀ ਲਈ, ਆਮ ਲੋਕਾਂ ਦੇ ਨਾਲ ਮੁਲਾਕਾਤ ਵੀ ਕੀਤੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੇ ਹਲਕੇ 'ਚ ਜਾਊਂਗਾ। ਜਦੋਂ ਆਮ ਲੋਕਾਂ ਦੇ ਨਾਲ ਮੁਲਾਕਾਤ ਕਰ ਲਈ, ਦੁੱਖ ਦਰਦ ਸੁਣਿਆ, ਜੇ ਕਿਸੇ ਨੇ ਕਿਹਾ ਕਿ ਮੇਰੀ ਆ ਸਮੱਸਿਆ ਤੇ ਉਸੇ ਵੇਲੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ, ਪਰ ਪੱਤਰਕਾਰ ਭਾਈਚਾਰੇ ਦੇ ਕੋਲ ਆਪਣੇ ਦਿਲ ਦੀ ਘੁੰਡੀ ਕੋਈ ਖੋਲੀ ਨਹੀਂ। ਪਰ ਨਵਜੋਤ ਸਿੰਘ ਸਿੱਧੂ ਦਾ ਹੁਣ ਅਗਸਤ ਮਹੀਨੇ ਦੇ ਅੰਦਰ ਅੰਦਰ ਆਪਣੇ ਘਰ ਤੋਂ ਬਾਹਰ ਨਿਕਲ ਕੇ ਆਉਣਾ, ਹਲਕੇ ਦੇ ਵਿੱਚ ਵਿਚਰਨਾ, ਸਕੂਲ ਨੂੰ ਗ੍ਰਾਂਟ ਦੇਣੀ, ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ, ਖਿੜੇ ਮੱਥੇ ਜੇ ਕਿਸੇ ਨੇ ਕਮੀ ਦੱਸਣੀ ਤਾਂ ਪ੍ਰਵਾਨ ਕਰਨੀ, ਇਹ ਸਾਰਾ ਕੁਝ ਇਹ ਦੱਸਦਾ ਕਿ ਨਵਜੋਤ ਸਿੰਘ ਸਿੱਧੂ ਨੇ ਅਜੇ ਸਿਆਸੀ ਤੌਰ ਤੇ ਹਥਿਆਰ ਸੁੱਟੇ ਨਹੀਂ। ਨਵਜੋਤ ਸਿੰਘ ਸਿੱਧੂ ਨੇ ਅਜੇ ਬਹੁਤ ਕੁਝ ਸਿਆਸੀ ਤੌਰ ਦੇ ਉੱਤੇ ਪੈਂਡਾ ਤੈਅ ਕਰਨ ਦੀ ਮਨ 'ਚ ਠਾਣੀ ਹੋਈ ਹੈ। ਹਾਂ, ਕਈ ਵਾਰੀ ਇਹ ਤਾਂ ਹੋ ਜਾਂਦਾ ਕਿ ਸਾਰੇ ਦਾ ਸਾਰਾ ਮਸਲਾ ਜਿਵੇਂ ਤੁਸੀਂ ਚਾਹੁੰਦੇ ਹੋ
ਉਸ ਤਰੀਕੇ ਨਹੀਂ ਹੁੰਦਾ, ਚੀਜ਼ਾਂ ਕਿਸੇ ਹੋਰ ਤਰੀਕੇ ਅਗਲੇ ਪਾਸੇ ਨੂੰ ਵੱਧ ਜਾਂਦੀਆਂ। ਸੋ ਨਵਜੋਤ ਸਿੰਘ ਸਿੱਧੂ ਮੈਨੂੰ ਲੱਗਦਾ ਕਿ ਤੇਲ ਦੇਖੋ, ਤੇਲ ਦੀ ਧਾਰ ਦੇਖੋ, ਉਹਦੇ ਮੁਤਾਬਕ ਅੱਗੇ ਵੱਧ ਰਹੇ ਆ। ਹੋ ਸਕਦਾ ਕਿ ਹੁਣ ਉਹ ਹਰ ਰੋਜ਼ 3-4 ਘੰਟੇ ਘਰ ਤੋਂ ਬਾਹਰ ਨਿਕਲਣ, ਆਪਣੇ ਹਲਕੇ ਦੇ ਵੱਖਰੇ ਵੱਖਰੇ ਵਾਰਡਾਂ ਚ ਜਾਣ, ਲੋਕਾਂ ਨੂੰ ਮਿਲਣ, ਸੁਣਨ, ਜੋ ਕੁਝ ਵੀ ਤਬਦੀਲੀਆਂ ਦੀ ਉਹਨਾਂ ਨੂੰ ਲੱਗਦਾ ਕਿ ਦਰਕਾਰ ਹੈਗੀ ਆ, ਲੋੜ ਹੈਗੀ ਹੈ, ਉਹ ਤਬਦੀਲੀਆਂ ਕਰਨ ਦਾ ਯਤਨ ਵੀ ਨਵਜੋਤ ਸਿੰਘ ਸਿੱਧੂ ਉਮੀਦ ਹੈ ਕਿ ਕਰਨਗੇ ਜ਼ਰੂਰ। ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਹੈ ਕਿ 4 ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਵਟਦੇ ਨੇ, ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ। ਹੁਣ ਇਹ 4 ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ, ਦੋ ਜਗ੍ਹਾ ਕਾਂਗਰਸ ਪਾਰਟੀ ਦੇ ਹਾਲਾਤ ਬੜੇ ਕਮਜ਼ੋਰ ਨੇ, ਇੱਕ ਦਾਖੇ ਚ ਤੇ ਦੂਸਰਾ ਜਲਾਲਾਬਾਦ ਚ। ਸੋ ਇਹਨਾਂ ਦੋਵਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਬਿਨਾਂ ਨਵਜੋਤ ਸਿੰਘ ਸਿੱਧੂ ਤੋਂ ਜੇ ਕਾਂਗਰਸ ਪਾਰਟੀ ਪ੍ਰਚਾਰ ਕਰਦੀ ਹੈ ਤਾਂ ਜਿੱਤ ਪ੍ਰਾਪਤ ਕਰਨੀ ਡਾਢੀ ਔਖੀ ਹੋ ਜਾਣੀ ਹੈ, ਤੇ ਜਦੋਂ ਤੁਹਾਡੀ ਸਰਕਾਰ ਹੋਵੇ ਤਾਂ ਜ਼ਿਮਨੀ ਚੋਣ ਦੀ ਹਾਰ ਪਹੁੰਚਾਉਣੀ ਵੀ ਔਖੀ ਹੁੰਦੀ ਹੈ। ਇਸ ਕਰਕੇ ਦੋਵਾਂ ਦੇ ਵਿੱਚੋਂ ਕਿਹੜਾ ਢੰਗ ਤਰੀਕਾ ਹੁਣ ਵਰਤਿਆ ਜਾਂਦਾ ਉਹ ਆਉਣ ਵਾਲਾ ਸਮਾਂ ਦੱਸੇਗਾ। ਪਰ ਜਿੱਦਾਂ ਹੀ ਨਵਜੋਤ ਸਿੰਘ ਸਿੱਧੂ ਆਪਦੇ ਘਰੋਂ ਨਿਕਲੇ ਆ, ਲੋਕਾਂ ਚ ਵਿਚਰਨ ਲੱਗੇ ਆ, ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਸਮਰਥਕਾਂ ਦੀਆਂ ਪੋਸਟਾਂ ਦਾ ਹੜ੍ਹ ਆ ਗਿਆ ਕਿ ਭਾਈ ਆਹ ਵੇਖੋ ਸ਼ੇਰ ਆ ਗਿਆ ਹੀ ਲੋਕਾਂ ਦੀ ਕਚਹਿਰੀ ਚ, ਹੁਣ ਵੇਖਿਓ ਹੁੰਦੇ ਕੰਮ, ਜਿਹੜਾ ਅਫਸਰ ਮੂਹਰੇ ਭੱਜੂਗਾ ਉਹਦੇ ਘਰ ਜਾ ਕੇ ਉਹ ਫੜ ਲੈਣਾ ਕਿ ਭਾਈ ਇਸ ਬੰਦੇ ਨੇ ਵੀ ਇਨਸਾਫ ਦੇਣ ਤੋਂ ਆਉਣ ਦੇ ਵਿੱਚ ਦੇਰੀ ਕਰਨ ਦਾ ਯਤਨ ਜਿਹੜਾ ਉਹ ਆਪਣੇ ਪੱਧਰ ਦੇ ਉੱਤੇ ਕੀਤਾ। ਸੋ ਬਹੁਤ ਕੁਝ ਹੁਣ ਚੱਲਣਾ, ਬਹੁਤ ਕੁਝ ਘਟਣਾ ਵਾਪਰਨਾ, ਪਰ ਲੱਗਦਾ ਇਹ ਵੀ ਹੈ ਕਿ ਕਾਂਗਰਸ ਪਾਰਟੀ ਦੇ ਅੰਦਰਲਾ ਜਿਹੜਾ ਧਮਾਕਾ ਸੀ ਕਿ ਭਾਈ ਹੁਣ ਕਿਹਨੂੰ ਬਣਾਈਏ ਪ੍ਰਧਾਨ ਤੇ ਕਿਹਨੂੰ ਨਾ ਬਣਾਈਏ, ਉਹ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾਉਣ ਦੇ ਨਾਲ ਕੰਮ ਮੁੱਕ ਗਿਆ। ਹੁਣ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਹਰਿਆਣੇ ਤੇ ਪੰਜਾਬ ਦੇ ਜਿਹੜੇ ਕਾਂਗਰਸ ਪਾਰਟੀ ਦੇ ਅੰਦਰੂਨੀ ਮਸਲੇ ਹੈ ਉਹਨਾਂ ਮਸਲਿਆਂ ਨੂੰ ਬੀਬੀ ਸੋਨੀਆ ਗਾਂਧੀ ਨੇ ਛੇਤੀ ਨਿਬੇੜ ਦੇਣਾ। ਹੁਣ ਬੀਬੀ ਸੋਨੀਆ ਗਾਂਧੀ ਹੋਰਾਂ ਨੇ ਪਿਛਲੇ ਸਮੇਂ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਵੀ ਸੱਦ ਲਿਆ ਸੀ, ਹਰਿਆਣੇ ਦਾ ਨਾਰਾਜ਼ ਲੀਡਰ ਹੈ, ਉਹਨਾਂ ਨੇ ਮਹਾਰਾਸ਼ਟਰ ਤੇ ਰਾਜਸਥਾਨ ਦੇ ਵੀ ਕੁਝ ਲੀਡਰ ਸੱਦੇ ਸੀ ਜਿਹੜੇ ਕਿ ਗੁੱਸੇ ਸੀ। ਹੋ ਸਕਦਾ ਕਿ ਇਦਾਂ ਦਾ ਹੀ ਇੱਕ ਸੱਦਾ ਬੀਬੀ ਸੋਨੀਆ ਗਾਂਧੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਆਵੇ ਤੇ ਉੱਥੇ ਜਾ ਕੇ ਉਹ ਮਿਲਣ ਗਿਲਣ, ਵਿਚਾਰਾਂ ਚਰਚਾਵਾਂ ਕਰਨ ਤੇ ਬਾਅਦ ਵਿੱਚ ਬੀਬੀ ਸੋਨੀਆ ਗਾਂਧੀ ਹੋਰੀ ਆਖ ਸਕਦੇ ਆ ਕਿ ਨਹੀਂ ਤੁਸੀਂ ਕੰਮ ਕਰ ਸਾਂਭੋ, 4 ਸੂਬਿਆਂ ਦੇ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ, ਆਪਾਂ ਤੁਹਾਡੀ ਡਿਊਟੀ ਉੱਥੇ ਲੈਣੀ ਆ, ਆਪਾਂ ਇਕੱਠੇ ਚੱਲਿਆ ਕਰਾਂਗੇ, ਪ੍ਰਚਾਰ ਕਰਕੇ ਵਾਪਸ ਆਇਆ ਕਰਾਂਗੇ। ਸੋ ਇਦਾਂ ਦੀਆਂ ਗੱਲਾਂ ਬਾਤਾਂ ਕਰਕੇ ਹੋ ਸਕਦਾ ਕਿ ਕਿਤੇ ਨਾ ਕਿਤੇ ਡੰਗ ਟਪਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਇਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਪ੍ਰੈਸ ਨਾਲ ਚੁੱਪ ਰਹਿਣਾ, ਆਮ ਲੋਕਾਂ ਦੇ ਵਿੱਚ ਚੰਗੇ ਤਰੀਕੇ ਵਿਚਰਨਾ, ਹਲਕੇ ਦੇ ਵਿੱਚ ਸਰਗਰਮੀਆਂ ਸ਼ੁਰੂ ਕਰਨਾ, ਇਹ ਦੱਸਦਾ ਕਿ ਸਿੱਧੂ ਸਾਹਿਬ ਅਜੇ ਇੰਨੀ ਛੇਤੀ ਆਪਣੀ ਸਿਆਸੀ ਪਾਰੀ ਜਿਹੜੀ ਹੈ ਉਹ ਖਤਮ ਕਰਨ ਦੇ ਰੌਚ ਨਹੀਂ। ਜੀ ਆ ਪਟਨਾ ਸਾਹਿਬ ਵਾਲੇ ਜੱਜ ਨੇ ਗੱਲ ਤਾਂ ਚੰਗੀ ਕੀਤੀ ਸੀ ਵਾਰਡ ਸਾਹਿਬ, ਫਿਰ ਜੱਜਾਂ ਨੂੰ ਚੰਗੀ ਕਿਉਂ ਨਹੀਂ ਲੱਗੀ? ਦੇਖੋ ਸੁਖਨੈਬ ਜੀ, ਇਹ ਮਸਲਾ ਬਹੁਤ ਗੰਭੀਰ ਆ ਜੀ, ਪਰ ਪਹਿਲੀ ਵਾਰ ਤਾਂ ਨਹੀਂ ਹੋਇਆ, ਕਿਉਂਕਿ ਦੇਸ਼ ਦੀ ਨਿਆਂਪਾਲਿਕਾ ਜਿਹਦੇ ਤੋਂ ਆਸਾਂ ਹੁੰਦੀਆਂ ਕਿ ਭਾਈ ਚੰਗੇ ਤਰੀਕੇ ਦੇ ਨਾਲ ਸਾਰਾ ਕੰਮ ਕਰ ਜਿਹੜਾ ਉਹ ਨਿਬੜੇ, ਜੇ ਕਿਤੇ ਹੁਣ ਧੱਕਾ ਧੁੱਕਾ ਹੁੰਦਾ ਤੇ ਫਿਰ ਕੰਮ ਜਿਹੜਾ ਦੂਸਰੇ ਪਾਸੇ ਨੂੰ ਤੁਰੇ ਤਾਂ ਜੱਜ ਸਾਨੂੰ ਇਨਸਾਫ ਦੇਣਗੇ। ਆਮ ਲੋਕ ਅਦਾਲਤਾਂ ਦਾ ਦਰਵਾਜ਼ਾ, ਅਦਾਲਤਾਂ ਦਾ ਬੂਹਾ, ਕੁੰਡਾ ਇਸ ਕਰਕੇ ਖੜਕਾਉਂਦੇ ਆ ਕਿਉਂਕਿ ਉਹਨਾਂ ਨੂੰ ਆਪਣੇ ਨੂੰ ਮਿਲਣ ਦੀ ਜਿਹੜੀ ਇਨਸਾਫ ਦੀ ਆਸ ਹੈ ਉਹ ਆਖਰੀ ਅਦਾਲਤ ਦੇ ਵਿਹੜੇ ਤੋਂ ਹੁੰਦੀ। ਇਸੇ ਕਰਕੇ ਪਿੰਡਾਂ ਚ ਲੋਕ ਕਹਿੰਦੇ ਮੈਂ ਫਿਰ ਤੈਨੂੰ ਅਦਾਲਤੇ ਘੜੀਸੂ, ਮੈਂ ਫਿਰ ਤੈਨੂੰ ਕਚਹਿਰੀ ਵੇਖ ਲੂੰ, ਉਹਦਾ ਮਤਲਬ ਹੁੰਦਾ ਕਿ ਭਾਈ ਇੱਥੇ ਧੱਕਾ ਕਰ ਲੇਗਾ ਉੱਥੇ ਤਾਂ ਨਹੀਂ ਧੱਕਾ ਕਰ ਲਓ। ਪਰ ਪਿਛਲੇ 2-4 ਵਰ੍ਹਿਆਂ ਦੇ ਵਿੱਚ ਇਧਰਲੇ ਪਾਸੇ ਬਹੁਤ ਕੁਝ ਘਟਿਆ ਵਾਪਰਿਆ। ਜਦੋਂ ਮਾਣਯੋਗ ਸੁਪਰੀਮ ਕੋਰਟ ਦੇ 4 ਸਿਟਿੰਗ ਜੱਜ ਜਿਹੜਾ ਉਹ ਭਰ ਸਰਦੀ ਦੇ ਵਿੱਚ ਜਨਵਰੀ ਦੇ ਵਿੱਚ ਆ ਕੇ ਬਹਿੰਦੇ ਆ ਪ੍ਰੈਸ ਕਾਨਫਰੰਸ ਵਿੱਚ, ਤੇ ਉਦੋਂ ਲੱਗਦਾ ਹੁੰਦਾ ਸੀ ਕਿ ਭਾਈ ਕੰਮ ਖਰਾਬ ਹੋ ਜੂਗਾ ਕਿਉਂਕਿ ਕਦੇ ਵੀ ਇਸ ਤਰੀਕੇ ਦੇ ਨਾਲ ਸਿਟਿੰਗ ਜੱਜ ਨੇ ਕਦੇ ਪ੍ਰੈਸ ਕਾਨਫਰੰਸ ਨਹੀਂ ਸੀ ਕੀਤੀ। ਉਦੋਂ ਉਹਨਾਂ ਨੇ ਬੜੇ ਸਵਾਲ ਚੱਕੇ ਸੀ ਕਿ ਕੇਸ ਜਿਹਨੂੰ ਦੇਣਾ ਹੁੰਦਾ ਕਿੱਦਾਂ ਅਲਾਟ ਕੀਤਾ ਜਾਂਦਾ, ਕਿਹੜੀਆਂ ਗੱਲਾਂ ਕਿਹੜੀਆਂ ਬਾਤਾਂ, ਬੜਾ ਰੌਲਾ ਪਿਆ ਸੀ। 6 ਮਹੀਨੇ ਜੇ ਚਰਚਾ ਚੱਲਦੀ ਸੀ ਸਾਰੀ ਦੀ ਸਾਰੀ ਇਸੇ ਮੁੱਦੇ ਤੇ। ਉਹਦੇ ਤੋਂ ਪਹਿਲਾਂ ਇੱਕ ਵਾਰੀ ਇਦਾਂ ਵੀ ਹੋਇਆ ਸੀ ਕਿ ਇੱਕ ਜੱਜ ਸਾਹਿਬ ਦੇ ਘਰ ਦਾ ਕੁੰਡਾ ਖੜਕਿਆ, ਖੋਲਿਆ ਗਿਆ ਤਾਂ ਉਹ ਬੰਦਾ ਪੈਕਟ ਲੈ ਕੇ ਖੜਾ ਸੀ, ਉਹ ਪੈਕਟ ਲਿਆ ਪਤਾ ਨਾ ਲੱਗੇ ਕਿਹਦਾ, ਤੇ ਜਦੋਂ ਪੈਕਟ ਉੱਥੇ ਖੋਲ ਕੇ ਵੇਖਿਆ ਤਾਂ ਨੋਟ ਭਰਿਆ ਨੋਟਾਂ ਨਾਲ, ਤੇ ਬਾਅਦ ਵਿੱਚ ਪਤਾ ਲੱਗਾ ਕਿ ਅਸਲ ਦੇ ਵਿੱਚ ਉਹ ਡਿਲੀਵਰੀ ਗਲਤ ਜਗ੍ਹਾ ਦੇਣ ਆ ਗਿਆ ਸੀ ਕਿਉਂਕਿ ਉਸੇ ਨਾਂ ਦੇ 2 ਜੱਜ ਉਸੇ ਜਗ੍ਹਾ ਤੇ ਰਹਿੰਦੇ ਸੀ ਤੇ ਸਮਾਨ ਜਿਹੜਾ ਕਿਸੇ ਹੋਰ ਦਾ ਸੀ। ਹੁਣ ਡੱਬਿਆਂ 'ਚ ਪਾ ਕੇ ਨੋਟ ਜਿਹੜੇ ਬੰਦੇ ਦੇਣ ਆਉਂਦੇ ਆ ਉਹਨਾਂ ਬੰਦਿਆਂ ਨੇ ਕੋਈ ਨਾ ਕੋਈ ਕੰਮ ਵੀ ਤਾਂ ਕਿਤੇ ਨਾ ਕਿਤੇ ਲੈਣਾ ਹੁੰਦਾ। ਦੇਖੋ ਆਪਾਂ ਬਿਲਕੁਲ ਨਹੀਂ ਕਹਿੰਦੇ ਕਿ ਕੋਈ ਜੱਜ ਜਿਹੜਾ ਇੱਦਾਂ ਕਰਦਾ ਜੀ, ਪਰ ਫਿਰ ਵੀ ਜੋ ਕੁਝ ਆਪਣੇ ਸਾਹਮਣੇ ਹੈ, ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ, ਉਹਦੇ ਤੋਂ ਕਿਤੇ ਨਾ ਕਿਤੇ ਸ਼ੱਕ ਵੀ ਪੈਦਾ ਹੁੰਦਾ।
ਹੁਣ ਨਵਾਂ ਜਿਹੜਾ ਮਸਲਾ ਪਟਨਾ ਹਾਈ ਕੋਰਟ ਦੇ ਸੀਨੀਅਰ ਜੱਜ ਜਸਟਿਸ ਰਾਕੇਸ਼ ਕੁਮਾਰ ਦਾ, ਜਸਟਿਸ ਰਾਕੇਸ਼ ਕੁਮਾਰ ਨੇ ਇੱਕ ਫੈਸਲਾ ਦਿੱਤਾ, ਉਹਨਾਂ ਦੇ ਫੈਸਲੇ ਨੂੰ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਸਮੇਤ ਕੁੱਲ 11 ਜੱਜਾਂ ਦੀ ਫੁੱਲ ਬੈਂਚ ਨੇ ਹੋਲਡ ਕਰ ਲਿਆ, ਸਸਪੈਂਡ ਕਰ ਲਿਆ ਕਿ ਭਾਈ ਇਹਦੇ ਉੱਤੇ ਹਾਲ ਦੀ ਘੜੀ ਅਮਲ ਜਿਹੜਾ ਉਹ ਨਾ ਕੀਤਾ ਜਾਵੇ। ਫੈਸਲਾ ਕੀ ਸੀ? ਦੇਖੋ ਫੈਸਲਾ ਇਹ ਸੀ, ਉਹਨਾਂ ਨੇ ਆਪਣੀ ਟਿੱਪਣੀ ਲਿਖੀ ਸੀ, ਇਹਦੇ ਵਿੱਚ ਲੱਗਦਾ ਕਿ ਹਾਈਕੋਰਟ ਦਾ ਪ੍ਰਸ਼ਾਸਨ ਭ੍ਰਿਸ਼ਟ ਅਧਿਕਾਰੀਆਂ ਨੂੰ ਖੁਦ ਸੁਰੱਖਿਆ ਕਵਚ ਦਿੰਦਾ ਜੀ। ਹੁਣ ਚੀਫ ਜਸਟਿਸ ਨੇ ਏ ਪੀ ਸ਼ਾਹੀ 10 ਨਾਲ ਜੱਜ ਹੋਰ ਬਿਠਾਏ, 11 ਮੈਂਬਰਾਂ ਦਾ ਫੁੱਲ ਬੈਂਚ, ਤੇ ਨਾਲ ਦੀ ਨਾਲ ਉੱਥੇ ਹੁਕਮ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਸ ਤਰੀਕਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਉਹਦੇ ਨਾਲ ਨਿਆਂਪਾਲਿਕਾ ਜਿਹੜੀ ਜੁਡੀਸ਼ਰੀ ਹੈ ਉਹਦੀ ਮਾਣ ਮਰਿਆਦਾ ਨੂੰ ਠੇਸ ਲੱਗੀ ਹੈ। ਨਾਲ ਦੀ ਨਾਲ ਦੇਖੋ ਕਹਾਣੀਆਂ ਕੀ ਹੋਈਆਂ, ਕਹਾਣੀਆਂ ਇਹ ਹੋਈਆਂ ਸੀ ਕਿ ਇੱਕ ਸਾਬਕਾ ਆਈ ਐਸ ਅਧਿਕਾਰੀ ਕੇ ਪੀ ਰਮਈਆ, ਉਹਦੇ ਉੱਤੇ ਰਿਸ਼ਵਤ ਦੇ ਭ੍ਰਿਸ਼ਟਾਚਾਰ ਦੇ ਬਹੁਤ ਵੱਡੇ ਦੋਸ਼ ਲੱਗੇ ਸੀ। ਉਹ ਜਿਹੜਾ ਕੇ ਪੀ ਰਮਈਆ, ਉਸ ਕੇ ਪੀ ਰਮਈਆ ਦੇ ਮਾਮਲੇ ਦੇ ਉੱਤੇ ਟਿੱਪਣੀ ਕੀ ਕੀਤੀ, ਉਹ ਕਹਿੰਦੇ ਜੀ ਦੇਖੋ ਏ ਡੀ ਜੇ ਬਹੁਤ ਵੱਡਾ ਅਧਿਕਾਰੀ ਹੁੰਦਾ, ਭ੍ਰਿਸ਼ਟਾਚਾਰ ਦਾ ਮਾਮਲਾ ਉਹਦੇ ਖਿਲਾਫ ਦਰਜ ਹੋਇਆ, ਮਾਮਲਾ ਸਾਬਿਤ ਹੋਇਆ, ਬੜੇ ਔਖੇ ਸਾਰਾ ਕੁਝ ਕੀਤਾ, ਤੇ ਨਾਲ ਦੀ ਨਾਲ ਉਹ ਕਹਿੰਦੇ ਕਿ ਕਮਾਲ ਹੈ ਕਿ ਜਦੋਂ ਸਾਰਾ ਕੁਝ ਪਤਾ ਲੱਗ ਗਿਆ ਕਿ ਬੰਦਾ ਗਲਤ ਹੈ, ਉਹਨੂੰ ਬਰਖਾਸਤ ਕਰਨ ਦੀ ਥਾਂ ਮਾਮੂਲੀ ਜੀ ਸਜ਼ਾ ਜਿਹੜੀ ਉਹ ਕਿਉਂ ਦਿੱਤੀ ਗਈ, ਤੇ ਕਮਾਲ ਦੀ ਗੱਲ ਹੈ। ਚਲੋ ਹੁਣ ਹੋਇਆ ਕੀ ਸੀ, ਦੇਖੋ ਹੋਇਆ ਇਹ ਸੀ ਕਿ ਹਾਈਕੋਰਟ ਤੋਂ ਜ਼ਮਾਨਤ ਉਸ ਅਧਿਕਾਰੀ ਦੀ ਖਾਰਜ ਹੋ ਗਈ, ਸੁਪਰੀਮ ਕੋਰਟ ਤੋਂ ਖਾਰਜ ਹੋ ਗਈ। ਜਸਟਿਸ ਰਾਕੇਸ਼ ਕੁਮਾਰ ਨੇ ਸਵਾਲ ਖੜਾ ਕੀਤਾ ਕਿ ਜਦੋਂ ਉੱਪਰਲੀਆਂ ਅਦਾਲਤਾਂ ਤੋਂ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਹੋ ਜਾਂਦੀਆਂ ਤਾਂ ਫਿਰ ਥੱਲੇ ਨੂੰ ਨਹੀਂ ਆਈਦਾ, ਉੱਥੇ ਹੀ ਬਹਿ ਕੇ ਸੰਘਰਸ਼ ਕਰਨਾ ਹੁੰਦਾ, ਉੱਥੇ ਬਹਿ ਕੇ ਸਾਰਾ ਕੁਝ ਹੋਣਾ ਹੁੰਦਾ। ਉਹ ਕਹਿੰਦੇ ਹੁਣ ਹਾਈਕੋਰਟ ਨੇ ਵੀ ਜ਼ਮਾਨਤ ਦੀ ਅਰਜ਼ੀ ਰੱਦ ਕਰਤੀ, ਸੁਪਰੀਮ ਕੋਰਟ ਨੇ ਵੀ, ਬੰਦੇ ਖੁੱਲ੍ਹੇ ਆਮ ਘੁੰਮਦੇ ਰਹਿ, ਹੇਠਲੀ ਪੱਧਰ ਦੇ ਉੱਤੇ ਜਾ ਕੇ ਫਿਰ ਆਪਣਾ ਕੰਮ ਕਰ ਜਿਹੜਾ ਉਹ ਮਾੜਾ ਮੋਟਾ ਰੇੜਿਆ, ਜਾਂਚ ਦੇ ਹੁਕਮ ਦੇ ਦਿੱਤੇ ਗਏ ਆ। ਦੂਸਰਾ ਜਸਟਿਸ ਜਿਹੜੇ ਰਾਕੇਸ਼ ਕੁਮਾਰ ਹੋਰਾਂ ਨੇ ਪੁੱਛਿਆ, ਉਹ ਕਹਿੰਦੇ ਜੀ ਦੇਖੋ ਲੰਬੇ ਚੌੜੇ ਹੁਕਮ ਆ, ਪਰ ਅਦਾਲਤਾਂ ਦੇ ਉੱਤੇ ਹਾਈਕੋਰਟ ਦੇ ਉੱਤੇ ਕੀ ਸਵਾਲ ਚੱਕੀਏ? ਉਹ ਕਹਿੰਦੇ ਜਦੋਂ ਭ੍ਰਿਸ਼ਟ ਅਧਿਕਾਰੀ ਖੁਦ ਇਸੇ ਤਰੀਕੇ ਸ਼ੈਲਟਰ 'ਚ ਰਹਿੰਦੇ ਆ, ਪਰ ਜਦੋਂ ਕਹਿੰਦੇ ਵਾਰੀ ਆਉਂਦੀ ਆ ਕਿ ਭਾਈ ਇਹ ਅਧਿਕਾਰੀ ਜਿਹੜੇ ਭ੍ਰਿਸ਼ਟ ਨੇ ਉਹਨਾਂ ਨੂੰ ਚੱਕ ਕੇ ਬਾਹਰ ਮਾਰੀਏ, ਉਹਨਾਂ ਨੂੰ ਬਰਖਾਸਤ ਕਰੀਏ, ਉਹਨਾਂ ਦੀ ਮੁੜ ਕੇ ਸ਼ਕਲ ਵੀ ਨਾ ਵੇਖੀਏ, ਪਰ ਇਹਦੇ ਬਾਵਜੂਦ ਵੀ ਕਹਿੰਦੇ ਜਦੋਂ ਸਾਰੇ ਸਬੂਤ ਵੀ ਲੱਭ ਕੇ ਦਿੱਤੇ, ਮਾਮੂਲੀ ਜੀ ਸਜ਼ਾ ਜਿਹੜੀ ਆ ਦੇ ਕੇ ਸੱਜੇ ਖੱਬੇ ਕਰਤਾ। ਉਹਨਾਂ ਨੇ ਇਹ ਵੀ ਹੈਰਾਨੀ ਗਿੱਜਣਕ ਐਲਾਨ ਕੀਤਾ, ਕਹਿੰਦੇ ਦੇਖੋ ਮੈਂ ਹੈਰਾਨ ਹਾਂ ਕਿ ਬਹੁਤ ਸਾਰੇ ਜੱਜ ਜਿਹੜੇ ਆ ਪਟਨਾ ਹਾਈਕੋਰਟ ਦੇ ਉਹ ਸਰਕਾਰੀ ਬੰਗਲਿਆਂ ਦੀ ਰੱਖ ਰਖਾਅ ਦੇ ਉੱਤੇ ਬਹੁਤ ਖਰਚ ਕਰਦੇ ਆ, ਤੇ ਪੈਸਾ ਸਰਕਾਰ ਦੇ ਖਜ਼ਾਨੇ ਚੋਂ ਲੈਂਦੇ ਆ, ਤੇ ਜਿੱਥੇ ਪੈਸਾ ਸਧਾਰਨ ਲੋਕਾਂ ਦੇ ਟੈਕਸ ਦੇ ਕਰਕੇ ਆਇਆ ਹੁੰਦਾ। ਇਹ ਵੀ ਕਹਿੰਦੇ ਬਹੁਤ ਵੱਡੀ ਗੱਲ ਆ, ਤੇ ਮੈਂ ਚਾਹੁੰਦਾ ਕਿ ਇਸ ਮੁੱਦੇ ਦੇ ਉੱਤੇ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਤਾਂ ਕੰਮ ਥੋੜ੍ਹਾ ਜਿਹਾ ਘਟਾਇਆ ਜਾਵੇ। ਨਾਲ ਦੀ ਨਾਲ ਜਸਟਿਸ ਜਿਹੜੇ ਕੁਮਾਰ ਸਾਹਿਬ ਨੇ ਉਹਨਾਂ ਨੇ ਵੀ ਦੱਸਿਆ, ਰਾਕੇਸ਼ ਕੁਮਾਰ ਹੋਰਾਂ ਨੇ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਬਦਰੀ ਆ ਕਿ ਸਟਿੰਗ ਆਪਰੇਸ਼ਨ ਹੋਇਆ ਸੀ ਪਟਨਾ ਸਿਵਲ ਕੋਰਟ 'ਚ, ਉਸੇ ਦੌਰਾਨ ਸ਼ਰੇਆਮ ਰਿਸ਼ਵਤ ਮੰਗਦੇ ਅਦਾਲਤ ਦੇ ਕਰਮਚਾਰੀ ਪੂਰੇ ਦੇਸ਼ ਨੇ ਵੇਖੇ, ਪਰ ਇਹਦੇ ਬਾਵਜੂਦ ਵੀ ਉਹ ਕਹਿੰਦੇ ਕਿ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਅੱਜ ਤੱਕ ਇੱਕ FIR ਤੱਕ ਦਰਜ ਨਹੀਂ ਹੋਈ। ਇਨਸਾਫ ਤਾਂ ਕਿਸੇ ਨੂੰ ਕੀ ਮਿਲਣਾ, ਹੋਰ ਤਾਂ ਬਾਕੀ ਗੱਲਾਂ ਬਾਤਾਂ ਤਾਂ ਕੀ ਹੋਣੀਆਂ। ਸੋ ਕੁੱਲ ਮਿਲਾ ਕੇ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਮੁਤਾਬਿਕ ਸਾਫ਼ ਤੌਰ ਦੇ ਉੱਤੇ ਨਜ਼ਰ ਆਉਂਦਾ ਕਿ ਕਿਤੇ ਨਾ ਕਿਤੇ ਕਹਾਣੀ ਜਿਹੜੀ ਹੈ ਉਹ ਹੁਣ ਦੂਸਰੇ ਪਾਸੇ ਨੂੰ ਜਾਊਗੀ ਜ਼ਰੂਰ। ਸੋ ਦੇਖਦੇ ਹਾਂ ਕਿ ਪਟਨਾ ਹਾਈਕੋਰਟ ਦੇ ਜੱਜ ਸਾਹਿਬ ਜਿਹੜੇ ਰਾਕੇਸ਼ ਕੁਮਾਰ ਹੋ ਰਹੀ ਆ ਉਹ ਹੁਣ ਇਸ ਮੁੱਦੇ ਦੇ ਉੱਤੇ ਚੁੱਪ ਕਰਕੇ ਬਹਿੰਦੇ ਆ ਜਾਂ ਕੋਈ ਨਾ ਕੋਈ ਹੋਰ ਜਿਹੜਾ ਸ਼ਗੂਫਾ ਛੱਡਣਗੇ ਜ਼ਰੂਰ ਜੀ। ਤੇ ਭਗਵੰਤ ਮਾਨ ਹੋਰਾਂ ਨੇ ਸੁਖਵੀਰ ਬਾਦਲ ਨੂੰ ਟੱਕਰ ਦੇਣੀ ਹੈ ਜੀ, ਮਾਰੀ ਜਾਂਦੇ ਡੰਡ। ਦੇਖੋ ਕੱਲ ਵੀ ਆਪਾਂ ਚਰਚਾ ਇਸ ਗੱਲ ਦੀ ਸੁਖਨੈਪ ਜੀ ਕੀਤੀ ਸੀ ਕਿ ਆਮ ਆਦਮੀ ਪਾਰਟੀ ਹੁਣ ਮੈਂਬਰਸ਼ਿਪ ਸ਼ੁਰੂ ਕਰੂ ਜੀ। ਮੈਂਬਰਸ਼ਿਪ ਸ਼ੁਰੂ ਕਰਨੀ ਆ, ਬਹੁਤ ਚੰਗਾ, ਟੱਕਰ ਵੀ ਤਾਂ ਦੇਣੀ ਆ ਨਾ। ਅਕਾਲੀਆਂ ਦੀ ਮੈਂਬਰਸ਼ਿਪ ਚੱਲ ਰਹੀ ਹੈ, ਭਾਰਤੀ ਜਨਤਾ ਪਾਰਟੀ ਨੇ ਤਕਰੀਬਨ ਮੁਕੰਮਲ ਕਰ ਲਈ ਹੈ। ਹੁਣ ਕੱਲ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਆਪਣਾ ਟਾਰਗੇਟ ਪੂਰਾ ਕਰਾਂਗੇ, ਜਿੰਨੇ ਮੈਂਬਰ ਬਣਾਉਣ ਦਾ ਸਾਨੂੰ ਟਾਰਗੇਟ ਦਿੱਤਾ ਨਾ ਉਹ ਬਿਲਕੁਲ ਆਪਾਂ ਟਾਰਗੇਟ ਨੂੰ ਅਚੀਵ ਕਰਨਾ, ਘਬਰਾਉਣ ਵਾਲੀ ਗੱਲ ਹੀ ਕੋਈ ਨਹੀਂ ਜੀ। ਹੁਣ ਟਾਰਗੇਟ ਕਿਸੇ ਨੇ ਕੀ ਦਿੱਤਾ ਕੋਈ ਪਤਾ ਨਹੀਂ, ਪਰ ਇੰਨੀ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਨਜ਼ਰ ਆਉਂਦੀ ਹੈ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਟਾਰਗੇਟ ਕਿੰਨਾ। ਇਹਦਾ ਮਤਲਬ ਕੀ ਹੋਇਆ ਕਿ ਹੁਣ ਤਾਂ ਦੇਖੋ 27 ਲੱਖ ਮੈਂਬਰਾਂ ਦਾ ਦਾਅਵਾ ਬੀਜੇਪੀ ਨੇ ਕੀਤਾ ਸੀ 30 ਕਰ ਦੇਣੇ ਉਹਨਾਂ ਨੇ, 30 ਲੱਖ ਹੋਣਾ ਦੇ 50 ਲੱਖ ਅਕਾਲੀ ਦਲ ਕਹਿੰਦਾ 80 ਲੱਖ ਹੋ ਗਿਆ। ਜੇ 15 ਲੱਖ ਰੁਪਈਆ 15 ਲੱਖ ਵੀ ਕਿਹਾ ਆਮ ਆਦਮੀ ਪਾਰਟੀ ਨੇ ਕਿ ਭਾਈ ਅਸੀਂ ਮੈਂਬਰ ਬਣਾਉਣੇ ਆ 95 ਲੱਖ ਹੋ ਗਿਆ। ਕਾਂਗਰਸ ਦਾ ਜਿਹੜਾ ਉਹ 30-35-40 ਲੱਖ ਤਾਂ ਹੋਏਗਾ ਹੀ, ਇਹਦਾ
30,000 हो गया। फिर खहरा साहब ने बैंस साहब आ बहुजन समाज पार्टी आ टकसाली आ कई होर बंदे आ इन्होंने भी 2,000-4,000 का हिसाब किताब रखिया तो 1.5 लाख मैंबर हो जूगा पंजाब सियासी पार्टियां का 1.5 लाख नहीं 1 करोड़ 1.5 लाख हुण 1 करोड़ 50 लाख जे सुखनैब जी मैंबर हो गए जी 2 करोड़ तो साढ़े कोले वोटां ने बाकी बचे 50 लाख उहदे विच सरकारी कर्मचारी भी हो ਮੈਨੂੰ ਲੱਗਦਾ ਜੀ ਇਧਰੋਂ ਮੈਂ ਇੱਕ ਵਾਰੀ ਦੇਖ ਲੈਣਾ ਸਾਰਾ ਕੁਝ ਦਰੁਸਤ ਕਰਕੇ ਤੇ ਜੇ ਨਾ ਹੋਈ ਤਾਂ ਫਿਰ ਇੱਕ ਆਪਾਂ ਕੱਟ ਕੇ ਦਰੁਸਤ ਕਰ ਲਾਂਗੇ ਜੀ ਹੁਣ ਸੁਖਨੈਬ ਜੀ ਦੇਖੋ ਜੇ 1.5 ਕਰੋੜ ਬੰਦਾ ਪੰਜਾਬ ਦੇ ਵਿੱਚੋਂ ਸਾਡੇ ਲੀਡਰਾਂ ਨੇ ਸਿਆਸੀ ਪਾਰਟੀਆਂ ਨੇ ਕਹਿਤਾ ਕਿ ਅਸੀਂ ਆਪਣੀਆਂ ਪਾਰਟੀਆਂ ਦਾ ਮੈਂਬਰ ਬਣਾ ਲਿਆ ਤੇ ਮੈਂਬਰ ਤੋਂ ਭਾਵ ਕਿ ਉਹ ਸਰਗਰਮ ਆ ਬਾਕੀ ਬੰਦੇ ਸਰਕਾਰੀ ਕਰਮਚਾਰੀ ਵਿਦੇਸ਼ ਵਾਲੇ ਬਿਮਾਰ ਫਮਾਰ ਕੱਢ ਦਈਏ ਪਰ ਕੋਈ ਬਚਣਾ ਹੀ ਨਹੀਂ ਕੋਈ ਬੀਬੀ ਵੀ ਨਹੀਂ ਘਰ ਦੇ ਵਿੱਚ ਬਚਣੀ ਜਿਹੜੀ ਕਿਸੇ ਸਿਆਸੀ ਪਾਰਟੀ ਦੀ ਮੈਂਬਰ ਨਾ ਹੋਵੇ ਇਸ ਕਰਕੇ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਨੇ ਜਿਹੜੇ ਤਰੀਕੇ ਢੰਗ ਲੱਭ ਲਏ ਨਾ ਕਿ ਅਸੀਂ ਮੈਂਬਰ ਬਣਾਉਣੇ ਆ ਮੈਂਬਰ ਬਣਾ ਕੇ ਪਾਰਟੀਆਂ ਕਾਮਯਾਬ ਕਰ ਲਾਂਗੇ ਲੋਕਾਂ ਨੂੰ ਕਹਿ ਦਾਂਗੇ ਕਿ ਪਈਆ ਵੇਖੋ ਸਾਡੇ ਨਾਲ ਕਿੰਨੇ ਲੋਕ ਜੁੜੇ ਆ ਤੁਸੀਂ ਵੀ ਜੁੜੋ ਇਹਦੇ ਵਿੱਚੋਂ ਬਹੁਤਾ ਕੰਮ ਸੱਜੇ ਖੱਬੇ ਚ ਲੱਗਦਾ ਜੀ ਹੁਣ ਭਗਵੰਤ ਮਾਨ ਹੋਰਾਂ ਨੇ 2-3 ਗੱਲਾਂ ਜਿਹੜੀਆਂ ਆਖ ਦਿੱਤੀਆਂ ਉਹਨਾਂ ਗੱਲਾਂ ਦੇ ਵਿੱਚੋਂ ਇਹ ਸਾਰਾ ਕੁਝ ਸਾਫ਼ ਹੋ ਕੇ ਸਾਹਮਣੇ ਆ ਰਿਹਾ ਕਿ ਇਸ ਵੇਲੇ ਜੋ ਕੁਝ ਚੱਲਦਾ ਉਹਦੇ ਵਿੱਚ ਉਹ ਤੀਸਰੀ ਧਿਰ ਬਣਨ ਦੇ ਲਈ ਕਾਹਲੇ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾ 1.5 ਸਾਲ ਆਪਾਂ ਯਾਦ ਕਰੀਏ ਤਾਂ ਸੁਖਨੈਬ ਜੀ ਉਨੀਆਂ ਰੈਲੀਆਂ ਸੁਖਬੀਰ ਸਿੰਘ ਬਾਦਲ ਤੇ ਕਪਤਾਨ ਸਾਹਿਬ ਸਾਂਝੇ ਤੌਰ ਤੇ ਵੀ ਸਾਰੇ ਦਿਨ ਚ ਨਹੀਂ ਸੀ ਕਰਦੇ ਜਿੰਨੀਆਂ ਭਗਵੰਤ ਮਾਨ ਇਕੱਲਾ ਹੀ ਕਰ ਜਾਂਦਾ ਸੀ ਇਹ ਗੱਲ ਸਾਰਿਆਂ ਨੂੰ ਪਤਾ ਸਵੇਰੇ 6 ਵਜੇ ਸ਼ੁਰੂ ਹੋ ਕੇ ਰਾਤ ਨੂੰ 11 ਵਜੇ ਵੀ ਰੈਲੀ ਹੁੰਦੀ ਸੀ ਤੇ ਲੋਕ ਸੁਣ ਵੀ ਆਉਂਦੇ ਸੀ ਮੀਟਿੰਗਾਂ ਨੂੰ ਸੰਬੋਧਨ ਕਰਦੇ ਰਹਿੰਦੇ ਸੀ ਹੁਣ ਇੱਕ ਵਾਰੀ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਮੁਕਾਬਲੇ ਉਭਰਨ ਦੇ ਯਤਨਾਂ ਦੇ ਵਿੱਚ ਨੇ ਭਗਵੰਤ ਮਾਨ ਆਪਦੇ ਹਲਕੇ 'ਚ ਸਾਡਾ LP ਸਾਡੇ ਘਰ ਪ੍ਰੋਗਰਾਮ ਸ਼ੁਰੂ ਕਰ ਲਿਆ ਹਫ਼ਤੇ 'ਚ ਘੱਟੋ ਘੱਟ 3 ਦਿਨ ਬਾਕੀ ਪੰਜਾਬ ਨੂੰ ਉਹਨਾਂ ਨੇ ਜਿਹੜਾ ਉਹ ਸਮਾਂ ਦੇਣ ਦਾ ਐਲਾਨ ਕਰ ਦਿੱਤਾ ਇਹ ਵੀ ਕਹਿ ਦਿੱਤਾ ਕਿ ਪਾਈਆ ਵੇਖੋ 39 ਅਬਜ਼ਰਵਰ ਲਾ ਤੇ 11 ਮੈਂਬਰੀ ਤਾਲਮੇਲ ਕਮੇਟੀ ਬਣਾ ਤੀ ਇਹਦਾ ਮਤਲਬ ਹੈ ਕਿ ਢਾਂਚੇ ਨੂੰ ਦਰੁਸਤ ਕਰਕੇ ਕਿਤੇ ਨਾ ਕਿਤੇ ਭਗਵੰਤ ਮਾਨ ਹੁਣ ਪੰਜਾਬ ਪੱਧਰੀ ਮੁੱਦਿਆਂ ਦੇ ਉੱਤੇ ਆਉਣਗੇ ਉਹਨਾਂ ਦਾ ਅੰਦੋਲਨ ਚਲਾਉਣਗੇ ਲੋਕਾਂ ਨੂੰ ਚੰਗਾ ਲੱਗਦਾ ਨਹੀਂ ਲੱਗਦਾ ਉਹ ਬਾਅਦ ਦੀਆਂ ਗੱਲਾਂ ਪਰ ਇੱਕ ਗੱਲ ਪੱਕੀ ਹੈ ਕਿ ਜੇ ਇਮਾਨਦਾਰੀ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਕੰਮ ਕਰ ਨੇਪਰੇ ਚੜ ਗਏ ਚੰਗੀ ਮੈਂਬਰਸ਼ਿਪ ਹੋ ਗਈ ਦੁਆਬਾ ਤੇ ਮਾਝਾ ਜਿਹੜਾ ਉਧਰਲੇ ਪਾਸੇ ਨੂੰ ਥੋੜਾ ਥੋੜਾ ਪੈਰ ਪਸਾਰ ਲਿਆ ਤੇ ਹੋ ਸਕਦਾ ਜੇ 2.5 ਸਾਲ ਪਏ ਆ ਕਿ ਇਹਨਾਂ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਦੁਬਾਰਾ ਪੈਰਾਂ ਸਿਰ ਆ ਹੀ ਜਾਏ ਪਰ ਜਿਵੇਂ ਜਿਵੇਂ ਆਮ ਆਦਮੀ ਪਾਰਟੀ ਸਰਗਰਮ ਹੋ ਰਹੀ ਹੈ ਨਾਲ ਦੀ ਨਾਲ ਵਿਰੋਧੀ ਪਾਰਟੀਆਂ ਨੇ ਵੀ ਕੰਮ ਆਪਣਾ ਸ਼ੁਰੂ ਕਰਤਾ ਕਿ ਭਾਈ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਹੁਣ ਆਪਣੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਨੂੰ ਡੱਕਣ ਦੇ ਯਤਨ ਸ਼ੁਰੂ ਕਰਤੇ ਆ ਦੋਸ਼ ਵੀ ਲੱਭਣਗੇ ਬੰਦੇ ਵੀ ਜਿਹੜੇ ਇੱਧਰ ਉੱਧਰ ਕਰਾਏ ਜਾਣਗੇ ਪਰ ਵੇਖਦੇ ਆ ਕਿ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਦੇ ਲੋਕ ਕਿੰਨੇ ਕੁ ਕਦਮ ਰੋਜ਼ ਅੱਗੇ ਵਧਣ ਦਿੰਦੇ ਆ ਜੀ ਤੇ ਵਟਸਐਪ ਬੇਲਾ ਚੰਗਾ ਜਾਂ ਮਾੜਾ ਇਹ ਤਾਂ ਅੱਡ ਗੱਲ ਤੇ ਬਰਗਾੜੀ ਕਾਂਡ ਦੀ ਜਾਂਚ ਹੈ ਜਿਹੜੀ ਇਹ ਸ਼ੱਕ ਦੇ ਘੇਰੇ ਦੇ ਵਿੱਚ ਆਈ ਜਾਂਦੀ ਹੈ ਲਗਾਤਾਰ ਹੀ ਭੰਬਲ ਭੂਸਾ ਵਧੀ ਜਾਂਦਾ ਜਾਂਚ ਨਹੀਂ ਅੱਗੇ ਵਧ ਰਹੀ ਦੇਖੋ ਸੁਖਨੈਬ ਜੀ ਜਦੋਂ ਵੀ ਕਦੇ ਬਰਗਾੜੀ ਕਾਂਡ ਦਾ ਜ਼ਿਕਰ ਆਉਂਦਾ ਤੇ ਫਿਰ ਬਹੁਤ ਸਾਰੇ ਲੋਕ ਭਾਵੁਕ ਹੁੰਦੇ ਆ ਘਟਨਾਕ੍ਰਮ ਵੀ ਇਦਾਂ ਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੋਣਾ ਉਹਦੇ ਤੋਂ ਬਾਅਦ ਸੰਗਤ ਦਾ ਰੋਸ ਚ ਆਉਣਾ ਧਰਨੇ ਪ੍ਰਦਰਸ਼ਨ ਹੋਣੇ ਪੁਲਿਸ ਦੀ ਗੋਲੀ ਚੱਲਣੀ 2 ਲੋਕਾਂ ਦੀ ਮੌਤ ਹੋਣੀ ਦਰਜਣਾ ਦਾ ਜ਼ਖਮੀ ਹੋਣਾ ਉਹਦੇ ਤੋਂ ਬਾਅਦ 4 ਸਾਲ ਬੀਤ ਗਏ ਅਸੀਂ 2 ਪਾਰਟੀਆਂ ਦੀਆਂ ਸਰਕਾਰਾਂ ਵੇਖ ਲਈਆਂ ਅਸੀਂ 2-2 ਕਮਿਸ਼ਨ ਤੇ 3-3, 4-4 ਕਮੇਟੀਆਂ ਵੇਖ ਲਈਆਂ ਵੱਡੇ ਵੱਡੇ ਲੀਡਰਾਂ ਦੇ ਦਾਅਵੇ ਵੇਖ ਲਏ ਪਰ ਅਜੇ ਤੱਕ ਬਰਗਾੜੀ ਕਾਂਡ ਦਾ ਇਨਸਾਫ ਮਿਲਣਾ ਤਾਂ ਦੂਰ ਜਿਹੜੀ ਜਾਂਚ ਹੋ ਰਹੀ ਹੈ ਉਹ ਵੀ ਸ਼ੱਕ ਦੇ ਘੇਰੇ 'ਚ ਹੈ ਕਿ ਭਾਈ ਉਹ ਠੀਕ ਤਰੀਕੇ ਜਾਂਚ ਕੀਤੀ ਵੀ ਗਈ ਹੈ ਕਿ ਨਹੀਂ ਸਭ ਤੋਂ ਪਹਿਲਾਂ ਦੇਖੋ ਲੋਕ ਸ਼ੱਕ ਕਿਉਂ ਕਰਦੇ ਆ ਜਾਂ ਲੋਕ ਸ਼ੱਕ ਕਿਉਂ ਨਾ ਕਰਨ ਇਹ ਬਹੁਤ ਵੱਡਾ ਸਵਾਲ ਹੈ ਹੁਣ ਹਾਲਾਤ ਇਹ ਹੋਏ ਕਿ CBI ਸਭ ਤੋਂ ਵੱਡੀ ਦੇਸ਼ ਦੀ ਏਜੰਸੀ ਹੈ ਉਹਨੂੰ ਜਾਂਚ ਪੜਤਾਲ ਦਾ ਜ਼ਿੰਮਾ ਦਿੱਤਾ ਕਈ ਸਾਲ ਲੱਗੀ ਰਹੀ ਬਾਅਦ 'ਚ ਕਹਿੰਦੇ ਕਿ ਨਾ ਤਾਂ ਪੈਰਾਂ ਦੇ ਨਿਸ਼ਾਨ ਮਿਲਿਆ ਨਾ ਹੱਥਾਂ ਦੇ ਨਿਸ਼ਾਨ ਮਿਲਿਆ ਨਾ ਕੋਈ ਹੋਰ ਬਹੁਤ ਵੱਡਾ ਗਵਾਹ ਮਿਲਿਆ ਤੇ ਨਾ ਦਸਤਾਵੇਜ਼ ਮਿਲਿਆ ਇਸ ਕਰਕੇ ਚੱਲਦੇ ਹੀ ਆ ਦੂਸਰੇ ਪਾਸੇ ਹੁਣ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਬਸਪਾ ਸਾਰੀਆਂ ਧਿਰਾਂ ਇਸ ਮੁੱਦੇ ਨੂੰ ਆਪੋ ਆਪਣੇ ਹਿਸਾਬ ਨਾਲ ਲੈ ਕੇ ਤੁਰਦੀਆਂ ਜਦੋਂ CBI ਨੇ ਕਹਿ ਤਾ ਕਿ ਸਾਨੂੰ ਕੱਖ ਨਹੀਂ ਲੱਭਾ ਕਲੋਜ਼ ਰਿਪੋਰਟ ਨਾਲ ਦੀ ਨਾਲ ਇੱਧਰ ਪੰਜਾਬ ਵਾਲੇ ਪਾਸੇ ਨੂੰ ਕੰਮ ਚਲੇ ਗਿਆ ਹੁਣ ਪੰਜਾਬ ਦੇ ਵਿੱਚ
ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਤੇ ਉਹਨਾਂ ਨੇ ਐਸ ਆਈ ਟੀ ਬਣਾਈ। ਪ੍ਰਬੋਧ ਕੁਮਾਰ ਨੇ ਅਗਵਾਈ ਕੀਤੀ, ਕੁੰਵਰ ਵਿਜੇ ਪ੍ਰਤਾਪ ਇੱਕ ਮੈਂਬਰ ਨੇ ਜਿਵੇਂ ਹੋਰ। ਹੁਣ ਪ੍ਰਬੋਧ ਕੁਮਾਰ ਹੋਰਾਂ ਨੇ ਜਦੋਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਅੱਗੇ ਲਾ ਕੇ ਕੰਮ ਕਰ ਤੋੜਿਆ, ਇਨਕੁਆਰੀਆਂ ਕਰਾਈਆਂ, ਪਰ ਉਹਦੇ ਤੋਂ ਬਾਅਦ ਅਚਾਨਕ ਪਤਾ ਨੀ ਕੀ ਹੋਇਆ ਕਿ ਐਸ ਆਈ ਟੀ ਦੇ ਮੈਂਬਰ ਦੋ ਹਿੱਸਿਆਂ ਦੇ ਵਿੱਚ ਵੰਡ ਹੋ ਗਏ। ਹੁਣ ਦੇਖੋ ਲੋਕ ਕੀ ਕਰਨ ਤੇ ਕੀ ਨਾ ਕਰਨ। ਇੱਕ ਪਾਸੇ ਸੀ ਬੀ ਆਈ ਕਹਿੰਦੀ ਹੈ ਕਿ ਸਾਨੂੰ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਐਸ ਆਈ ਟੀ ਦੇ ਮੁਖੀ ਪ੍ਰਬੋਧ ਕੁਮਾਰ ਏ ਡੀ ਜੀ ਪੀ ਸਾਹਿਬ ਨੇ ਲਿਖਤੀ ਰੂਪ ਦੇ ਵਿੱਚ ਆਹ ਚੀਜ਼ਾਂ ਦਿੱਤੀਆਂ ਕਿ ਭਾਈ ਬਹੁਤ ਖਤਰਨਾਕ ਨੇ, ਥੋੜਾ ਜਿਹਾ ਬਚ ਬਚ ਕੇ ਜਿਹੜਾ ਉਹ ਅਗਲੇ ਪਾਸੇ ਨੂੰ ਵਧਣ ਦੀ ਲੋੜ ਹੈ। ਚਲੋ ਨਾਲ ਦੀ ਨਾਲ ਹੁਣ ਤੁਸੀਂ ਦੇਖੋ ਪ੍ਰਬੋਧ ਕੁਮਾਰ ਹੋਰਾਂ ਨੇ ਇੱਕ ਚਿੱਠੀ ਸੀ ਬੀ ਆਈ ਨੂੰ ਲਿਖ ਦਿੱਤੀ, ਇਹ ਜੁਲਾਈ ਮਹੀਨੇ ਦੀ 29 ਤਰੀਕ ਦੀ ਗੱਲ ਹੈ, ਕਿ ਚਿੱਠੀ ਕੀ ਲਿਖੀ ਹੈ ਕਿ ਤੁਸੀਂ ਭਾਈ ਆਪਣਾ ਹਿਸਾਬ ਕਿਤਾਬ ਆਪਣਾ ਪ੍ਰਬੰਧ ਜਿਹੜਾ ਆਪ ਵੇਖਣਾ, ਜੇ ਆਪਣਾ ਪ੍ਰਬੰਧ ਆਪ ਵੇਖੋਗੇ ਤਾਂ ਵਧੀਆ, ਤੇ ਜੇ ਆਪ ਨਹੀਂ ਵੇਖੋਗੇ ਤਾਂ ਕੰਮ ਜਿਹੜਾ ਉਹ ਕਿਤੇ ਨਾ ਕਿਤੇ ਖਰਾਬ ਵੀ ਹੋ ਸਕਦਾ। ਇੱਥੋਂ ਤੱਕ ਹੁਣ ਤੁਸੀਂ ਹਿਸਾਬ ਲਾਓ, ਪ੍ਰਬੋਧ ਕੁਮਾਰ ਹੋਰਾਂ ਨੇ ਕਹਿ ਦਿੱਤਾ ਕਿ ਜਿਸ ਥਾਂ ਦੇ ਉੱਤੇ ਬਰਗਾੜੀ ਦੇ ਵਿੱਚ ਸਾਰਾ ਕੁਝ ਹੋਇਆ ਉਹਦੇ ਨੇੜੇ ਤੇੜੇ ਪਾਕਿਸਤਾਨੀ ਸਿਮ ਜਿਹੜੇ ਐਕਟਿਵ ਸੀਗੇ, ਇਸ ਕਰਕੇ ਕਹਿੰਦੇ ਵਿਦੇਸ਼ਾਂ ਦਾ ਮਾਮਲਾ ਜੁੜਦਾ, ਸੀ ਬੀ ਆਈ ਜਾਂਚ ਕਰੇ। ਜਦਕਿ ਉਹਦੇ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਜਿਹੜੇ ਕਿ ਆਈ ਜੀ ਨੇ ਉਹ ਖੁਦ ਦਸਖਤ ਕਰਕੇ ਰਿਪੋਰਟ ਜਿਹੜੀ ਹੈ ਉਹ ਸਬਮਿਟ ਕਰਕੇ ਆ ਗਿਆ ਸੀ ਕਿ ਭਾਈ ਆ ਦੇਖੋ ਰਿਪੋਰਟ ਤਿਆਰ ਹੈ। ਹੁਣ ਜਦੋਂ ਰਿਪੋਰਟ ਤਿਆਰ ਹੈ ਤਾਂ ਫਿਰ ਕਿਤੇ ਨਾ ਕਿਤੇ ਕਹਾਣੀ ਜਿਹੜੀ ਆ ਦੂਜੇ ਪਾਸੇ ਨੂੰ ਚੱਲਣੀ ਆ। 56 ਸਫਿਆਂ ਦੀ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਦੇ ਦਿੰਦੇ ਆ, ਉਹਦੇ ਨਾਲ ਇਹ ਜਿਹੜੇ ਇਤਫਾਕ ਨਹੀਂ ਰੱਖਦੇ। ਪ੍ਰਬੋਧ ਕੁਮਾਰ ਹੋਰੀ ਕਹਿਤਾ ਕਿ ਭਾਈ ਸਾਡੀ ਕੋਈ ਡਿਊਟੀ ਨਹੀਂ, ਲਿਖਤੀ ਕਹਿ ਕੇ ਗਏ, ਜੋ ਕੁਝ ਹੁੰਦਾ ਜਾਂ ਜੋ ਕੁਝ ਹੋਣਾ ਉਹਦੇ ਬਾਬਤ ਹੁਣ ਹਿਸਾਬ ਕਿਤਾਬ ਜਿਹੜਾ ਉਹ ਕਹਿੰਦੇ ਆਪਣੇ ਆਪ ਹੀ ਲਾਵਾਂਗੇ। ਪਰ ਹੁਣ ਜੇ ਕੁੰਵਰ ਵਿਜੇ ਪ੍ਰਤਾਪ ਦੇ 56 ਪੇਜਾਂ ਦੀ ਜਿਹੜੀ ਜਾਂਚ ਰਿਪੋਰਟ ਆ ਉਹਨੂੰ ਸਹੀ ਮੰਨਦੇ ਆ ਤਾਂ ਪ੍ਰਬੋਧ ਕੁਮਾਰ ਹੋਰੀ ਝੂਠੇ ਪੈਂਦੇ ਆ, ਜੇ ਪ੍ਰਬੋਧ ਕੁਮਾਰ ਹੋਰਾਂ ਨੂੰ ਸਹੀ ਮੰਨਦੇ ਆ ਤਾਂ ਫਿਰ ਕੁੰਵਰ ਵਿਜੇ ਪ੍ਰਤਾਪ ਦਾ ਹੌਸਲਾ ਟੁੱਟਦਾ। ਵੈਸੇ ਮੈਂ ਇੱਕ ਗੱਲ ਜਿਹੜੀ ਹੈ ਉਹ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਦੱਸਦਿਆਂ ਕਿ ਬਰਗਾੜੀ ਕਾਂਡ ਦੀ ਜਾਂਚ ਮੁਕੰਮਲ ਉਦੋਂ ਹੋਣੀ ਆ ਜਦੋਂ ਸਾਡੇ ਸਿਆਸਤਦਾਨ ਚਾਹੁਣਗੇ। ਜਦੋਂ ਇਹ ਕਹਿਣਗੇ ਕਿ ਭਾਈ ਚੱਕ ਦਿਓ ਫੱਟੇ ਕੋਈ ਗੱਲ ਹੀ ਨਹੀਂ, ਫਿਰ ਉੱਥੇ ਕਿਹਨੇ ਸੁਣਨਾ। ਸੋ ਕੁੱਲ ਮਿਲਾ ਕੇ ਹਲਦੀ ਕੜੀ ਬਰਨਾਲੀ ਵਾਲੀ ਬਰਗਾੜੀ ਵਾਲੇ ਮੁੱਦੇ ਤੇ ਇਨਸਾਫ਼ ਤਾਂ ਸੁਖਨੈਬ ਜੀ ਕੋਈ ਨਹੀਂ ਲੱਗਦਾ, ਪਰ ਜਿਸ ਤਰੀਕੇ ਲਗਾਤਾਰ ਸ਼ੱਕ ਦਰ ਸ਼ੱਕ ਵੱਧ ਰਿਹਾ ਉਹਨੇ ਕਿਤੇ ਨਾ ਕਿਤੇ ਘਾਟ ਜਿਹੜਾ ਉਹ ਕਰਨਾ ਜ਼ਰੂਰ ਹੈ ਜੀ। ਤੇ ਅੱਜ ਖੇਡ ਦਿਵਸ ਹੈ, ਮੈਂ ਤਾਂ ਭੁੱਲ ਹੀ ਬੈਠਾ ਸੀ, ਸਵੇਰੇ ਜ਼ਰੂਰ ਗੱਲ ਕਰਦਾ ਸੀ ਪਰ ਊਂ ਵਟਸਐਪ ਆਪਣੇ ਵਰਗੇ ਬੰਦੇ ਭੁੱਲ ਹੀ ਜਾਂਦੇ ਆ ਹਨਾ। ਜੇ ਡਾਕਟਰ ਕਹੇ ਕੋਈ ਗੇਮ ਖੇਡੋ ਫਿਰ ਤਾਂ ਵੀਡੀਓ ਗੇਮ ਖੇਡਣ ਲੱਗ ਜਾਂਦੇ ਆ। ਬਚਪਨ ਦੇ ਵੇਲੇ ਖੁਦੋ ਖੁੰਡੀ ਖੇਡੀ ਆ, ਹਾਕੀ ਨੂੰ ਕਿੱਥੇ ਯਾਦ ਰੱਖੀਏ। ਦੇਖੋ ਸੁਖਨੈਬ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਾਡੇ ਲਈ ਮਸਲਾ ਹੋਣਾ ਵੀ ਚਾਹੀਦਾ, ਇਸ ਕਰਕੇ ਕਿਉਂਕਿ ਮੇਜਰ ਧਿਆਨ ਚੰਦ ਨੂੰ ਚੇਤੇ ਕਰੀਏ, ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ ਜਿਹਨੂੰ ਜਰਮਨ ਦੇ ਉਸ ਵੇਲੇ ਦੇ ਡਿਕਟੇਟਰ ਹਿਟਲਰ ਨੇ ਕਿਹਾ ਸੀ ਤੂੰ ਸਾਡੇ ਵੱਲ ਆ ਜਾ, ਤੈਨੂੰ ਜਰਮਨ ਦੀ ਫੌਜ ਦੇ ਵਿੱਚ ਬਹੁਤ ਵੱਡੀ ਨੌਕਰੀ ਦੇਣੀ, ਉਹ ਕਹਿੰਦਾ ਮੈਂ ਆਪਣੇ ਦੇਸ਼ 'ਚ ਰਹੂੰਗਾ। ਚਲੋ ਦੇਸ਼ ਦੇ ਵਿੱਚ ਰਹਿਣਾ ਚਾਹੀਦਾ, ਉਸ ਬੰਦੇ ਨੇ ਭਾਰਤ ਦਾ ਨਾਂ ਬਹੁਤ ਉੱਚਾ ਕੀਤਾ ਤੇ ਅੱਜ ਦੇ ਦਿਨ ਅਗਲੇ ਦਾ ਜਨਮ ਦਿਨ ਹੁੰਦਾ ਤੇ ਜਨਮ ਦਿਨ ਨੂੰ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਰਾਸ਼ਟਰੀ ਖੇਡ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੀਆਂ, ਇਹ ਸਾਡਾ ਨੈਸ਼ਨਲ ਸਪੋਰਟਸ ਡੇ ਆ ਭਾਰਤੀਆਂ ਦਾ। ਹੁਣ ਖੇਡ ਦਿਵਸ ਤਾਂ ਹੋ ਗਿਆ, ਅਸੀਂ ਚੰਗੇ ਚੋਣਵੇਂ ਖਿਡਾਰੀਆਂ ਨੂੰ ਅਵਾਰਡ ਵੀ ਦਿੰਦੇ ਹਾਂ, ਇੱਕ ਅੱਧੇ ਕੋਚ ਨੂੰ ਵੀ ਅਵਾਰਡ ਦਿੰਦੇ ਹਾਂ, ਵਧੀਆ ਸੈਰਾਮਨੀ ਕਰਦੇ ਹਾਂ ਜੀ। ਪਰ ਨਾਲ ਦੀ ਨਾਲ ਸਵਾਲ ਇਹ ਪੈਦਾ ਹੁੰਦਾ ਕਿ ਕੀ ਸੱਚੀ ਮੁੱਚੀ ਭਾਰਤ ਦੇ ਵਿੱਚ ਖੇਡਾਂ ਦੇ ਲਈ ਸਾਜ਼ਗਾਰ ਕੁਝ ਮਾਹੌਲ ਹੈ, ਕੋਈ ਆਸ ਕੋਈ ਉਮੀਦ ਕੋਈ ਇਦਾਂ ਦੇ ਕੋਈ ਰੰਗ ਰੁੰਗ ਵੱਜਦਾ ਜਿਹਦੇ ਤੋਂ ਲੱਗਦਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੇਡਾਂ ਦੇ ਖੇਤਰ ਦੇ ਵਿੱਚ ਭਾਰਤ ਸ਼ਾਇਦ ਮੱਲਾ ਮਾਰ ਸਕੇ। ਦੇਖੋ ਹਾਲਾਤ ਤਾਂ ਮਾੜੇ ਨੇ, ਆਪਾਂ ਪੰਜਾਬ ਦੀ ਗੱਲ ਕਰ ਲਈਏ, ਛੋਟੇ ਸਕੂਲਾਂ ਜਿਹੜੇ ਪੰਜਵੀਂ ਅੱਠਵੀਂ ਦਸਵੀਂ ਤੱਕ ਕਿੰਨੀਆਂ ਕੁ ਖੇਡਾਂ ਨੇ, ਕਿੰਨੀਆਂ ਕੁ ਗਰਾਊਂਡਾਂ ਨੇ, ਕਿਤੇ ਕਿੰਨੇ ਕੁ ਖੇਡ ਦੇ ਸਾਧਨ ਨੇ ਕਿਤੇ, ਤੇ ਇਧਰਲੇ ਪਾਸੇ ਉਹ ਕਹਿੰਦੇ ਕਿ ਜੇ ਇੱਦਾਂ ਦੀ ਗੱਲ ਆ ਤਾਂ ਫਿਰ ਆਪਾਂ ਕੁਝ ਨਾ ਕੁਝ ਸ਼ੁਰੂ ਕਰਦੇ ਹਾਂ, ਫਿਰ ਤਾਂ ਆਪਾਂ ਥੋੜਾ ਜਿਹਾ ਅਗਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਦੇਖੋ ਸਕੂਲਾਂ ਦੇ ਵਿੱਚ ਖੇਡ ਸਹੂਲਤਾਂ ਹੈ ਨਹੀਂ, ਪਿੰਡਾਂ 'ਚ ਹੈ ਨਹੀਂ, ਸ਼ਹਿਰਾਂ 'ਚ ਹੈ ਨਹੀਂ, ਕਸਬਿਆਂ 'ਚ ਹੈ ਨਹੀਂ, ਫਿਰ ਆਪਾਂ ਪਨੀਰੀ ਕਿੱਥੋਂ ਲੱਭਣੀ ਆ। ਦੇਖੋ ਪਨੀਰੀ ਨੂੰ ਤਲਾਸ਼ਣਾ ਤੇ ਤਰਾਸ਼ਣਾ ਹੁੰਦਾ ਕੋਚ ਨੇ, ਪਰ ਅਸੀਂ ਕੋਚਾਂ ਦੇ ਉੱਤੇ ਪੈਸੇ ਲਾਉਂਦੇ ਨੇ, ਇਨਵੈਸਟਮੈਂਟ ਕਰਦੇ ਨੇ, ਵਾਧੂ ਜਿਹਾ ਕੰਮ ਆਉਂਦੇ ਆ। ਹੁਣੇ ਹੁਣੇ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ ਹੈ ਪਹਿਲੀ ਵਾਰ ਕਿਸੇ ਭਾਰਤ ਦੀ ਮੁਟਿਆਰ ਨੇ, ਪਰ ਉਸ ਮੁਟਿਆਰ ਦਾ ਕੋਚ ਕੌਣ ਹੈ? ਗੋਪੀ ਚੰਦ। ਪੀ ਵੀ ਸਿੰਧੂ ਨੂੰ ਵੀ ਉਹਨੇ ਕੋਚਿੰਗ ਦਿੱਤੀ ਹੈ ਤੇ ਦੂਸਰੇ ਪਾਸੇ ਸਾਇਨਾ ਨੇਹਵਾਲ ਨੂੰ ਵੀ ਉਹਨੇ ਕੋਚਿੰਗ ਦਿੱਤੀ ਹੈ। ਤੇ ਖੇਡ ਦਿਵਸ ਦੇ ਮੌਕੇ ਤੇ ਪੁਲੇਲਾ ਗੋਪੀ ਚੰਦ ਨੇ ਕਹਿ ਦਿੱਤਾ ਕਿ ਦੇਖੋ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਸਰਕਾਰ ਨੇ ਕਦੇ ਕੋਚ ਦੇ ਉੱਤੇ ਇਨਵੈਸਟਮੈਂਟ ਨਹੀਂ ਕੀਤੀ, ਅੱਜ ਤੱਕ ਨਹੀਂ ਕੀਤੀ, ਕਰ ਲੈਣੀ ਚਾਹੀਦੀ ਸੀ। ਉਹ ਕਹਿੰਦੇ ਜੇ ਕੋਚ ਤੇ ਇਨਵੈਸਟਮੈਂਟ ਕਰਨਗੇ
ਕੋਚ ਵੱਧ ਤੋਂ ਵੱਧ ਭਾਰਤ ਦੇ ਵਿੱਚ ਹੋਣਗੇ, ਉਹ ਖੇਡ ਪ੍ਰਤਿਭਾ ਨੂੰ ਤਲਾਸ਼ਣਗੇ, ਤਰਾਸ਼ਣਗੇ, ਅੱਗੇ ਵਧਾਉਣਗੇ, ਤਾਂ ਫਿਰ ਸਮਝ ਲਓ ਕਿ ਕੰਮ ਕਾਰ ਜਿਹੜਾ ਉਹ ਸਾਰਾ ਸਿਰੇ ਤੇ ਚੜ ਗਿਆ। ਚਲੋ ਹੁਣ ਦੇਖੋ ਇੱਥੇ ਦੋ ਉਦਾਹਰਨਾਂ ਮੈਂ ਦਿੰਦੀ ਹਾਂ, ਇੱਕ ਤਾਂ ਦੇਤੀ ਆ ਇਸ ਬੰਦੇ ਦੀ ਪਲੇਲਾ ਗੋਪੀ ਚੰਦ ਦੀ, ਦੂਸਰੀ ਉਦਾਹਰਨ ਆ ਸਾਡੀ ਇੰਦੌਰ ਸ਼ਹਿਰ ਦੀ। ਮੀਰ ਚੰਦਨ ਨੇਗੀ ਭਾਰਤੀ ਹਾਕੀ ਟੀਮ ਦਾ ਬਹੁਤ ਵੱਡਾ ਇੱਕ ਗੋਲਕੀਪਰ ਹੋਇਆ, ਚੱਕ ਦੇ ਇੰਡੀਆ ਫਿਲਮ ਬਣੀ ਸੀ, ਤੇ ਉਸ ਚੱਕ ਦੇ ਇੰਡੀਆ ਫਿਲਮ ਦੇ ਵਿੱਚ ਜਿਹੜੇ ਹੀਰੋ ਸਾਹਿਬ ਸੀ ਸਾਡੇ, ਉਹਨਾਂ ਨੂੰ ਦੋ ਚਾਰ ਗੁਰ ਜਿਹੜੇ ਸਿਖਾਏ ਸੀ ਉਹ ਵੀ ਮੀਰ ਚੰਦਨ ਨੇਗੀ ਨੇ ਸਿਖਾਏ ਸੀ। ਹੁਣ ਦੇਖੋ ਮੀਰ ਚੰਦਨ ਨੇਗੀ ਨੇ ਜਦੋਂ ਪੁੱਛਿਆ ਕਿ ਭਾਈ ਆ ਕੀ ਹਿਸਾਬ ਕਿਤਾਬ, ਤੁਸੀਂ ਫੁੱਟਪਾਥ ਤੇ ਕੀ ਕਰਦੇ ਹੋ, ਉਹ ਕਹਿੰਦੇ ਜੀ ਦੇਖੋ ਇੰਦੌਰ ਦੇ ਵਿੱਚ ਹਾਕੀ ਦੀ ਇੱਕ ਗਰਾਊਂਡ ਸੀ, ਇਹ ਭਾਰਤੀ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਦੀ ਗੱਲ ਹੈ, ਜਿਹੜਾ ਬੰਦਾ ਰੋਜ਼ 70-80 ਖਿਡਾਰੀਆਂ ਨੂੰ ਟ੍ਰੇਨਿੰਗ ਦਿੰਦਾ ਆਪਣੇ ਪੱਧਰ ਤੇ, ਜਦੋਂ ਇੰਦੌਰ ਸ਼ਹਿਰ ਦੇ ਵਿੱਚ ਖੇਡ ਦਾ ਮੈਦਾਨ ਸੀ ਉਹਦੇ ਉੱਥੇ ਖੇਡਦੇ ਸੀ, ਹੁਣ ਉਹ ਹੈ ਨਹੀਂ ਗਿਆ ਤਾਂ ਫੁੱਟਪਾਥ ਤੇ ਖੇਡਦੇ ਆ। ਹੁਣ ਮੀਰ ਚੰਦਰ ਨੇਗੀ ਨੂੰ ਪੁੱਛਿਆ ਗਿਆ ਕਿ ਇਹ ਕੀ, ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਬੱਦਰੀ ਜਿਹੀ ਹੈ, ਕੋਈ ਬਹੁਤੀ ਇੱਧਰ ਉੱਧਰ ਆਉਣ ਦੀ ਲੋੜ ਨਹੀਂ। ਹੁਣ ਗੱਲ ਇਹ ਹੈ ਕਿ ਇਸ ਵੇਲੇ ਮੀਰ ਚੰਦਰ ਨੇਗੀ ਹੋਰੀ ਕਹਿੰਦੇ ਆ ਕਿ ਸਾਡੇ ਕੋਲ ਗਰਾਊਂਡ ਹੁੰਦੀ ਸੀ ਪਰ ਉੱਥੇ ਕਹਿੰਦੇ ਕੂੜਾ ਡੰਪ ਪਾਉਣਾ, ਜਿੱਥੇ ਅੱਗੇ 70-80 ਬੱਚੇ ਹਾਕੀ ਖੇਡਦੇ ਸੀ ਉੱਥੇ ਅੱਜ ਕੂੜੇ ਦੇ ਢੇਰ ਲੱਗੇ ਵਾ, ਤੇ ਉਹ ਕਿਤੇ ਬਾਹਰਲੇ ਪਾਸੇ ਮਾੜਾ ਮੋਟਾ ਹਿਸਾਬ ਕਿਤਾਬ ਜਿਹਾ ਕਰਨ ਦੇ ਲਈ ਹੁਣ ਫੁੱਟਪਾਥ ਤੇ ਵਿਦਿਆਰਥੀਆਂ ਨੂੰ ਸੱਦ ਲੈਂਦੇ ਆ, ਜੇ ਅਗਲੇ ਫੁੱਟਪਾਥ ਤੇ ਸੌਂਦੇ ਆ ਤਾਂ ਉਹ ਚਾਰ ਕਠੋਕੜਾਂ ਦੀਆਂ ਮਾਰ ਕੇ ਉਹਨਾਂ ਨੂੰ ਤਾਂ ਚੱਕ ਲੈਂਦੇ। ਸੋ ਹਾਲ ਦੀ ਘੜੀ ਤਾਂ ਹਾਲਾਤ ਜਿਹੜੇ ਨੇ ਉਹ ਥੋੜੇ ਥੋੜੇ ਐਸੇ ਤਰੀਕੇ ਦੇ ਹੀ ਬਣਦੇ ਜਾ ਰਹੇ ਆ ਕਿ ਜਦੋਂ ਭਾਰਤੀ ਟੀਮ ਦਾ ਇੱਕ ਸਾਬਕਾ ਗੋਲਕੀਪਰ ਬੱਚਿਆਂ ਨੂੰ 70-80 ਬੱਚੇ ਨੇ ਹਾਕੀ ਦੇ ਗੁਰ ਸਿਖਾਉਣ ਦੇ ਲਈ, ਉਹ ਬੰਦਾ ਫੁੱਟਪਾਥ ਤੇ ਜਾਂਦਾ, ਉਹਦੇ ਕੋਲ ਕੋਈ ਮੈਦਾਨ ਨਹੀਂ। ਹੋਰ ਦੇਖੋ ਤੁਸੀਂ ਕਹਾਣੀ ਇੱਥੇ ਨਹੀਂ ਮੁੱਕਦੀ, ਕਹਾਣੀ ਥੋੜੀ ਜਿਹੀ ਅਗਲੇ ਪਾਸੇ ਨੂੰ ਵੀ ਜਾਣੀ ਹੈ। ਉਹ ਕਹਿੰਦੇ ਕਿ ਮੈਂ ਜਿਹੜੀ ਉਹ ਡ੍ਰਿਬਲਿੰਗ ਕਰਦੇ ਹੁੰਦੇ ਇੱਕ ਦੂਜੇ ਦੇ ਗੇਂਦ ਕਿਵੇਂ ਖੋਣੀ ਉਹ ਤਾਂ ਸਿਖਾਈ ਜਾਂਦਾ, ਛੋਟੇ ਪਾਸ ਲੈਣੇ ਵੀ ਸਿਖਾਈ ਜਾਂਦਾ, ਪਰ ਹੁਣ ਲੰਬੀ ਮਿਆਦ ਦੇ ਪਾਸ ਜਿਹੜੇ ਆ ਉਹ ਕਿਵੇਂ ਲੈਣੇ ਸਿਖਾਵਾਂ। ਕੁਝ ਕਹਿੰਦੇ ਮੇਰੇ ਵੱਸ ਤੋਂ ਹੋ ਸਕਦਾ ਕਿ ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਹੋਣ, ਪਰ ਇਸ ਵੇਲੇ ਭਾਵੇਂ ਆਪਾਂ ਮੀਰ ਚੰਦਰ ਨੇਗੀ ਦੀ ਗੱਲ ਕਰ ਲਈਏ, ਦੂਸਰੇ ਪਾਸੇ ਭਾਵੇਂ ਪਲੇਲਾ ਗੋਪੀ ਚੰਦ ਦੀ ਗੱਲ ਕਰ ਲਈਏ, ਤੀਸਰੇ ਪਾਸੇ ਭਾਵੇਂ ਪੰਜਾਬ ਸੂਬੇ ਦੇ ਵਿੱਚ ਲਗਾਤਾਰ ਬੰਦ ਹੋ ਰਹੇ ਸਪੋਰਟਸ ਡਿਪਾਰਟਮੈਂਟਾਂ ਦੀ ਬੰਦ ਗੱਲ ਕਰ ਲਈਏ, ਤਾਂ ਸਾਰੇ ਪਾਸੇ ਕਹਾਣੀ ਜਿਹੜੀ ਤਕਰੀਬਨ ਇੱਕੋ ਜਿਹੀ ਹੈ। 4-5 ਅਵਾਰਡ ਦੇਣ ਦੇ ਨਾਲ ਖਿਡਾਰੀਆਂ ਦਾ ਹੌਸਲਾ ਵੱਧਦਾ ਜ਼ਰੂਰ ਹੈ, ਪਰ ਉਹ ਅਵਾਰਡ ਜਿਹੜੇ ਨੇ ਉਹ ਕਿਸੇ ਕਾਰਨ ਵਿਸ਼ੇਸ਼ ਤੇ ਕਰਕੇ ਦਿੱਤੇ ਜਾਂਦੇ ਆ, ਉਹ ਕਿਤੇ ਚੇਤਾ ਨਾ ਭੁੱਲ ਜਾਵੇ, ਇਧਰਲੇ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। ਜੀ ਇਹ ਵੀ ਗੱਲ ਹੈ ਜੀ। ਬਾਰ ਸਾਹਿਬ ਆਪਾਂ ਇੱਕ ਬ੍ਰੇਕ ਲਈਏ, ਫਿਰ ਬ੍ਰੇਕ ਤੋਂ ਬਾਅਦ ਚੇਤੇ ਕਰਦੇ ਹਾਂ ਜੀ ਕੁਛ ਹੋਰ ਗੱਲਾਂ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਸੱਜਣਾਂ ਦਾ ਸਵਾਗਤ ਤੇ ਹਾਜ਼ਰ ਹੈ ਜੀ ਪਰਮਵੀਰ ਸਿੰਘ ਪਾਠ ਸਾਹਿਬ ਨਾਲ। ਤੇ ਬੜ ਸਾਹਿਬ ਆਹ ਮੋਗਾ ਪੁਲਿਸ ਦੀ ਚਰਚਾ ਬਹੁਤ ਰਹਿੰਦੀ ਹੈ ਜੀ, ਪਹਿਲਾਂ ਵੀ ਹੁੰਦੀ ਸੀ ਹੁਣ ਵੀ ਹੁੰਦੀ ਹੈ, ਬਹੁਤ ਮਿਹਨਤੀ ਹੈ ਜੀ ਸਟਾਫ ਇੱਥੋਂ ਦਾ। ਸੁਖਰਾਜ ਜੀ ਦੇਖੋ ਹਰ ਵਿਭਾਗ ਚ ਚੰਗੇ ਮਾੜੇ ਲੋਕ ਹੁੰਦੇ ਆ ਜੀ। ਜਦੋਂ ਹੜ੍ਹ ਆਇਆ ਸੁਲਤਾਨਪੁਰ ਲੋਧੀ ਸ਼ਾਹਕੋਟ ਦੇ ਇਲਾਕੇ ਚ ਦੋ ਤਿੰਨ ਪੁਲਿਸ ਕਰਮਚਾਰੀ ਮੈਂ ਇੱਦਾਂ ਦੇ ਵੀ ਵੇਖੇ ਜਿਹੜੇ ਲੋੜੋਂ ਵੱਧ ਕੰਮ ਕਰਦੇ ਸੀ, ਜਿਵੇਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣਾ ਹੋਵੇ, ਭੋਜਨ ਪਦਾਰਥ ਬਚਾਉਣੇ, ਵਧੀਆ ਕੰਮ ਕਰਦੇ ਸੀ। ਪਰ ਦੂਸਰੇ ਪਾਸੇ ਕਈ ਹੋਰ ਵੀ ਆ। ਹੁਣ ਦੇਖੋ ਆਮ ਤੌਰ ਦੇ ਉੱਤੇ ਰੌਲਾ ਕੀ ਹੁੰਦਾ ਕਿ ਪੰਜਾਬ ਦੇ ਮੁੰਡੇ ਕੰਮ ਨਹੀਂ ਜੀ ਕਰਦੇ, ਮੋਟਰਸਾਈਕਲ ਤੇ ਲੱਤ ਦਿੰਦੇ ਆ, ਆਹ ਜਾ ਆਹ ਜਾ, 10-10 ਵਜੇ ਤੱਕ ਸਵੇਰੇ ਉੱਠਦੇ ਨੀ, ਰਾਤ ਨੂੰ ਸੌਂਦੇ ਨੀ, ਮਿਹਨਤ ਨਹੀਂ ਕਰਦੇ, ਪੰਜਾਬ ਤੋਂ ਭੱਜਦੇ ਆ, ਇੱਥੇ ਕੰਮ ਕਰਕੇ ਰਾਜ਼ੀ ਨਹੀਂ, ਬਾਹਰ ਜਾ ਕੇ ਵੀ ਤਾਂ ਕੰਮ ਕਰਦੇ ਹੀ ਆ। ਇਹ ਸਧਾਰਨ ਸਟੇਟਮੈਂਟਾਂ ਆ ਜਿਹੜੀਆਂ ਨਿੱਤ ਦਿਹਾੜੇ ਆਪਾਂ ਸੁਣਦੇ ਹਾਂ ਤੇ ਕਈ ਕਈ ਵਾਰ ਸੁਣਦੇ ਹਾਂ। ਪਰ ਹੁਣ ਜਿਹੜਾ ਮੋਗੇ ਦੀ ਪੁਲਿਸ ਨੇ ਕਾਰਨਾਮਾ ਕੀਤਾ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ। ਦੇਖੋ ਤੜਕੇ 3:30 ਵਜੇ ਦਾ ਟਾਈਮ ਹੈ, ਮੋਗਾ ਪੁਲਿਸ ਦਾ ਇੱਕ ASI ਤੇ ਇੱਕ ਹੌਲਦਾਰ ਇੱਕ ਟੈਂਪੂ ਨੂੰ ਰੋਕਦਾ ਜਿਹਦੇ ਪਿੱਛੇ ਸਬਜ਼ੀ ਲੱਦੀ ਉਹ ਆ। ਹੁਣ 23 ਸਾਲਾਂ ਦਾ ਮੁੰਡਾ ਉਹਨੂੰ ਚਲਾਉਂਦਾ, ਲਾਇਸੈਂਸ ਉਹਦੇ ਕੋਲ ਆ, ਕਾਗਜ਼ ਪੱਤਰ ਉਹਦੇ ਕੋਲ ਆ, ਜਦੋਂ ਸਾਰਾ ਕੁਝ ਉਹਦੇ ਕੋਲ ਆ ਤੇ ਉਹਨੂੰ ਚਲੋ ਰੋਕ ਲਿਆ ਜਾਂਦਾ, ਕੋਈ ਗੱਲ ਨੀ, ਰੋਕਣਾ ਤਾਂ ਫਰਜ਼ ਹੈ ਉਹਨਾਂ ਦਾ ਭਾਈ, ਕੋਈ ਹਬੀ ਨਬੀ ਨਾ ਹੋ ਜਾਏ, ਕੋਈ ਗੱਲਬਾਤ ਨਾ ਹੋ ਜਾਏ। ਹੁਣ ਉਹ ਮੁੰਡਾ ਤੜਕੇ 2 ਵਜੇ ਉੱਠਿਆ ਹੋਊਗਾ, ਫਿਰ ਉਹਦੇ ਤੋਂ ਬਾਅਦ ਆਪਣਾ ਟੈਂਪੂ ਲੈ ਕੇ ਜਿੱਥੋਂ ਸਬਜ਼ੀਆਂ ਚੱਕਣੀਆਂ ਪਰਿਵਾਰਾਂ ਦੇ ਕੋਲ ਉੱਥੇ ਗਿਆ ਹੋਊਗਾ, ਉਹਦੇ ਤੋਂ ਬਾਅਦ ਫਿਰ ਇੱਧਰਲੇ ਪਾਸੇ ਨੂੰ ਜਿਹੜਾ ਉਹ ਮੰਡੀਆਂ ਨੂੰ ਮੋਗਿਆਂ ਨੂੰ ਆਉਂਦਾ। 3:30 ਵਜੇ ਤੜਕੇ ਜਦੋਂ ਮੋਗਾ ਪੁਲਿਸ ਦੇ 2 ਕਰਮਚਾਰੀ ਉਹਨੂੰ ਰੋਕਦੇ ਆ, ਕਾਗਜ਼ ਦਿਖਾ ਬਈ, ਉਹ ਕਾਗਜ਼ ਵਿਖਾਉਂਦਾ, ਹੁਣ ਲਾਇਸੈਂਸ ਵਿਖਾ ਬਈ, ਲਾਇਸੈਂਸ ਵਿਖਾਉਂਦਾ, ਹੁਣ ਦੱਸ ਬਈ ਕਿੱਦਾਂ ਕੌਣ ਕੌਣ ਕਿੱਦਾਂ, ਫਿਰ ਜਦੋਂ ਸਾਰੀ ਗੱਲ ਦੱਸਦਾ ਫਿਰ ਦੂਜੇ ਪਾਸੇ ਨੂੰ ਉਹ ਪੈਂਦੇ ਆ ਕਿ ਭਾਈ ਤੇਰੇ ਤੇ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਰੁਪਈਏ ਮੰਗਣ ਲੱਗ ਪਏ ਉਹ ਤੋਂ,
ਹੋਰ ਤਾਂ ਹੋਰ ਜਦੋਂ ਉਹਨੇ ਕਹਿਤਾ ਕਿ ਮੇਰੇ ਕਾਗਜ਼ ਪੱਤਰ ਪੂਰੇ ਆ ਮੈਂ ਤੁਹਾਨੂੰ ਪੈਸੇ ਕਿਉਂ ਦਿਆਂ ਜੀ, ਤੇ ਉਹ ਕਹਿੰਦੇ ਚੱਲ ਇੱਦਾਂ ਕਰ ਤੂੰ ਸਬਜ਼ੀ ਦੇ ਜਾਂ ਥੋੜੀ ਜੀ, ਵੇਖੋ ਇੰਨਾ ਕੰਮ ਥੱਲੇ ਆ ਗਿਆ, ਤੜਕੇ 3-4 ਵਜੇ ਆ ਤੇ ਕਹਿੰਦੇ ਉਹਨੇ 8 ਵਜੇ ਕੁਛ ਨਾ ਕੁਛ ਧਰਨਾ ਹੀ ਆ, ਹੋਰ ਨੀ ਕੁਛ, ਦੇ ਕੇ ਜਾਂਦਾ ਕਾਗਜ਼ ਦਾ ਪੂਰੇ ਆ ਪੈਸੇ ਦੇਣ ਨੂੰ ਮੰਨਦਾ ਨੀ, ਸਬਜ਼ੀ ਲਹਾ ਲਓ। ਅਗਲੇ ਦੀ ਜਦੋਂ ਬੰਦੇ ਦੀ ਸਰਕਾਰ ਵੀ ਹੈ ਨੀ ਉਦੋਂ ਵੀ ਗੰਢੇ ਲੈ ਲੈਣੇ, ਮੇਰੇ ਵਰਗੇ ਉਹਨੂੰ ਕੋਈ ਛਿੱਲਾ ਨੀ ਚੱਕਣ ਦਿੰਦਾ ਥੱਲਿਓ ਕਿ ਪਾਈਆ ਛਿੱਲਾ ਹੀ ਦੇ ਦਿਓ। ਹੁਣ ਉਹ ਚਲੋ ਫਾਰਮੂਲਾ ਦੇਖੋ ਕਿਹੜਾ ਲਾਉਂਦਾ, ਕਿੱਦਾਂ ਕੋਈ ਬਰੈਕਟਾਂ ਤੋੜਦਾ, ਕਿੱਦਾਂ ਕੋਈ ਜੋੜੇ ਜਿਹੜੇ ਆ ਉਹਨਾਂ ਨੂੰ ਤੋੜ ਕੇ ਕਿੱਦਾਂ ਕੋਈ ਸਕੇਅਰ ਵਾਲੀ ਰਕਮ ਨੂੰ ਕਿੱਧਰਲੇ ਪਾਸੇ ਨੂੰ ਲੈ ਕੇ ਜਾਂਦਾ, ਉਹ ਸਾਰਿਆਂ ਦੇ ਆਪੋ ਆਪਣੇ ਖਿਆਲ ਨੇ ਭਾਈ। ਇਹ ਤਾਂ ਹੁਣ ਜਿਹੜੇ ਇੱਦਾਂ ਦੇ ਕਰਦੇ ਆ ਕੰਮ ਉਹਨਾਂ ਤੋਂ ਫਾਰਮੂਲਾ ਕਿਤੇ ਸਿੱਖਣ ਨੂੰ ਮਿਲੂਗਾ, ਫੇਰ ਕਿਤੇ ਕੰਮ ਚੱਲਣਾ। ਚਲੋ ਆਪਾਂ ਮੋਗੇ ਦੀ ਪੁਲਿਸ ਨੂੰ ਵਾਪਸ ਆਉਂਦੇ ਹਾਂ, ਪਹਿਲਾਂ ਤਾਂ ਕਾਗਜ਼ ਪੱਤਰ ਮੰਗਦੇ ਆ, ਉਹਦੇ ਤੋਂ ਬਾਅਦ ਪੈਸੇ ਮੰਗਦੇ ਆ, ਅਗਲਾ ਦਿੰਦਾ ਨੀ ਪੈਸੇ ਤਾਂ ਫਿਰ ਕਹਿੰਦੇ ਕਲੋਜੀ ਚੱਕ ਤੇ ਜੇ ਫਟੇ, ਹੁਣ ਆਪਾਂ ਆ ਗਏ ਹਾਂ। ਹੁਣ ਉਹ ਜਦੋਂ ਮੁੰਡੇ ਨੇ ਸਬਜ਼ੀ ਦੇਣ ਤੋਂ ਮਨਾ ਕਰਤਾ ਕਿ ਮੈਂ ਕਿਉਂ ਦਵਾਂ, ਕਹਿੰਦਾ ਜਦ ਕਾਨੂੰਨ ਦੇ ਮੁਤਾਬਕ ਕਾਗਜ਼ ਪੂਰੇ ਪੱਤਰ ਪੂਰੇ, ਦੋਨਾਂ ਪੁਲਿਸਾਂ ਨੇ ਮੁੰਡਾ ਲਾ ਲਿਆ ਥੱਲੇ ਪਾ ਕੇ ਲਮਾ, ਉਹਦੇ ਡੰਡਾ ਫਿਰਨ ਲੱਗ ਪਏ। ਇੰਨੇ ਨੂੰ ਕਿਸੇ ਨੇ ਵੀਡੀਓ ਬਣਾ ਲਈ ਸਾਰੇ ਇੱਕ ਪ੍ਰਕਰਨ ਦੀ। ਉਹਦੇ ਤੋਂ ਬਾਅਦ ਫਿਰ ਹੁਣ ਮਨੋਹਰ ਲਾਲ ਖੱਤਰੋਰੀ ਜਿਹੜੇ ਨੇ ਉਹ ਹਰਿਆਣੇ 'ਚ ਚੋਣਾਂ ਨੇ, ਉਹ ਕਹਿੰਦੇ ਕਿ ਸਾਡੀ ਪੁਲਿਸ ਬੜੀ ਚੰਗੀ ਹੈ। ਇੱਧਰ ਕਪਤਾਨ ਸਾਹਿਬ ਕਹਿੰਦੇ ਚੋਣਾਂ ਹੈਗੀਆਂ ਜਾਂ ਨਹੀਂ ਹੈਗੀਆਂ, ਸਾਡੀ ਪੁਲਿਸ ਬੜੀ ਚੰਗੀ ਹੈ। ਪਰ ਮੋਗਾ ਪੁਲਿਸ ਦੇ ਦੋਨੇ ਹੀ ਕਰਮਚਾਰੀ ਪਹਿਲਾਂ ਤਾਂ ਮੁੱਕਰੀ ਜਾਣ, ਨਾ ਅਸੀਂ ਕੁਛ ਕਿਹਾ ਹੀ ਨਹੀਂ, ਗੱਲ ਹੀ ਕੋਈ ਨਹੀਂ ਸਾਡੇ ਗੱਲ ਪੈਂਦਾ ਸੀ। ਜਦੋਂ ਵੀਡੀਓ ਦਿਖਾਤੀ ਅਗਲਾ ਬੰਦਾ ਮੰਨ ਗਿਆ, ਤੇ ਨਾਲ ਦੀ ਨਾਲ ਹੀ ਹੁਣ ਦੇਖੋ ਤੁਸੀਂ ਕਿ ਕਿੰਨੀ ਛੇਤੀ ਗਰਾਰੀਆਂ ਬਦਲਦੀਆਂ, ਕਿੰਨੀ ਛੇਤੀ ਸਿਮ ਬਦਲਦੇ ਆ। ਹੁਣ ਬੰਦੇ ਸਸਪੈਂਡ ਕਰ ਦਿੱਤੇ ਆ, ਪੁਲਿਸ ਵਾਲੇ ਜਾਂਚ ਪੜਤਾਲ ਦੇ ਹੁਕਮ ਦੇ ਦਿੱਤੇ ਗਏ ਆ, ਬਹੁਤ ਕੁਝ ਜਿਹੜਾ ਉਹ ਕਰ ਕਤਰ ਦਿੱਤਾ ਗਿਆ ਕਿ ਭਾਈ ਆਹ ਵੀ ਕਰ ਦਿਓ ਤੇ ਉਹ ਵੀ ਕਰ ਦਿਓ। ਦੇਖੋ ਸਾਰਾ ਕੁਝ ਹੋਜੂ, ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਪੁਲਿਸ ਕਰਮਚਾਰੀਆਂ ਨੂੰ ਤਨਖਾਹ ਦੇ ਨਾਲ ਨਾਲ ਜੇ ਪੈਸਾ ਧੇਲਾ ਚਾਹੀਦਾ, ਪੈਸਾ ਧੇਲਾ ਨਾ ਮਿਲੇ ਤਾਂ ਫਿਰ ਇਕੱਲੀ ਸਬਜ਼ੀ ਦੇ ਉੱਤੇ ਆ ਜਾਓ ਕਿ ਭਾਈ ਚੱਲ ਸਬਜ਼ੀ ਦੇ ਜਾ। ਹੁਣ ਜੇ ਇੱਕ ਮੁੰਡਾ ਮਿਹਨਤ ਮੁਸ਼ੱਕਰ ਕਰਦਾ, ਤੜਕੇ 2 ਵਜੇ ਉੱਠਦਾ, ਉਧਰਲੇ ਪਾਸੇ ਨੂੰ ਜਾਂਦਾ, ਹੁਣ ਜੇ ਤੜਕੇ 2 ਵਜੇ ਉੱਠ ਕੇ ਅਗਲਾ ਬੰਦਾ ਕੰਮ ਕਰੀ ਜਾਂਦਾ, ਤਾਂ ਕਿਤੇ ਨਾ ਕਿਤੇ ਤਾਂ ਫਰਜ਼ ਫਿਰ ਭਾਈ ਬਣਦਾ ਹੀ ਆ। ਤੇ ਜਦੋਂ ਅਗਲੇ ਤੋਂ ਸਬਜ਼ੀਆਂ ਮੰਗੀਆਂ ਜਾਂਦੀਆਂ, ਪੈਸੇ ਮੰਗੇ ਜਾਂਦੇ ਆ, ਉਹਦੇ ਫਿਰ ਪੈਸੇ ਤੇ ਸਬਜ਼ੀਆਂ ਨਾ ਦੇਣ ਤੇ ਡਾਂਗ ਫੇਰੀ ਜਾਂਦੀ ਹੈ, ਉਹਨੂੰ ਫਿਰ ਲੋਕ ਚੁੱਕ ਕੇ ਹਸਪਤਾਲ ਪਹੁੰਚਾਉਂਦੇ ਆ, ਉੱਥੇ ਦਾਖਲ ਕਰਨਾ ਪੈਂਦਾ, ਤਾਂ ਕਿਹੜਾ ਬੰਦਾ ਭਾਈ ਜਿਹੜਾ ਇੱਦਾਂ ਦੇ ਕਾਰੇ ਨੂੰ ਸਹਿਣ ਕਰਕੇ ਮੁੜ ਕੇ ਕਹੂਗਾ ਕਿ ਭਾਈ ਮੇਰਾ ਭਾਰਤ ਮਹਾਨ ਹੈ, ਮੈਂ ਤਾਂ ਇੱਥੇ ਰਹਿ ਕੇ ਸੰਘਰਸ਼ ਕਰਨਾ, ਭਾਵੇਂ ਕਿੰਨੀ ਵੀ ਚੋਰ ਬਜ਼ਾਰੀ ਕਿਉਂ ਆ, ਭਾਵੇਂ ਕੁਝ ਵੀ ਹੈ, ਪਰ ਆਪਾਂ ਕੋਸ਼ਿਸ਼ ਕਰਨੀ ਆ ਕਿ ਭਾਈ ਇਸੇ ਤਰੀਕੇ ਦੇ ਨਾਲ ਹੁਣ ਅਗਲੇ ਪਾਸੇ ਨੂੰ ਜਿਹੜਾ ਉਹ ਵਧਣਾ। ਸੋ ਦੇਖਦੇ ਹਾਂ ਕਿ ਹਰਸ਼ ਕੁਮਾਰ ਨਾਂ ਦਾ ਇਹ ਮੁੰਡਾ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਥੋੜਾ ਜਿਹਾ ਉਦਾਸ ਹੁੰਦਾ ਜਾਂ ਹੌਸਲੇ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਦਾ। ਬਾਕੀ ਮੋਗਾ ਪੁਲਿਸ ਦੇ ਅਫਸਰਾਂ ਨੂੰ ਵੀ ਭਾਈ ਠੀਕ ਹੈ, ਤੁਸੀਂ ਛੇਤੀ ਕਾਰਵਾਈ ਕਰ ਦਿੱਤੀ ਹੈ, ਪਰ ਮਾੜੀ ਮੋਟੀ ਟ੍ਰੇਨਿੰਗ, ਮਾੜੀ ਮੋਟੀ ਕੋਈ ਮਾਨਸਿਕ ਤਸੱਲੀ ਇਹਨਾਂ ਨੂੰ ਵੀ ਦਵਾ ਦਿਓ ਤਾਂ ਚੰਗਾ। ਆਹੋ, ਨਾਲੇ ਪੁਲਿਸ ਵਾਲਿਆਂ ਦੀ ਡਿਊਟੀ ਆ, ਦੌਲੇ ਵਾਲੇ ਲਾ ਦਿਓ ਭਾਈ, ਜੇ ਵਿਚਾਰਿਆਂ ਨੇ ਹੁਣ 4 ਪੈਸੇ ਕਮਾਉਣੇ, ਉੱਥੇ ਥੋੜਾ ਜਿਹਾ ਠੀਕ ਰਹਿਣਗੇ। ਸੁਖਨੈਬ ਜੀ, ਕਈ ਸਟੇਸ਼ਨ ਨੇ, ਕਈ ਪੁਆਇੰਟ ਨੇ, ਕਈ ਮੋੜ ਨੇ, ਮੋੜ ਮੋੜ ਦੇ ਉੱਤੇ 4-5 ਘੰਟੇ ਖੜਨ ਦੇ ਵੀ ਕਹਿੰਦੇ, ਆਹੋ ਅੱਗੇ ਪਿੱਛੇ ਜਾ ਜਾ ਕੇ ਹਿਸਾਬ ਕਿਤਾਬ ਕਰਨਾ ਪੈਂਦਾ ਕਿ ਭਾਈ ਅੱਛਾ ਉਸ ਮੋੜ ਤੇ ਡਿਊਟੀ ਲੱਗਣੀ ਆ। ਜਾਂਦੇ ਹੁੰਦੇ ਕਈ ਹੌਲਦਾਰ ਤਾਂ ਮੁੜ ਮੁੜ ਅਗਲਾ ਕਹਿੰਦਾ ਯਾਰ ਇਹਦੇ ਕੋਲੇ ਕੀ ਕਰਨ ਜਾਂਦੇ ਆ, ਉਹ ਕਹਿੰਦੇ ਕੈਲਕੂਲੇਟਰ ਰੱਖਿਆ ਉੱਥੇ ਹਿਸਾਬ ਕਰਦੇ ਆ ਜੀ ਅਸੀਂ। ਦੇਖੋ ਵੈਬ ਜੀ, ਇਹ ਤਾਂ ਆਮ ਹੀ ਵਰਤਾਰਾ ਹੋ ਗਿਆ ਨਾ, ਪਾਨ ਵਾਲਾ ਹੋਇਆ ਲਾਲ ਬੱਤੀ ਦੇ ਕੋਲੇ, ਚਾਹ ਵਾਲਾ ਹੋਇਆ, ਮੂੰਗਫਲੀ ਦੀ ਰੇਹੜੀ ਵਾਲਾ ਹੋਇਆ, ਹੁਣ ਹੱਥ ਨਾਲ ਕੌਣ ਫੜਦਾ ਸਮਾਨ ਕਿ ਭਾਈ ਰੰਗ ਰੁੰਗ ਲੱਗਾ ਹੁੰਦਾ, ਕਹਿੰਦੇ ਉੱਥੇ ਪਤਾ ਫੜਾਇਆ ਜਾ ਕੇ, ਉਹ ਫਿਰ ਸ਼ਾਮ ਨੂੰ ਹਿਸਾਬ ਕਰਕੇ ਆਪਣਾ ਕਮਿਸ਼ਨ ਜਿਹੜਾ 1.5-1.5% ਉਹ ਕੱਢ ਲੈਂਦਾ ਹੋਊਗਾ। ਸਹੀ, ਇਹੀ ਗੱਲ ਹੈ। ਤੇ ਹਰਿਆਣਾ ਕਾਂਗਰਸ ਦਾ ਖਿਲਾਰਾ ਕਾਹਤੋਂ ਪਈ ਜਾਂਦਾ ਜੀ, ਉੱਥੇ ਵੀ ਹੁੱਡਾ ਹੋ ਰਿਹਾ, ਜਿਹੜੇ ਕੋਲ ਕਿਸੇ ਪਾਸੇ ਹੋਰ ਨੂੰ ਮੂੰਹ ਕਰੀ ਬੈਠਿਆ ਤੇ ਦੂਜੇ ਵੀ। ਦੇਖੋ ਸੁਖਨੈਬ ਜੀ, ਸਾਡਾ ਹੈਗਾ ਗੁਆਂਢ ਮੱਥਾ ਜੀ, ਸਾਡਾ ਹੋਵੇ ਪਾਣੀਆਂ ਦਾ ਰੌਲਾ ਭਾਈ ਹੈ ਜੀ, ਹੁਣ ਭਾਵੇਂ ਹੋਵੇ ਪਾਣੀਆਂ ਦਾ ਰੌਲਾ, ਭਾਵੇਂ ਚੰਡੀਗੜ੍ਹ ਦਾ ਰੌਲਾ, ਭਾਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਅਸੀਂ 20 ਵਾਰੀ ਲੜੀਏ ਨਾ ਲੜੀਏ, ਲੈਣਾ ਉਹਨੇ ਸਾਡਾ ਭਾਈ ਆ। ਹੁਣ ਦੇਖੋ ਉੱਥੇ ਚੋਣਾਂ ਨੇ, 1.5-2 ਮਹੀਨੇ ਰਹਿ ਗਏ, ਮਨੋਹਰ ਲਾਲ ਖੱਟਰ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਅੱਗੇ ਨੂੰ ਵਧੀ ਜਾਂਦੀ ਹੈ, ਬਾਕੀ ਸਿਆਸੀ ਪਾਰਟੀਆਂ ਦੇ ਫਿਊਜ਼ ਉੜੇ ਪਏ ਆ। ਜਨਨਾਇਕ ਜਨਤਾ ਪਾਰਟੀ ਤੇ ਬਸਪਾ ਨੇ ਕੱਲ ਇੱਕ ਸਾਂਝੀ ਮੀਟਿੰਗ ਤੇ ਰੈਲੀ ਕੀਤੀ, ਸਾਰਾ ਕੁਛ ਆ ਗਿਆ, ਟੈਂਟ ਵੀ ਵਧੀਆ ਲਾਇਆ, ਮਾਈਕ ਵੀ ਵਧੀਆ, ਸਾਰਾ ਕੁਛ ਵਧੀਆ ਸੀ, ਲੰਗਰ ਪਾਣੀ ਦਾ ਵੀ ਪ੍ਰਬੰਧ, ਇੱਕੋ ਹੀ ਚੀਜ਼ ਦੀ ਘਾਟ ਸੀ ਉਹ ਲੋਕਾਂ ਦੀ, ਕਿਉਂਕਿ ਉਨੀ ਸਫਲਤਾ ਉਸ ਰੈਲੀ ਨੂੰ ਮਿਲੀ ਨਹੀਂ ਜਿੰਨੀ ਸਫਲਤਾ ਦੀ ਆਸ ਜਿਹੜੀ ਹੈ ਉਹ ਮੰਨੀ ਜਾਂਦੀ ਸੀ ਕਿ ਭਾਈ ਬਹੁਤ ਸਾਰੇ ਲੋਕ ਜਿਹੜੇ ਉਹ ਅੱਪੜਨਗੇ। ਚਲੋ ਭੁਪਿੰਦਰ ਹੁੱਡਾ ਕਾਂਗਰਸ ਪਾਰਟੀ ਤੋਂ ਅੱਡ ਹੋਣ ਨੂੰ ਫਿਰਦਾ ਸੀ ਕਿ ਭਾਈ ਅਸ਼ੋਕ ਤੰਵਰ ਨੂੰ ਲਾ ਦਿਓ, ਜੇ ਇਸ ਬੰਦੇ ਨੂੰ ਤੁਸੀਂ ਪ੍ਰਧਾਨ ਰੱਖਣਾ ਸਾਡੇ ਲੋ ਸਤਿ ਸ਼੍ਰੀ ਅਕਾਲ ਆ।
ਉਹ ਅਸ਼ੋਕ ਤਮਰੂਰੀ ਜਿਹੜੇ ਆ ਉਹ ਭਾਜਪਾ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਹਰਿਆਣੇ ਦੇ, ਹੁੱਡਾ ਸਾਹਿਬ ਨੇ ਕਹਿਤਾ ਜੇ ਨਹੀਂ ਲਾਉਣਾ ਆਹ ਲਓ ਚੱਕੋ 21 ਮੈਂਬਰੀ ਕਮੇਟੀ, ਜੋ ਮੈਨੂੰ ਕਹੂਗੀ ਮੈਂ ਕਰਨ ਨੂੰ ਤਿਆਰ ਹਾਂ, ਜੇ ਮੈਨੂੰ ਕਹਿ ਦੇਣਗੇ ਅਸਤੀਫਾ ਦੇ ਦੇ ਮੈਂ ਅਸਤੀਫਾ ਦੇ ਕੇ ਆ ਜਾਊਂ, ਜੇ ਮੈਨੂੰ ਕੁਝ ਹੋਰ ਕਹਿਣਗੇ ਮੈਂ ਉਧਰਲੇ ਪਾਸੇ ਨੂੰ ਚਲੇ ਜਾਊਂ। ਪਰ ਹੁਣ ਕਹਾਣੀ ਜਿਹੜੀ ਹੈ ਉਹ ਇੱਕ ਪਾਸੇ ਆਪਾਂ ਨੂੰ ਸਿੱਧੀ ਕਰਕੇ ਜਿਹੜੀ ਹੈ ਉਹ ਹੁਣ ਰੱਖਣੀ ਪਊਗੀ। ਦੇਖੋ ਭੁਪਿੰਦਰ ਸਿੰਘ ਹੁੱਡਾ ਨੇ ਕਹਿਤਾ ਸੀ ਕਿ ਭਾਈ ਮੈਂ ਫਿਰ ਪਾਰਟੀ ਵੀ ਛੱਡ ਜਾਊਂ, ਮੈਂ ਸਿਆਸਤ ਵੀ ਛੱਡ ਜਾਊਂ, ਮੈਨੂੰ ਆਹ ਜਿਹੜੀ ਕਮੇਟੀ ਹੈ ਆਖੇ। ਪਰ ਇਹਦੇ ਤੋਂ ਪਹਿਲਾਂ ਕਿ ਉਹ ਕਮੇਟੀ ਕੋਈ ਰਿਪੋਰਟ ਭੁਪਿੰਦਰ ਸਿੰਘ ਹੁੱਡਾ ਨੂੰ ਦਿੰਦੀ, ਹੁਣ ਇਸੇ ਮੁੱਦੇ ਦੇ ਉੱਤੇ ਕਿਸੇ ਵੇਲੇ ਵੱਡੀ ਗੱਲ ਕਰਨ ਵਾਲੇ ਜਿਹੜੇ ਨੇ ਉਹਨਾਂ ਨੇ ਵੀ ਕਹਾਣੀਆਂ ਜਿਹੜੀਆਂ ਦੂਸਰੇ ਪਾਸੇ ਨੂੰ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਦੇਖੋ ਕਰਾਂਗੇ ਕੀ, ਜਾਵਾਂਗੇ ਕੀ, ਕਿੱਧਰਲੇ ਪਾਸੇ ਨੂੰ। ਹੁਣ ਭੁਪਿੰਦਰ ਸਿੰਘ ਹੁੱਡਾ ਨੂੰ ਅੱਜ ਬੀਬੀ ਸੋਨੀਆ ਗਾਂਧੀ ਨੇ ਸੱਦਿਆ ਕਿ ਦੱਸ ਪਾਊ ਕੀ ਚਾਹੁੰਦਾ, ਬੜਾ ਲੰਬਾ ਤੁਹਾਡੇ ਨਾਲ ਸਾਡਾ ਸਾਥ ਰਿਹਾ, ਤੁਹਾਨੂੰ ਇੰਨੀ ਵਾਰੀ ਮੁੱਖ ਮੰਤਰੀ ਬਣਾਇਆ, MP ਬਣਾਇਆ, ਤੁਹਾਡੇ ਕਹਿਤੇ ਟਿਕਟਾਂ ਵੰਡਦੇ ਰਹੇ ਹਾਂ, ਅੱਜ ਜਦੋਂ ਪਾਰਟੀ ਸੰਕਟ ਦੇ ਵਿੱਚ ਆ ਤਾਂ ਤੁਸੀਂ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨੂ ਫਿਰਦੇ ਆ, ਇੱਦਾਂ ਨਾ ਕਰਿਓ। ਚਲੋ ਹੁਣ ਇਹ ਵੀ ਗੱਲ ਹੋ ਗਈ ਕਿ ਭਾਈ ਇੱਦਾਂ ਨਹੀਂ ਕਰਨੀ ਚਾਹੀਦੀ। ਹੁਣ ਭੁਪਿੰਦਰ ਸਿੰਘ ਹੁੱਡਾ ਬਾਰੇ ਮੰਨਿਆ ਜਾਂਦਾ ਕਿ ਉਹ ਬੰਦਾ ਮੰਨ ਗਿਆ ਕਿ ਜੇ ਅਸ਼ੋਕ ਤੰਵਰ ਨੂੰ ਤੁਸੀਂ ਕਾਂਗਰਸ ਪਾਰਟੀ ਦੀ ਸੂਬਾ ਪ੍ਰਧਾਨਗੀ ਤੋਂ ਲਾ ਦਿਓਗੇ ਮੈਂ ਪਾਰਟੀ ਤੋਂ ਬਾਹਰ ਨਹੀਂ ਜਾਂਦਾ, ਪਰ ਲਾਉਣਾ ਕਿਹਨੂੰ ਹੈ? ਉਹ ਵੀ ਗੱਲ ਇੱਕ ਬਹੁਤ ਵੱਡੀ ਹੈ। ਹੁਣ ਪਤਾ ਲੱਗਾ ਕਿ ਕੁਮਾਰੀ ਸ਼ੈਲਜਾ ਦੇ ਨਾਂ ਦੇ ਉੱਤੇ ਗੁਣਾ ਪੈ ਸਕਦਾ ਕਿ ਜਿੰਨੀ ਦੇਰ ਕੋਈ ਪੱਕਾ ਪਾਰਟੀ ਦਾ ਪ੍ਰਧਾਨ ਨਹੀਂ ਲੱਭਦਾ ਕੁਮਾਰੀ ਸ਼ੈਲਜਾ ਨੂੰ ਪ੍ਰਧਾਨ ਬਣਾ ਦਿਓ ਸੂਬੇ ਦਾ। ਤੇ ਇਹ ਵੀ ਪਤਾ ਲੱਗਾ ਕਿ ਇਸ ਮੁੱਦੇ ਦੇ ਉੱਤੇ ਕਿਸੇ ਕਿਸਮ ਦੀ ਨਾਂ ਜਿਹੜੀ ਹੈ ਉਹ ਕਰਨ ਦੀ ਕੋਈ ਗੁੰਜਾਇਸ਼ ਜਿਹੜੀ ਹੈ ਉਹ ਬਚਦੀ ਨਹੀਂ। ਸੋ ਆਉਣ ਵਾਲੇ ਸਮੇਂ 'ਚ ਵੇਖਦੇ ਹਾਂ ਕਿ ਕਹਾਣੀਆਂ ਕਿੱਧਰਲੇ ਪਾਸੇ ਨੂੰ ਜਾਂਦੀਆਂ। ਪਰ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਬੁਰੇ ਤਰ੍ਹਾਂ ਪਾਰਟੀ ਪਈ ਹੈ, ਅਸ਼ੋਕ ਤੰਵਰ ਦਾ ਧੜਾ, ਰਣਦੀਪ ਸੂਰਜੇਵਾਲੇ ਦਾ ਧੜਾ, ਭੁਪਿੰਦਰ ਸਿੰਘ ਹੁੱਡਾ ਦਾ ਧੜਾ, ਇਸ ਵਿਅਕਤੀ ਵਿਸ਼ੇਸ਼ ਦਾ ਵੀ ਧੜਾ ਭਾਈ ਜਿਹਨੂੰ ਹੁਣ ਲਾਉਣਾ ਹੈ, ਜਿਹਨੂੰ ਅਸ਼ੋਕ ਤੰਵਰ ਕਹਿੰਦੇ ਆ, ਜਿਹਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਕਿ ਭਾਈ ਰਵਿਦਾਸ ਭਾਈਚਾਰੇ ਦਾ ਮੰਦਿਰ ਉੱਥੇ ਬਣਾਓ ਬਣਾਓ। ਸੋ ਵੇਖਦੇ ਹਾਂ ਕਿ ਹੁਣ ਭੁਪਿੰਦਰ ਸਿੰਘ ਹੁੱਡਾ ਦਾ ਸਿਆਸੀ ਤੌਰ ਤੇ ਦਬਕਾ ਕਿੰਨਾ ਕੁ ਕਾਮਯਾਬ ਰਹਿੰਦਾ। ਪਰ ਜੇ ਕਾਮਯਾਬ ਰਿਹਾ ਤਾਂ ਫਿਰ ਸਮਝ ਲਿਓ ਕਿ ਅਗਲੀ ਵਾਰੀ ਲਈ ਵੀ ਤਿਆਰੀ ਜਿਹੜੀ ਹੈ ਉਹ ਆਪੋ ਆਪਣੇ ਹਿਸਾਬ ਨਾਲ ਸਾਰਿਆਂ ਨੂੰ ਰੱਖਣੀ ਪਊਗੀ। ਜੀ ਤਿਆਰੀ ਰੱਖਣੀ ਪਊ। ਤੇ ਭਾਜਪਾ ਨੇ ਸ਼ਿਵ ਸੈਨਾ ਦੇ ਉੱਤੇ ਹਾਵੀ ਹੋਣ ਦੀ ਤਿਆਰੀ ਕੀਤੀ ਹੋਈ ਹੈ ਜੀ। ਦੇਖੋ ਸੁਖਨੈਬ ਜੀ, ਇਹ ਕਰਨਗੇ ਇਹ ਵਿਚਾਰੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਫਾਰਮੂਲਾ ਨੰਬਰ 2 ਹੁਣ ਸ਼ੁਰੂ ਕਰ ਲਿਆ। ਉਹ ਫਾਰਮੂਲਾ ਨੰਬਰ 2 ਉਹਨਾਂ ਨੇ ਤਾਂ ਕਰਕੇ ਸ਼ੁਰੂ ਕਰ ਲਿਆ, ਕਹਿੰਦੇ ਜਦੋਂ ਤਾਂ ਅਸੀਂ ਪਾਈ ਲੋਕ ਸਭਾ ਦੀਆਂ ਚੋਣਾਂ, ਗੱਲ ਸੁਣੋ ਕੰਨ ਖੋਲ ਕੇ, ਉਦੋਂ ਸਾਨੂੰ ਲੱਗਦਾ ਸੀ ਕਿ ਪਤਾ ਨੀ ਆਪਣੇ ਬਲਬੂਤੇ ਬਹੁਮਤ ਮਿਲਣਾ ਕਿ ਨਹੀਂ ਮਿਲਣਾ, ਪਤਾ ਨੀ ਕਿਹਦੀ ਕਿਸ ਵੇਲੇ ਲੋੜ ਪੈ ਜਾਣੀ ਆ। ਇਸ ਕਰਕੇ ਜਿਹੜੀ ਧਿਰ ਨੇ ਜਿੰਨੀਆਂ ਸ਼ਰਤਾਂ ਰੱਖੀਆਂ ਸਾਰੀਆਂ ਮੰਨ ਕੇ ਸਮਝੌਤਾ ਕੀਤਾ, ਉਹਨਾਂ ਤੋਂ ਲਾਹਾ ਲਿਆ ਤੇ ਲਾਹਾ ਲਾ ਕੇ ਜਦੋਂ ਫਿਰ ਲੋਕ ਸਭਾ ਦੀ ਚੋਣ ਦੇ ਨਤੀਜੇ ਆਏ ਆਪਣੇ ਦਮ ਤੇ ਸਰਕਾਰ ਬਣਾ ਲਈ। ਉਦੋਂ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਹੁਣ ਤੱਕ ਇਹੀ ਲੱਗੀ ਜਾਂਦਾ ਕਿ ਭਾਈ ਆਹ ਕੰਮ ਕਾਰ ਵਧੀਆ, ਇਹ ਚੰਗੇ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਉਹ ਹੋਈ ਜਾਂਦਾ। ਹੁਣ ਹੋਇਆ ਕੀ ਸੀ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਅੱਧੋ ਅੱਧ ਸੀਟਾਂ ਵੰਡ ਲਈਆਂ ਸੀ ਸ਼ਿਵ ਸੈਨਾ ਵਾਲਿਆਂ ਦੇ ਨਾਲ ਲੋਕ ਸਭਾ ਦੀਆਂ, ਹੁਣ ਅੱਧੋ ਅੱਧ ਸੀਟਾਂ ਵੰਡ ਲਈਆਂ 47 ਦੇ ਵਿੱਚੋਂ 41-42 ਸੀਟਾਂ ਦੋਵੇਂ ਧਿਰਾਂ ਜਿੱਤ ਗਈਆਂ, ਹੋਰ ਕੀ ਲੈਣਾ। ਇਹਦੇ ਤੋਂ ਬਾਅਦ ਫਿਰ ਕਈ ਤਰ੍ਹਾਂ ਦੀਆਂ ਕਹਾਣੀਆਂ ਸ਼ੁਰੂ ਹੋ ਗਈਆਂ। ਦੇਖੋ ਕਹਾਣੀਆਂ ਕੀ ਸ਼ੁਰੂ ਹੋ ਗਈਆਂ, ਕਹਾਣੀਆਂ ਇੱਦਾਂ ਦੀਆਂ ਸ਼ਿਵ ਸੈਨਾ ਦਾ ਉਧਵ ਠਾਕਰੇ ਕਹੇ ਸੀਟਾਂ ਤਾਂ ਜੀ ਅੱਧੋ ਅੱਧ ਆ, ਮੁੱਖ ਮੰਤਰੀ ਦੀ ਕੁਰਸੀ ਤੇ ਫੈਸਲਾ ਬਾਅਦ ਚ ਕਰਾਂਗੇ। ਦੇਖੋ ਸੀਟਾਂ ਤਾਂ ਸਾਨੂੰ ਜਿਹੜੀਆਂ ਚਾਹੀਦੀਆਂ ਅਸੀਂ ਲਿਸਟ ਬਣਾ ਕੇ ਭੇਜ ਦੇਣ ਲੱਗੇ ਹਾਂ, ਸਾਨੂੰ ਬਸ ਉਹਦੇ ਹਿਸਾਬ ਦੇ ਨਾਲ ਸੀਟਾਂ ਦੇ ਦਿਓ। ਮੋਹਰਿਓ ਫਿਰ ਦਵਿੰਦਰ ਫੜਨਵੀਸ ਹੈ ਜਿਹੜਾ, ਉਹ ਭਾਰਤੀ ਜਨਤਾ ਪਾਰਟੀ ਦਾ ਬੰਦਾ, ਉਹ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੇ ਕਹਿਤਾ ਕਿ ਦੇਖੋ ਜੀ ਗੱਲ ਇਹ ਹੈ ਕਿ ਸ਼ਿਵ ਸੈਨਾ ਵਾਲੇ ਕਿੰਨੀਆਂ ਸੀਟਾਂ ਮੰਗਦੇ ਆ ਕਿੰਨੀਆਂ ਨਹੀਂ, ਸਾਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਇਹ ਵੇਖਣਾ ਕਿ ਅਸੀਂ ਕਿੰਨੀਆਂ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਸ਼ਿਵ ਸੈਨਾ ਦੇ ਨਾਲੋਂ ਮਜ਼ਬੂਤ ਹਾਂ, ਅਸੀਂ ਬਿਲਕੁਲ ਕਹਿੰਦੇ ਕੋਈ ਕੰਪਰੋਮਾਈਜ਼ ਨਹੀਂ ਕਰਨਾ, ਜਿੱਥੇ ਸਾਡੀ ਪਾਰਟੀ ਜਿੱਤ ਸਕਦੀ ਹੋਈ ਉੱਥੇ ਅਸੀਂ ਆਪਦਾ ਬੰਦਾ ਆਪ ਖੜਾ ਕਰਨਾ। 288 ਮੈਂਬਰੀ ਵਿਧਾਨ ਸਭਾ, 144 ਦੇ ਉੱਤੇ ਅੱਖ ਟਕਾ ਕੇ ਬੈਠੀ ਹੈ ਸ਼ਿਵ ਸੈਨਾ, ਪਰ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਸ਼ਿਵ ਸੈਨਾ ਨੂੰ 110 ਸੀਟਾਂ ਤੋਂ ਵੀ ਵੱਧ ਦੇਵੇ। ਸ਼ਿਵ ਸੈਨਾ ਇਸ ਵੇਲੇ ਇਸ ਹਾਲਾਤ ਦੇ ਵਿੱਚ ਵੀ ਨਹੀਂ ਕਿ ਜੇ ਉਹਨੂੰ ਸੀਟਾਂ ਪੂਰੀਆਂ ਨਹੀਂ ਮਿਲਦੀਆਂ ਉਹ ਬਗਾਵਤ ਹੀ ਕਰ ਲੈ, ਹੁਣ ਤਾਂ ਸਾਰੇ ਪਾਸੇ ਕੰਮ ਜਿਹੜਾ ਉਹ ਭੂਰਾ ਭੂਰਾ ਔਖਾ ਲੱਗਦਾ। ਹੁਣ ਜੇ 50% ਦੀ ਸੀਟਾਂ ਸ਼ਿਵ ਸੈਨਾ ਨੂੰ ਭਾਰਤੀ ਜਨਤਾ ਪਾਰਟੀ ਨੇ ਨਹੀਂ ਛੱਡਣੀਆਂ, ਮੰਨ ਲਓ 144 ਤੇ ਅੱਧਿਆ, ਅਗਲੇ ਕਹਿਣਗੇ ਅਸੀਂ 160-65-70 ਤੇ ਲੜਨਾ, ਤੇ ਉਹ ਫਿਰ ਲੜਨਗੇ ਇਸ ਹਿਸਾਬ ਨਾਲ ਕਿ ਭਾਈ 100 ਜਿਹੜਾ ਤਕਰੀਬਨ 21-22 ਸੀਟਾਂ ਤੋਂ ਆਪਾਂ ਉੱਪਰ ਰਹੀਏ ਤਾਂ ਜੋ ਆਪਣੇ ਬਲਬੂਤੇ ਜਿਹੜੀ ਹੈ ਉਹ ਸਰਕਾਰ ਉੱਥੇ ਬਣਾਈ ਜਾ ਸਕੇ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹ ਟੈਕਨੀਕਲ ਜਿਹਾ ਇਸ਼ੂ ਹੈ। ਸੋ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਹੁਣ ਹਰ ਥਾਂ ਦੇ ਉੱਤੇ ਪੱਟਾਂ ਤੇ ਥਾਪੀਆਂ ਮਾਰਦੀ ਫਿਰਦੀ ਆ ਕਿ ਭਾਈ ਆ ਜਾਓ, ਜਿਹਨੇ ਜਾਣਾ
ਹੁਣ ਆਪਾਂ ਉਧਰਲੇ ਪਾਸੇ ਵੀ ਜਾਵਾਂਗੇ, ਦੂਸਰੇ ਪਾਸੇ ਵੀ ਜਾਵਾਂਗੇ, ਤੇ ਹਰ ਜਗ੍ਹਾ ਦੇ ਉੱਤੇ ਤਿਆਰੀ ਖਿੱਚ ਕੇ ਰੱਖਣੀ ਚਾਹੀਦੀ ਹੈ ਜੀ। ਪੰਜਾਬ ਦੇ ਵਿੱਚ ਹਰੇਕ ਚੀਜ਼ ਦੀ ਅਹਿਮੀਅਤ ਵੱਧ ਜਾਂਦੀ ਹੈ ਜੀ, ਆ ਕੇ ਕਦੇ ਕੇਜਰੀਵਾਲ ਦੀ ਵੱਧ ਗਈ, ਕਦੇ ਕਿਸੇ ਦੀ ਹੋਰ, ਕਦੇ ਇੱਕ ਹੋਰ ਹੁੰਦਾ ਸੀ ਜੋਗਿੰਦਰ ਯਾਦਵ, ਹਾਂ ਹੁਣ ਇੱਕ ਡੋਪ ਟੈਸਟ ਆ ਗਿਆ ਜੀ, ਇਹਦੀ ਵੀ ਅਹਿਮੀਅਤ ਬਹੁਤ ਹੈ। ਦੇਖੋ ਸੁਖਨੈਬ ਜੀ, ਕੋਈ ਵੇਲਾ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਕਿਸੇ ਨੇ ਕੁੜੀ ਵਿਆਹਣੀ ਹੁੰਦੀ ਸੀ ਤਾਂ ਅਗਲੇ ਕਹਿੰਦੇ ਸੀ ਕਿ ਦੇਖੋ ਮੁੰਡਾ ਕੰਮ ਕਰ ਕੀ ਕਰਦਾ, ਗੋਤ ਮਿਲਾਓ ਭਾਈ, ਜਾਤੀ ਦਾ ਪਤਾ ਕਰੋ, ਟੱਬਰ ਭਾਰਾ ਕੇ ਹਲਕਾ ਜੀ, ਸਾਰਾ ਕੁਝ ਪਤਾ ਕਰੋ, ਕਿਉਂਕਿ ਭਾਰੇ ਟੱਬਰ ਦੇ ਵਿੱਚ ਬਹੁਤਿਆਂ ਕਰਕੇ ਪਰਿਵਾਰਾਂ ਨੂੰ ਹੁੰਦਾ ਸੀ ਕਿ ਕੁੜੀ ਕਿਤੇ ਵਿਆਹ ਤੋਂ ਬਾਅਦ ਜਾ ਕੇ ਰੋਟੀ ਟੁੱਕ ਨੂੰ ਰਸੋਈ ਚ ਹੀ ਨਾ ਰਹੇ, ਇਸ ਕਰਕੇ ਛੋਟੇ ਟੱਬਰਾਂ ਦੀ ਗੱਲ ਆ ਗਈ। ਚਲੋ ਬੜਾ ਕੁਝ ਘਟਿਆ ਵਾਪਰਿਆ, ਕੋਈ ਐਸੀ ਗੱਲ ਨੀ। ਹੁਣ ਦੇਖੋ ਪਹਿਲਾਂ ਤਾਂ ਲੋਕ ਟੀਵੀ ਮਾਉਂਦੇ ਹੁੰਦੇ ਸੀ, ਹੁਣ ਡੋਪ ਟੈਸਟ ਦੇ ਕਾਰਡ ਮਿਲਾਉਣ ਲੱਗ ਪਏ ਕਿ ਭਾਈ ਡੋਪ ਟੈਸਟ ਕਿਹਨੇ ਕਰਾਇਆ ਕਿਹਨੇ ਨਹੀਂ ਕਰਾਇਆ, ਬੜੀਆਂ ਆਪਣੇ ਆਪ ਵਿੱਚ ਚਰਚਾਵਾਂ ਨੇ। ਹੁਣ ਇੱਥੇ ਹੋਇਆ ਕੀ ਹੈ ਕਿ ਜ਼ਿਲ੍ਹਾ ਤਰਨ ਤਾਰਨ ਦਾ ਇੱਕ ਪਿੰਡ ਹੈ ਧੁੰਦਾ ਜੀ, ਉਸ ਪਿੰਡ ਦੇ ਵਿੱਚ ਇੱਕ ਸੰਸਥਾ ਬਣੀ ਹੋਈ ਹੈ, ਇੱਕ ਕਮੇਟੀ ਬਣੀ ਹੋਈ ਹੈ, ਤੇ ਉਹਨੇ ਫੈਸਲਾ ਕੀਤਾ ਕਿ 8 ਮੁੰਡੇ ਜਿਹੜੇ ਆ ਇਹਨਾਂ ਦੀ ਮੰਗਣੀ ਹੋ ਗਈ ਹੈ, ਵਿਆਹ ਹੋਣ ਵਾਲੀ ਹੈ, ਤੇ ਆਪਾਂ ਸਦਭਾਵਨਾ ਦੇ ਤੌਰ ਤੇ ਕੋਸ਼ਿਸ਼ ਕਰਦੇ ਹਾਂ ਕਿ ਭਾਈ ਕਹਾਣੀ ਕਿਸੇ ਪਾਸੇ ਜਿਹੜੀ ਉਹ ਲੱਗ ਸਕੇ। ਹੁਣ ਸਦਭਾਵਨਾ ਦੇ ਤੌਰ ਦੇ ਉੱਤੇ ਜਿਹੜਾ ਯਤਨ ਕੀਤਾ ਜਾਣਾ, ਜਿਹੜੀ ਕੋਸ਼ਿਸ਼ ਕੀਤੀ ਜਾਣੀ ਹੈ, ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਉਹ ਇੰਪੋਰਟੈਂਟ ਹੁੰਦੀ ਹੈ। ਹੁਣ ਦੇਖੋ ਉਹ ਸਾਰੇ ਮੁੰਡੇ 8 ਦੇ 8 ਮੰਗਣੀ ਤੋਂ ਬਾਅਦ ਤੇ ਵਿਆਹ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ, ਉਹ ਇੱਕ ਲੀਕ ਖਿੱਚਣ ਆਏ ਸੀ ਕਿ ਭਾਈ ਆ ਦੇਖੋ ਅਸੀਂ ਡੋਪ ਟੈਸਟ ਕਰਾਉਣ ਲੱਗੇ ਹਾਂ। ਦੇਖੋ ਬਹੁਤ ਜ਼ਰੂਰੀ ਹੈ, ਕੋਈ ਬੰਦਾ ਆਖ ਸਕਦਾ ਲੈ ਸਾਨੂੰ ਕਹਿੰਦੇ ਆ ਡੋਪ ਟੈਸਟ ਕਰਾਓ, ਸਾਡਾ ਮੁੰਡਾ ਕਿਤੇ ਮਾੜਾ ਹੈ, ਇਹ ਕੀ ਗੱਲ ਹੈ, ਅਸੀਂ ਨਹੀਂ ਕਰਾਉਣ ਡੋਪ ਟੈਸਟ, ਚਾਹੋ ਰਿਸ਼ਤਾ ਟੁੱਟਾ, ਇੱਦਾਂ ਵੀ ਹੋ ਸਕਦਾ। ਪਰ ਨਹੀਂ, ਦੇਖੋ ਪੰਜਾਬ ਸੂਬੇ ਦੇ ਵਿੱਚ ਸਾਡੀ ਸਰਕਾਰ ਖੁਦ ਇਹ ਗੱਲ ਮੰਨ ਚੁੱਕੀ ਹੈ ਕਿ ਲੱਖਾਂ ਪੰਜਾਬ ਦੇ ਗੱਭਰੂ ਨਸ਼ਾ ਛੁਡਾਊ ਕੇਂਦਰਾਂ 'ਚ ਦਾਖਲ ਰਹੇ ਆ। ਸਾਡੀ ਸਰਕਾਰ ਅੱਜ ਵੀ ਇਹ ਗੱਲ ਮੰਨਦੀ ਹੈ ਕਿ ਬਹੁਤ ਸਾਰੇ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਐਸੇ ਨੇ ਜਿਹੜੇ ਨੌਜਵਾਨ ਰੋਜ਼ ਦਵਾਈ ਲੈਣ ਆਉਂਦੇ ਆ ਤੇ ਰੋਜ਼ ਚਲੇ ਜਾਂਦੇ ਕਿ ਭਾਈ ਅਸੀਂ ਨਸ਼ਾ ਛੱਡਣਾ। ਤੀਸਰੇ ਪਾਸੇ ਤਾਂ ਫਿਰ ਆਪਣੇ ਆਪ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਆ ਕਿ ਕਹਾਣੀ ਕਿੱਧਰਲੇ ਪਾਸੇ ਨੂੰ ਜਾਣੀ ਹੈ। ਹੁਣ ਉਹ ਤੀਸਰੇ ਪਾਸੇ ਵਾਲਾ ਕੰਮ ਵੀ ਜਿਹੜਾ ਉਹ ਕਿਤੇ ਨਾ ਕਿਤੇ ਵਿੱਚ ਐਡਜਸਟ ਤਾਂ ਕਰਨਾ ਹੀ ਪਊਗਾ ਨਾ। ਹੁਣ ਇਹ ਸਾਰੀਆਂ ਗੱਲਾਂ ਬਾਤਾਂ ਚੱਲੀ ਜਾਂਦੀਆਂ, ਪਰ ਨਾਲ ਦੀ ਨਾਲ ਸਵਾਲ ਇਹ ਖੜਾ ਹੁੰਦਾ ਕਿ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਗੱਭਰੂ ਨਸ਼ੇ 'ਚ ਆ ਗਏ, ਬਹੁਤ ਸਾਰੇ ਅਜੇ ਰਹਿੰਦੇ ਆ, ਤਾਂ ਫਿਰ ਕੀਤਾ ਕੀ ਜਾਏ। ਦੇਖੋ ਪਹਿਲੀ ਗੱਲ ਹੈ ਕਿ ਵਿਆਹ ਤੋਂ ਪਹਿਲਾਂ ਇਹ ਡੋਪ ਟੈਸਟ ਦੀਆਂ ਚਰਚਾਵਾਂ ਜਿਹੜੀਆਂ ਕੋਈ ਮਾੜੀਆਂ ਨੇ। ਆਮ ਤੌਰ ਤੇ ਪੰਜਾਬ ਦੇ ਘਰਾਂ ਦੇ ਵਿੱਚ ਸੁਖਨੈਬ ਜੀ ਆਪਾਂ ਕਈ ਵਾਰੀ ਵੇਖਿਆ ਜਦੋਂ ਮੁੰਡਾ ਵਿਗੜ ਜਾਵੇ ਕਾਬੂ 'ਚ ਨਾ ਆਵੇ ਉਦੋਂ ਕਹਿਣਗੇ ਵਿਆਹ ਕਰ ਦਿਓ, ਆਪੇ ਸਿੱਧਾ ਹੋ ਜਾਣਾ ਇਹਨੇ, ਅਗਲੇ ਆਪੇ ਸੁਧਾਰ ਲਊ। ਜਿਹੜਾ ਬਾਪੂ ਤੋਂ ਨਾ ਜੀ ਜਿਹੜਾ ਬਾਪੂ ਤੋਂ ਨਾ ਸੁਧਰਿਆ, ਜਿਹੜਾ ਮਾਤਾ ਤੋਂ ਨਾ ਸੁਧਰਿਆ, ਕੋਠੇ ਚਿੱਟੀਆਂ ਹੋਈਆਂ ਭੈਣਾਂ ਤੋਂ ਨਾ ਸੁਧਰਿਆ, ਭਰਾ ਤੋਂ ਨਾ ਸੁਧਰਿਆ, ਚਾਚੇ ਤੋਂ ਨਾ ਸੁਧਰਿਆ, ਤਾਏ ਤੋਂ ਨਾ ਸੁਧਰਿਆ, 20-25 ਸਾਲਾਂ ਦੀ ਇੱਕ ਲੜਕੀ ਤੋਂ ਸੁਧਰ ਜਾਓ? ਹੁਣ ਸੁਧਰਦਿਆਂ ਦਾ ਤਾਂ ਪਤਾ ਨਹੀਂ, ਪਰ ਐਸੇ ਬਹੁਤ ਸਾਰੇ ਪਰਿਵਾਰ ਨੇ ਜਿਹਨਾਂ ਦੇ ਵਿੱਚ ਲੜਕੀਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਇਸੇ ਤਰੀਕੇ ਬਰਬਾਦ ਵੀ ਹੋ ਗਈ, ਖਰਾਬ ਵੀ ਹੋ ਗਈ। ਪਰ ਹੁਣ ਕੋਈ ਨਾ ਕੋਈ ਸਾਨੂੰ ਇੱਦਾਂ ਦਾ ਤਰੀਕਾਕਾਰ ਲੱਭਣਾ ਪਊਗਾ ਕਿ ਭਾਈ ਇਹਦੇ ਵਿੱਚ ਜਿਹੜੀ ਝਿਜਕ ਹੈ ਨਾ ਉਹ ਝਿਜਕ ਖਤਮ ਕੀਤੀ ਜਾਵੇ। ਜੇ ਤਾਂ ਅਸੀਂ ਚਾਹੁੰਦੇ ਹਾਂ ਕਿ ਇਮਾਨਦਾਰੀ ਦੇ ਨਾਲ ਪੰਜਾਬ ਦਾ ਜਿਹੜਾ ਮਾੜਾ ਮੋਟਾ ਯਕੀਨ ਤੇ ਵਿਸ਼ਵਾਸ ਬਣਾ ਕੇ ਰੱਖਣਾ, ਇੱਧਰਲੇ ਪਾਸੇ ਨੂੰ ਤੁਰਨਾ ਪਊਗਾ। ਬਾਕੀ ਤਰਨ ਤਾਰਨ ਜ਼ਿਲ੍ਹਾ ਪਿੰਡ ਧੁੰਦਾ ਤੇ ਉੱਥੋਂ ਦੀ ਜਿਹੜੀ ਉਹ ਕਮੇਟੀ ਹੈ ਉਹਦਾ ਧੰਨਵਾਦ ਕਰਨਾ ਜ਼ਰੂਰ ਬਣਦਾ ਕਿ ਭਾਈ ਤੁਸੀਂ ਇੱਕ ਨਵੇਂ ਤਰੀਕੇ ਦੀ ਅੱਜ ਜਿਹੜੀ ਪਿਰਤ ਪਾਈ ਹੈ ਤੇ ਉਹਨੂੰ ਚੱਲਦਾ ਰੱਖਣਾ ਆਪਾਂ ਸਭ ਦਾ ਜਿਹੜਾ ਉਹ ਫਰਜ਼ ਹੋ ਸਕਦਾ। ਹੁਣ ਦੇਖਦੇ ਹਾਂ ਕਿ ਤਰਨ ਤਾਰਨ ਤੋਂ ਸ਼ੁਰੂ ਹੋਈ ਇਹ ਲੋ ਕਿੱਧਰਲੇ ਪਾਸੇ ਨੂੰ ਜਾਂਦੀ ਹੈ। ਵੈਸੇ ਤਾਂ ਰੋਪੜ ਦੇ ਇਲਾਕੇ 'ਚ ਵੀ ਇੱਕ ਮੁਹਿੰਮ ਸ਼ੁਰੂ ਹੋਈ ਸੀ ਕਿ ਭਾਈ ਸਾਦੇ ਵਿਆਹ ਸਾਦੇ ਭੋਗ ਸਾਰਾ ਕੁਝ ਸਾਦਾ, ਪੈਸੇ 4 ਬਚਾਲੋ, ਐਵੇਂ ਫਿਰ ਮੁੜ ਕੇ ਮਿੱਟੀ ਨਾਲ ਮਿੱਟੀ ਹੋਣੇ ਰਹੀਆਂ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਦੇ ਰੋਪੜੋਂ ਲੈ ਕੇ ਇੱਧਰਲੇ ਪਾਸੇ ਨੂੰ ਆਉਂਦੀਆਂ, ਕਦੇ ਮਾਝੇ ਤੋਂ ਚੱਲ ਕੇ ਉਹ ਪਰਲੇ ਪਾਸੇ ਬਠਿੰਡੇ ਵੱਲ ਨੂੰ ਜਾਂਦੀਆਂ, ਚੰਗੀ ਗੱਲ ਦੀ ਐਪਰੀਸ਼ੀਏਟ ਕਰਨਾ ਚਾਹੀਦਾ। ਤੇ ਹੁਣ ਵੇਖਦੇ ਹਾਂ ਕਿ ਹੋਰ ਕਿੰਨੇ ਕੁ ਪੰਜਾਬ ਦੇ ਲੋਕ ਨੇ ਜਿਹੜੇ ਟੀਵੀ ਮਿਲਾਉਣ ਤੋਂ ਵੀ ਪਹਿਲਾਂ ਡੋਪ ਟੈਸਟ ਦੇ ਕਾਰਡ ਮਿਲਾਉਣਗੇ ਜੀ। ਮਾਰ ਸਾਹਿਬ, ਇੱਕ ਵੇਲਾ ਇਹੋ ਜਿਹਾ ਵੀ ਚੱਲਿਆ ਸੀ ਵਿੱਚ ਦੀ ਚਰਚਾ ਸੀਗੀ ਕਿ ਬਲੱਡ ਗਰੁੱਪ ਵੀ ਜ਼ਰੂਰ ਚੈੱਕ ਕਰ ਲਿਆ ਕਰੋ, ਕਿ ਰੇਅਰ ਹੁੰਦਾ ਨਾ ਕਈ ਵਾਰੀ ਤਾਂ ਉਹਦਾ ਹੋਰ ਫਾਇਦਾ ਹੋ ਜੂਗਾ, ਕੁੰਡਲੀ ਦੇ ਨਾਲੋਂ ਜਿਹੜੇ 36 ਦੇ 36 ਗੁਣ ਮਿਲਾਉਣ ਦੇ ਨਾਲੋਂ ਬਲੱਡ ਗਰੁੱਪ ਵੀ ਮਿਲਾ ਲਿਆ ਕਰੋ, ਉਹ ਵੀ ਚਰਚਾ ਚੱਲੀ ਸੀ ਇੱਕ ਵਾਰੀ। ਨਹੀਂ ਬਿਲਕੁਲ ਸੁਖਨੈਬ ਜੀ, ਦੇਖੋ ਬਹੁਤ ਬੇਸਿਕ ਚੀਜ਼ਾਂ ਨੇ, ਮੁੱਢਲੀਆਂ ਚੀਜ਼ਾਂ, ਬਿਲਕੁਲ ਓਦਾਂ ਦੀਆਂ ਚੀਜ਼ਾਂ ਨੇ ਜਿੱਦਾਂ ਸਵੇਰ ਨੂੰ ਬੱਚੇ ਨੇ ਪੜ੍ਹਨ ਜਾਣਾ ਹੋਵੇ ਉਹਨੂੰ ਦੱਸਣ ਦੀ ਲੋੜ ਥੋੜ੍ਹੀ ਚਾਹੀਦੀ ਹੈ। ਕਿਤਾਬਾਂ ਚੈੱਕ ਕਰ ਲਾ, ਸਾਰੀਆਂ ਪਾ ਲਈਆਂ, ਕਾਪੀਆਂ ਚੈੱਕ ਕਰ ਲਾ, ਪੈਨ ਰੱਖ ਲਿਆ, ਟਿਫਨ ਰੱਖ ਲਿਆ, ਜੇ ਤਾਂ ਸਾਰਾ ਕੁਝ ਰੱਖ ਕੇ ਅਗਲਾ ਬੰਦਾ ਚੈੱਕ ਕਰਕੇ ਤੁਰਦਾ ਠੀਕ ਹੈ, ਨਹੀਂ ਤਾਂ ਇਹਦਾ ਮਤਲਬ ਹੈ ਕਿ ਸਾਡੇ ਵਿੱਚ ਗੰਭੀਰਤਾ ਦੀ ਕਿਤੇ ਨਾ ਕਿਤੇ ਘਾਟ ਹੈ। ਕੁਝ ਇੱਕ ਤਬਦੀਲੀਆਂ ਜਿਹੜੀਆਂ ਉਹ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੁੰਦੀਆਂ। ਹੁਣ ਕੋਈ ਵੇਲਾ ਸੀ ਸਾਡੇ ਬਜ਼ੁਰਗਾਂ ਦੇ ਕੋਲ, ਆਪਣੇ ਸਾਰਿਆਂ ਦੇ ਕੋਲੇ
ਮੈਨੂੰ ਲੱਗਦਾ ਕਿ ਇੱਕ ਇੱਕ ਕੁੜਤਾ ਪਜਾਮਾ ਹੀ ਹੋਣਾ, ਨਹੀਂ ਤਾਂ ਕੰਮ ਕਰ ਉਹ ਜਿਹੜਾ ਉਦੀ ਕਰੀ ਜਾਂਦੇ ਸੀ ਆਪਣੇ ਹਿਸਾਬ ਕਿਤਾਬ ਦੇ ਨਾਲ, ਉਹ ਕੁੜਤਾ ਪਜਾਮਾ ਜਾਣ ਵਾਲੇ ਰੱਖ ਲੈਣਾ। ਅੱਜ ਅਲਮਾਰੀਆਂ ਕੱਪੜਿਆਂ ਦੇ ਨਾਲ ਭਰੀਆਂ ਪਈਆਂ। ਕਦੇ ਕਿਸੇ ਨੇ ਸੋਚਿਆ ਸੀ 40-50 ਸਾਲ ਪਹਿਲਾਂ ਕਿ ਘਰ ਘਰ ਟੀਵੀ ਹੋਊ, ਹੱਥ 'ਚ ਮੋਬਾਈਲ ਹੋਊ, ਤੇ ਬੰਦਾ ਉਹ ਜਲੰਧਰ ਦੇ ਕਿਸੇ ਪਿੰਡ ਦੇ ਵਿੱਚ ਬੈਠ ਕੇ ਤੇ ਅਮਰੀਕਾ ਕਨੇਡਾ ਤੱਕ ਊਂ ਹੀ ਖ਼ਬਰਾਂ ਸੁਣਾ ਦਿਆ ਕਰੂ, ਤੇ ਕੋਈ ਬੰਦਾ ਬਠਿੰਡੇ ਦੇ ਸਟੂਡੀਓ ਦੇ ਵਿੱਚ ਬੈਠ ਕੇ ਸਵਾਲ ਪੁੱਛ ਲਿਆ ਕਰੂ, ਅਮਰੀਕਾ ਵਾਲਿਆਂ ਤੱਕ, ਕਨੇਡਾ ਵਾਲਿਆਂ ਤੱਕ, ਆਸਟ੍ਰੇਲੀਆ ਨਿਊਜ਼ੀਲੈਂਡ ਵਾਲਿਆਂ ਤੱਕ ਗੱਲ ਪਹੁੰਚੂ। ਅਸੀਂ ਸਾਰੀ ਚੀਜ਼ ਅਡੋਪਟ ਕੀਤੀ ਆ, ਅਸੀਂ ਤਬਦੀਲੀ ਦੇ ਵਿੱਚ ਸਾਰਥੀ ਸਾਥੀ ਬਣੇ ਹੀ ਆ। ਇਧਰਲੇ ਪਾਸੇ ਨੂੰ ਕਿਉਂ ਨਹੀਂ ਜਾਂਦੇ, ਇਧਰਲੇ ਪਾਸੇ ਨੂੰ ਬ੍ਰੇਕਾਂ ਕਿਉਂ ਮਾਰ ਕੇ ਰੱਖਦੇ ਆ? ਜਦੋਂ ਕੋਈ ਗੱਲ ਸ਼ੁਰੂ ਹੁੰਦੀ ਆ ਨਾ, ਆਪਣੇ ਸਿਰ ਨੂੰ ਥੋੜੀ ਜਿਹੀ ਤਰੇਲੀ ਆ ਲੈਣ ਦਿਆ ਕਰੀਏ ਤਾਂ ਚੰਗਾ, ਸੋਚਾਂ ਵਿਚਾਰਾਂ ਬਹੁਤ ਜ਼ਰੂਰੀ ਨੇ ਜੀ। ਬਾਟ ਸਾਹਿਬ ਬ੍ਰੇਕ ਲੈ ਲਈਏ ਇੱਕ, ਆਪਾਂ ਫਿਰ ਅਗਲੀ ਗੱਲ ਕਰਦੇ ਹਾਂ ਜੀ। ਲਓ ਜੀ, ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਪਰਮੀਤ ਸਿੰਘ ਵਾਟ ਸਾਹਿਬ ਨਾਲ ਆਪਾਂ ਖਬਰਾਂ ਸਾਰਾਂ ਦੀ ਸਾਂਝ ਪਾਉਂਦੇ ਹੋਏ ਗੱਲ ਅੱਗੇ ਤੋਰਦੇ ਹਾਂ। ਔਰ ਵਾਟ ਸਾਹਿਬ, ਖਬਰਾਂ ਦੇ ਵਿੱਚੋਂ ਇੱਕ ਚੀਜ਼ ਇਹ ਵੀ ਚਰਚਾ ਦੇ ਵਿੱਚ ਹੈ ਕਿ ਇਰਾਨ ਦਾ ਇੱਕ ਮਾਮਲਾ ਤੇ ਉਹਦੀ ਹਰ ਪਾਸੇ ਬਾਹਲੀ ਚਰਚਾ ਜੀ। ਦੇਖੋ ਸੁਖਨੈਬ ਜੀ, 2019 ਦਾ ਵਰ੍ਹਾ ਚੱਲਦਾ, ਆਧੁਨਿਕ ਆ, ਆਪਾਂ ਬਹੁਤ ਕੁਝ ਨਵਾਂ ਬਣਾ ਲਿਆ, ਬਹੁਤ ਕੁਝ ਆਪਣੇ ਜੀਵਨ ਦਾ ਅੰਗ ਬਣਾ ਲਿਆ, ਪਰ ਕਈ ਚੀਜ਼ਾਂ ਦੁਨੀਆਂ ਭਰ ਦੇ ਵਿੱਚ ਐਸੀਆਂ ਨੇ ਜਿਹੜੀਆਂ ਕਿ ਇਸ ਆਧੁਨਿਕਤਾ ਦੇ ਨਾਲ ਪੂਰਾ ਮੇਲ ਨਹੀਂ ਖਾਂਦੀਆਂ। ਮੇਲ ਤਾਂ ਵੈਸੇ ਇਹ ਵੀ ਚੀਜ਼ ਨਹੀਂ ਖਾਂਦੀ ਕਿ ਭੀੜ ਹੀ ਕੁੱਟ ਕੁੱਟ ਕੇ ਕਤਲ ਕਰਦਾ ਜੀ। ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਜੇ ਆਪਾਂ ਇਹ ਕਰੀਏ ਕਿ ਦੋ ਦੇਸ਼ਾਂ ਦੀ ਆਪਸੀ ਲੜਾਈ ਸਿਰਫ ਇਸ ਕਰਕੇ ਹੈ ਕਿ ਭਾਈ ਵੋਟਾਂ ਵਾਟਾਂ ਲੈਣੀਆਂ, ਉਹ ਵੀ ਆਧੁਨਿਕਤਾ ਦੀ ਨਿਸ਼ਾਨੀ ਥੋੜੀ ਹੈ। ਇਹ ਕਿੱਦਾਂ ਦੀ ਆਧੁਨਿਕਤਾ ਜਿਹਦੇ ਵਿੱਚ ਹਥਿਆਰ ਬਣਾਉਣ ਵਾਲੇ ਦੇਸ਼ ਇਸੇ ਗੱਲ ਦੀ ਸੁੱਖ ਮੰਗਦੇ ਨੇ ਕਿ 500 ਜਗ੍ਹਾ ਦੇ ਉੱਤੇ ਲੜਾਈ ਲੱਗੀ ਰਹੇ, ਸਾਡਾ ਅਸਲਾ ਬਰੂਦ ਜਿਹੜਾ ਉਹ ਵਿਕਦਾ ਰਹੇ। ਆਧੁਨਿਕਤਾ ਤਾਂ ਇਹਦੇ ਵਿੱਚ ਵੀ ਕਿਤੇ ਨਹੀਂ ਕਿ ਅੱਜ ਫਰੋਡ ਵਧੀ ਜਾਂਦੇ ਆ, ਆਹ ਵਧੀ ਜਾਂਦੇ ਆ, ਵਿਸ਼ਵ ਆਰਥਿਕ ਮੰਦੀ ਦਾ ਸ਼ਿਕਾਰ ਹੋਇਆ ਫਿਰਦਾ। ਸੋ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਹਾਨੂੰ ਤੰਗ ਪਰੇਸ਼ਾਨ ਕਰਦੀਆਂ, ਜਿਹਨਾਂ ਦੇ ਬਾਰੇ ਤੁਹਾਡੀ ਆਪਦੀ ਰਾਏ ਇੱਦਾਂ ਦੀ ਬਣ ਜਾਂਦੀ ਹੈ ਕਿ ਭਾਈ ਆਹ ਚੀਜ਼ ਇੱਦਾਂ ਨਹੀਂ ਸੀ ਹੋਣੀ ਚਾਹੀਦੀ, ਇਹ ਚੀਜ਼ ਦਾ ਰੂਪ ਜੇ ਦੂਸਰਾ ਹੁੰਦਾ ਤਾਂ ਵੱਧ ਚੰਗਾ ਹੁੰਦਾ। ਹੁਣ ਇਰਾਨ ਦੇ ਵਿੱਚ ਇੱਕ 20 ਸਾਲਾਂ ਦੀ ਲੜਕੀ ਨੂੰ 24 ਸਾਲ ਦੀ ਸਜ਼ਾ ਅਦਾਲਤ ਨੇ ਸੁਣਾਈ ਹੈ, 24 ਸਾਲ ਦੀ ਸਜ਼ਾ। ਇਸ ਵੇਲੇ ਉਸ ਲੜਕੀ ਦੀ ਉਮਰ 20 ਸਾਲ ਹੈ, ਜੇ ਉਹਨੂੰ ਸਾਰੀ ਸਜ਼ਾ ਭੁਗਤਣੀ ਪਈ ਤਾਂ ਉਹ 44 ਸਾਲ ਦੀ ਹੋਵੇਗੀ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਊ। ਹੋਇਆ ਕੀ ਸੀ? ਦੇਖੋ, ਇਰਾਨ ਇੱਕ ਐਸਾ ਮੁਲਕ ਹੈ ਜਿੱਥੇ ਬਹੁਤ ਸਾਰੀਆਂ ਪਾਬੰਦੀਆਂ, ਔਰਤਾਂ ਦੇ ਲਈ ਹਿਜਾਬ ਪਾਉਣਾ ਜ਼ਰੂਰੀ ਹੈ। ਦੇਖੋ, ਆਪਾਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦੇ ਪ੍ਰਤੀ ਕੋਈ ਮਾੜਾ ਚੰਗਾ ਸ਼ਬਦ ਨਹੀਂ ਬੋਲਣਾ ਚਾਹੁੰਦੇ, ਪਰ ਆਧੁਨਿਕਤਾ ਦੇ ਪੱਖ ਤੋਂ, ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਜੇ ਵੇਖਿਆ ਜਾਵੇ ਤਾਂ ਬੜੀ ਅਜੀਬ ਚੀਜ਼ ਹੈ। ਹੁਣ ਜੇ ਤਾਂ ਕਿਸੇ ਬੰਦੇ ਨੂੰ ਚੰਗਾ ਲੱਗਦਾ ਕੋਈ ਬੰਦਾ ਧਰਮ ਦੇ ਵਿੱਚ ਪੱਕ ਰਹਿਣਾ ਚਾਹੁੰਦਾ, ਜਿਹਦੇ ਮਰਜ਼ੀ ਕਰੋ, ਪਰ ਜੇ ਤੁਹਾਡੀ ਮਨਸ਼ਾ ਇੱਦਾਂ ਦੀ ਬਹੁਤ ਜ਼ਿਆਦਾ ਸਖ਼ਤ ਨਹੀਂ ਤਾਂ ਤੁਹਾਨੂੰ ਕੁਝ ਹੋਰ ਸੋਚਣਾ ਪਊਗਾ। ਦੇਖੋ, ਇੱਥੇ ਮੈਂ ਇਹ ਦੱਸਦਿਆਂ ਕਿ ਇੱਕ ਲੜਕੀ ਜਿਹੜੀ ਹੈ ਉਹਦਾ ਨਾਮ ਹੈ ਅਸਰੀ ਜੀ। ਹੁਣ ਅਸਰੀ ਤੇ ਉਹਦੀ ਮਾਤਾ ਰਹੀਲਾ ਅਹਿਮਦੀ, ਉਹ ਦੋਵੇਂ ਬੀਬੀਆਂ ਨੇ ਇੱਕ ਮੁਹਿੰਮ ਚਲਾਈ, ਦੋਵੇਂ ਉਸ ਮੁਹਿੰਮ ਦਾ ਚਿਹਰਾ ਨੇ। ਮੁਹਿੰਮ ਕੀ ਚਲਾਈ ਸੀ? 2 ਸਾਲ ਪਹਿਲਾਂ ਵਾਈਟ ਵੈਡਨਸ ਡੇ ਕੰਪੇਨ, ਜਾਣੀ ਕਿ ਹਰ ਬੁੱਧਵਾਰ ਨੂੰ ਉਹਨਾਂ ਨੇ ਸੱਦਾ ਦਿੱਤਾ ਸੀ ਮਾਂ ਧੀ ਨੇ ਇਰਾਨ ਦੀਆਂ ਔਰਤਾਂ ਨੂੰ ਕਿ ਤੁਸੀਂ ਬੁੱਧਵਾਰ ਨੂੰ ਇੱਕ ਵੀਡੀਓ ਬਣਾਉਣੀ ਹੈ ਬਿਨਾਂ ਹਿਜਾਬ ਤੋਂ, ਜੇ ਸਾਡੇ ਹੱਕ 'ਚ ਤਾਂ, ਤੇ ਉਹ ਫਿਰ ਸਾਨੂੰ ਭੇਜ ਦੇਣੀ ਹੈ। ਹੁਣ ਤੱਕ 200 ਵੀਡੀਓ ਪੋਸਟ ਹੋ ਗਿਆ 2 ਸਾਲਾਂ 'ਚ, 200, ਜਾਣੀ ਕਿ ਦਿਨ ਕਿੰਨੇ ਹੁੰਦੇ ਆ, 700 ਲਾ ਲਓ। ਇਹਦਾ ਮਤਲਬ ਹੈ ਕਿ ਜੇ 700-800 ਦਿਨਾਂ ਦੇ ਵਿੱਚ 200 ਵੀਡੀਓ ਬਣ ਗਈਆਂ ਤਾਂ ਫਿਰ ਜਿਹੜਾ 20% ਸਕਸੈਸ ਤਾਂ ਹੈਗੀ ਆ ਨਾ। ਹੁਣ ਇੱਥੋਂ ਤੱਕ ਵੀ ਦੇਖੋ, 5 ਲੱਖ ਲੋਕਾਂ ਨੇ ਵੀਡੀਓ ਵੇਖ ਲਿਆ, ਹਾਲਾਂਕਿ ਉਹਦੇ ਤੋਂ ਬਾਅਦ ਇਰਾਨ ਦੇ ਸ਼ਹਿਰ ਤਹਿਰਾਨ ਦੀ ਅਦਾਲਤ ਨੇ ਕਹਿਤਾ ਸੀ ਕਿ ਜੇ ਕਿਸੇ ਵੀ ਔਰਤ ਨੇ ਇਸ ਤਰੀਕੇ ਦੀਆਂ ਵੀਡੀਓ ਬਣਾਈਆਂ ਤਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, 1 ਸਾਲ ਤੋਂ ਲੈ ਕੇ। ਨਾਲ ਦੀ ਨਾਲ ਐਸੇ ਹਫ਼ਤੇ 12 ਔਰਤਾਂ ਨੂੰ ਸਜ਼ਾ ਜਿਹੜੀ ਹੈ ਉਹ ਸੁਣਾਈ ਜਾ ਚੁੱਕੀ ਹੈ, ਜੇਲ੍ਹ ਭੇਜਿਆ ਜਾ ਚੁੱਕਾ। ਹੁਣ ਜਦੋਂ 24 ਸਾਲ ਦੀ ਸਜ਼ਾ ਇਸ ਲੜਕੀ ਨੂੰ ਸੁਣਾ ਦਿੱਤੀ ਗਈ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਪਟਾਕਾ ਪੈ ਜੂ। ਦੇਖੋ, 8 ਦਿਨ ਦੀ ਸੁਣਵਾਈ ਹੋਈ ਹੈ, 8 ਦਿਨਾਂ ਦੀ ਸੁਣਵਾਈ ਦੇ ਵਿੱਚ ਹੁਣ 24 ਸਾਲ ਦੀ ਸਜ਼ਾ ਸੁਣਾਤੀ ਗਈ ਹੈ ਤੇ ਕਸੂਰ ਕੀ ਕੱਢਿਆ? ਦੇਖੋ, ਕਸੂਰ ਇਹ ਕੱਢਿਆ ਕਿ ਭਾਈ ਜਿਸ ਤਰੀਕੇ ਨਾਲ ਤੁਸੀਂ ਹਿਜਾਬ ਨਹੀਂ ਪਾਉਂਦੇ ਉਹਦੇ ਨਾਲ ਭ੍ਰਿਸ਼ਟਾਚਾਰ ਵੀ ਵੱਧਦਾ ਤੇ ਵੇਸ਼ਵਾਵ੍ਰਿੱਤੀ ਵੀ ਵੱਧਦੀ ਹੈ। ਜਾਣੀ ਕਿ ਜੇ ਤੁਸੀਂ ਹਿਜਾਬ ਨਹੀਂ ਪਾਓਗੇ ਤਾਂ ਉਹਦੇ ਲਈ ਤੁਹਾਡੇ ਤੇ ਦੋਸ਼ ਲੱਗ ਜੂਗਾ ਕਿ ਤੁਸੀਂ ਭ੍ਰਿਸ਼ਟਾਚਾਰ ਨੂੰ ਸਹਾਰਾ ਦਿੰਦੇ ਹੋ, ਤੁਸੀਂ ਵੇਸ਼ਵਾਵ੍ਰਿੱਤੀ ਨੂੰ ਸਹਾਰਾ ਦਿੰਦੇ ਹੋ।
ਚਲੋ ਇਹ ਗੱਲ ਅਗਲੇ ਪਾਸੇ ਨੂੰ ਤੁਰ ਪਈ। ਸੋਸ਼ਲ ਮੀਡੀਆ ਦੇ ਵਿੱਚ ਹਿਜਾਬ ਦੇ ਖਿਲਾਫ ਜਿਹੜਾ ਉਹ ਧਿਆਨ ਜਿਹਾ ਨਾਲ ਢੰਗ ਨਾਲ ਚਲਾਇਆ ਗਿਆ ਕੰਮ ਅੱਗੋਂ ਵੀ ਮੈਨੂੰ ਲੱਗਦਾ ਕਿ ਚੱਲਦਾ ਰਹੂਗਾ, ਪਰ ਨਾਲ ਦੀ ਨਾਲ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਸਾਡੇ ਜਿਉਂਦਿਆਂ ਜੀ ਦੁਨੀਆਂ ਦੇ ਕਿਸੇ ਮੁਲਕ ਦੇ ਕਿਸੇ ਕੋਨੇ ਦੇ ਵਿੱਚ ਕੋਈ ਇੱਦਾਂ ਦੇ ਹਾਲਾਤ ਹੈਗੇ ਆ ਤੇ ਫਿਰ ਅਸੀਂ ਤੁਰੰਤ ਉਹ ਮਦਦ ਕਰਨ ਨੂੰ ਤਿਆਰ ਹਾਂ, ਅਸੀਂ ਕੁਝ ਨਾ ਕੁਝ ਆਪਣੇ ਵੱਲੋਂ ਜਿਹੜਾ ਉਹ ਕਰਾਂਗੇ ਜ਼ਰੂਰ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇ ਅੱਜ ਦੁਨੀਆਂ ਦੇ ਲੋਕ ਉੱਠ ਕੇ ਖਲੋਤੇ ਨਾ, ਮਸਲਾ ਹਿਜਾਬ ਦਾ ਵਿਰੋਧ ਕਰਨ ਦਾ ਨਹੀਂ, ਮਸਲਾ ਮੁੱਢਲੇ ਅਧਿਕਾਰਾਂ ਦੀ ਰਾਖੀ ਦਾ, ਤੇ ਜੇ ਅੱਜ ਨਾ ਖਲੋਤੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਊਗਾ। ਬੇਟੇ ਤੇ ਲੜਕੀ ਜੇਲ੍ਹ ਦੇ ਵਿੱਚ ਕਿਆ ਦਿੱਤੀ ਗਈ ਹੈ, 24 ਸਾਲ ਦੀ ਸਜ਼ਾ ਚੁੱਕੀ ਹੁੰਦੀ, ਉਸ ਹੱਕ ਦੇ ਵਿੱਚ ਹੁਣ ਕੋਈ ਲਹਿਰ ਬਣਦੀ ਹੈ ਜਾਂ ਨਹੀਂ, ਆਉਣ ਵਾਲਾ ਸਮਾਂ ਦੱਸੋ ਜੀ। ਬਾਰ ਸਾਹਿਬ, ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਉੱਤੇ ਐਨਜੀਟੀ ਸਖਤ ਹੋ ਗਈ ਹੈ ਜੀ ਕਿ ਖਤਮ ਹੋ ਗਈ ਹੈ? ਦੇਖੋ, ਸਖਤ ਵੀ ਹੋ ਗਈ ਹੈ ਤੇ ਖਤਮ ਵੀ ਹੋ ਗਈ ਹੈ, ਦੋਵੇਂ ਚੀਜ਼ਾਂ। ਇਸ ਕਰਕੇ ਕਈ ਸਾਲ ਹੋ ਗਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਲੱਗਿਆ ਕਿ ਪੰਜਾਬ ਦੇ ਵਿੱਚੋਂ ਅਸੀਂ ਨਜਾਇਜ਼ ਮਾਈਨਿੰਗ ਵਾਲਾ ਕੰਮ ਮੁਕਾਉਣਾ। ਮੁਕਾਉਣਗੇ ਕਿਵੇਂ ਜੇ ਅਸੀਂ ਮੁਕਾਉਣ ਦਿਆਂਗੇ? ਹੁਣ ਪਟੀਸ਼ਨਾਂ ਉੱਥੇ ਕਈ ਪਈਆਂ ਹੋਈਆਂ, ਉਹਨਾਂ ਪਟੀਸ਼ਨਾਂ ਦੇ ਵਿੱਚੋਂ ਇੱਕ ਪਟੀਸ਼ਨ ਤੇ ਸੁਣਵਾਈ ਕਰਦੇ ਹਾਂ। ਪੰਜਾਬ ਸਰਕਾਰ ਨੇ ਕਹਿਤਾ ਕਿ ਦੇਖੋ ਇਹ ਯਕੀਨਨ ਬਣਾਓ, ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਕਿ ਬਿਲਕੁਲ ਰੇਤੇ ਦੀ ਨਜਾਇਜ਼ ਮਾਈਨਿੰਗ ਨਾ ਹੋਵੇ 1% ਵੀ। ਹੁਣ ਗ੍ਰੀਨ ਟ੍ਰਿਬਿਊਨਲ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਸੀ ਕਿ ਪੰਜਾਬ ਦੇ ਵਿੱਚ ਮਾਈਨਿੰਗ ਵਾਸਤੇ ਜ਼ਿਆਦਾਤਰ ਪਟੇ ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਦਿੱਤੇ ਕਿ ਭਾਈ ਚੱਲ ਤੂੰ ਵੀ ਚੱਕ ਲਾ ਤੇ ਚੱਲ ਤੂੰ ਵੀ ਚੱਕ ਲਾ। ਹੁਣ ਐਨਜੀਟੀ ਦੇ ਚੇਅਰਮੈਨ ਨੇ ਜਸਟਿਸ ਆਦਰਸ਼ ਕੁਮਾਰ ਗੋਇਲ, ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਸੰਬੰਧਿਤ ਵਿਅਕਤੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਹੁਣ ਕੇਂਦਰੀ ਵਾਤਾਵਰਣ ਮੰਤਰਾਲੇ ਦੇ ਅਧਿਕਾਰੀ ਨੂੰ ਵੀ ਸੱਦ ਲਿਆ। ਉਧਰਲੇ ਪਾਸੇ ਜੇ ਦੇਖੀਏ ਆਪਾਂ ਤਾਂ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੋਂ ਮੁਆਵਜ਼ਾ ਵਸੂਲਣ ਦੇ ਲਈ ਵੀ ਗੱਲਾਂ ਬਾਤਾਂ ਚੱਲ ਪਈਆਂ ਕਿ ਭਾਈ ਜਿਨ੍ਹਾਂ ਨੇ ਹੁਣ ਲੈ ਗਏ, ਜਿਨ੍ਹਾਂ ਕੋਲ ਪੈਸਾ ਧੇਲਾ ਹੁਣ ਇਕੱਠਾ ਹੋ ਗਿਆ ਉਹਨੂੰ ਬਹੁਤਾ ਕੀ ਛੇੜਨਾ, ਆਪਾਂ ਆਪੋ ਆਪਣੇ ਹਿਸਾਬ ਦੇ ਨਾਲ ਜਿਹੜੇ ਉਤਰੇ ਚੱਲਦੇ ਹਾਂ। ਹੁਣ 3 ਮਹੀਨੇ ਦਾ ਸਮਾਂ ਦਿੱਤਾ ਕਿ 3 ਮਹੀਨਿਆਂ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਕੰਮ ਨਿਪਟਾ ਕੇ ਫਿਰ ਦੁਬਾਰਾ ਆਪਾਂ ਉੱਥੇ ਹੀ ਪਹੁੰਚ ਜਾਣਾ। ਸੋ ਕੁੱਲ ਮਿਲਾ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਜਿਹੜੀਆਂ ਖਬਰਾਂ ਵਾਰ ਵਾਰ ਲਿਖਤੀ ਰੂਪ 'ਚ ਜਾਂਦੀਆਂ ਸੀ ਕਿ ਭਾਈ ਹੁਣ ਤਾਂ ਸੱਤਾਧਾਰੀ ਧਿਰ ਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੀ ਕਹੀ ਜਾਂਦਾ ਕਿ ਅਕਾਲੀ ਭਾਜਪਾ ਦੇ ਰਾਜ ਦੇ ਵਿੱਚ ਵੀ ਇੰਨੀ ਲੁੱਟ ਸੁੱਟ ਨਹੀਂ ਸੀ, ਇੰਨੀ ਨਜਾਇਜ਼ ਮਾਈਨਿੰਗ ਨਹੀਂ ਸੀ ਜਿੰਨੀ ਕਿ ਇਸ ਵਾਰੀ ਹੋਈ ਹੈ। ਇਸ ਕਰਕੇ ਬਹੁਤ ਕੁਝ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਘਟਿਆ ਵਾਪਰਿਆ, ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਕੁਝ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਰਾਜ ਸੇਵਾ ਬਣੇਗਾ, ਇਦਾਂ ਦੇ ਹਾਲਾਤ ਜਿਹੜੇ ਉਹ ਇਸ ਵੇਲੇ ਬਣੇ ਹੋਏ ਆ। ਸੋ ਵੇਖਦੇ ਹਾਂ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇਹ ਸਾਰੇ ਦੇ ਸਾਰੇ ਜਿਹੜੇ ਮਸਲੇ ਨੇ ਉਹਨਾਂ ਨੂੰ ਪੰਜਾਬ ਦੀ ਸਰਕਾਰ 90 ਦਿਨਾਂ ਦੇ ਵਿੱਚ ਜਾ ਕੇ ਉੱਥੇ ਟੇਬਲ ਦੇ ਉੱਤੇ ਰੱਖਦੀ ਹੈ ਜਾਂ ਨਹੀਂ ਰੱਖਦੀ। ਪਰ ਸਾਨੂੰ ਚੇਤਾ ਰੱਖਣਾ ਚਾਹੀਦਾ ਕਿ ਸਾਡੀਆਂ ਸਰਕਾਰਾਂ ਦੇ ਉੱਤੇ ਬਹੁਤਾ ਫਰਕ ਫੁਰਕ ਨਹੀਂ ਪੈਂਦਾ, ਸਾਡੀਆਂ ਸਰਕਾਰਾਂ ਦੇ ਉੱਤੇ ਬਹੁਤਾ ਅਸਰ ਵੀ ਨਹੀਂ ਹੁੰਦਾ। ਬੁੱਢੇ ਨਾਲੇ ਦੇ ਵਿੱਚ ਖਰਾਬੀ ਸੀ, 50 ਕਰੋੜ ਦਾ ਜੁਰਮਾਨਾ ਕਿਹਦੇ ਤੇ ਲੱਗਾ? ਪੰਜਾਬ ਸਰਕਾਰ ਤੇ ਲੱਗਾ। ਅੱਜ ਨੀ ਕੱਲ ਨੀ ਪਰਸੋਂ ਕਿਸੇ ਨਾ ਕਿਸੇ ਵੇਲੇ ਤਾਂ ਦੇਣਾ ਹੀ ਪੈਣਾ, ਕੋਈ ਨਾ ਕੋਈ ਸ਼ਾਮ ਤੋਂ ਉਹਦੀ ਵਿਹਲੀ ਹੋਣੀ ਹੈ। ਤੇ ਜਦੋਂ ਇੱਦਾਂ ਦੇ ਹਾਲਾਤਾਂ ਦੇ ਵਿੱਚ ਬੰਦਾ ਆ ਜਾਂਦਾ ਤਾਂ ਫਿਰ ਕਈ ਕੁਝ ਸੋਚਦਾ ਵਿਚਾਰਦਾ ਤੇ ਸੋਚਾਂ ਵਿਚਾਰਾਂ ਦੇ ਵਿੱਚ ਬਹੁਤ ਕੁਝ ਦਿਮਾਗ ਚੋਂ ਸੱਜੇ ਖੱਬੇ ਹੋ ਜਾਂਦਾ ਜੀ। ਇੱਧਰ ਪ੍ਰਧਾਨ ਮੰਤਰੀ ਹੋਰਾਂ ਨੇ ਇੱਕ ਹੋਰ ਮੁਹਿੰਮ ਸ਼ੁਰੂ ਕਰਤੀ ਹੈ ਜੀ, ਫਿੱਟ ਇੰਡੀਆ ਵਾਲੀ ਮੁਹਿੰਮ, ਇਹ ਜਾਂ ਕੋਈ ਹੋਰ ਹੈ ਜੀ? ਬਿਲਕੁਲ ਸੁਖਨੈਬ ਜੀ, ਹੁਣ ਉਹੀ ਗੱਲ ਰਹਿੰਦੀ ਸੀ। ਦੇਖੋ, ਸਾਫ਼ ਸਫਾਈ ਤਾਂ ਪਿਛਲੀ ਸਰਕਾਰ ਦੇ ਵੇਲੇ ਨਿਬੜ ਗਈ ਕੰਮ ਨਾ ਜੀ, ਕਿ ਜਿਹੜਾ ਸਵੱਛ ਭਾਰਤ ਮੁਹਿੰਮ ਸੀ, ਇੱਕ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਜਿਹੜਾ ਪਿੰਡ ਗੋਦ ਲੈਣ ਦੀ ਮੁਹਿੰਮ ਚਲਾਈ ਸੀ, ਅੱਜ ਤੱਕ ਨਹੀਂ ਪਤਾ ਲੱਗਾ ਕਿ ਉਹ ਮੁਹਿੰਮ ਕਿੱਥੇ ਕੁ ਗਈ ਹੈ ਤੇ ਕਿੱਥੇ ਕੁ ਨਹੀਂ ਗਈ। ਬਹੁਤ ਘੱਟ ਕੰਮ ਜਿਹੜਾ ਉਸ ਮੁੱਦੇ ਤੇ ਹੋਇਆ। ਚਲੋ, ਇਹਦੇ ਤੋਂ ਬਿਨਾਂ ਘਰ ਘਰ ਆਪਾਂ ਗੈਸ ਵੀ ਪਹੁੰਚਾਉਣਾ ਸੀ, ਬਿਜਲੀ ਵੀ ਪਹੁੰਚਾਉਣੀ ਸੀ, ਕੁਝ ਹੱਦ ਤੱਕ ਪਹੁੰਚਾ ਦਿੱਤੇ ਗਏ ਆ। ਬਾਕੀ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਦੇ ਪੱਖ 'ਚ ਜਾਂਦੀਆਂ ਤੇ ਕਿਸੇ ਦੇ ਵਿਰੋਧ ਦੇ ਵਿੱਚ ਜਾਂਦੀਆਂ। ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਕੁਝ ਕੀਤਾ, ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਬੜਾ ਕੁਝ ਕੀਤਾ, ਪਰ ਹਾਲ ਦੀ ਘੜੀ ਤੱਕ ਉਹਦਾ ਕੋਈ ਬਹੁਤਾ ਜ਼ਿਆਦਾ ਲਾਹਾ ਟੋਟਾ ਮਿਲਦਾ ਪ੍ਰਤੀਤ ਹੋ ਨਹੀਂ ਰਿਹਾ। ਕਈ ਵਾਰੀ ਬੰਦੇ ਦੇ ਵਿੱਚ ਇੱਛਾ ਸ਼ਕਤੀ ਦੀ ਘਾਟ ਹੁੰਦੀ ਹੈ ਤੇ ਕਈ ਵਾਰੀ ਚੀਜ਼ਾਂ ਜਿਹੜੀਆਂ ਉਹ ਕਿਸੇ ਦੂਸਰੇ ਪਾਸੇ ਨੂੰ ਤੁਰੀਆਂ ਹੁੰਦੀਆਂ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰ ਫਿਰ ਨਵੀਂ ਮੁਹਿੰਮ ਦਾ ਆਗਾਜ਼ ਕਰ ਦਿੱਤਾ, ਉਹਦੇ ਸ਼ੁਰੂਆਤ ਕਰ ਦਿੱਤੀ ਹੈ। ਹੁਣ ਉਹ ਕਹਿੰਦੇ ਜੀ ਦੇਖੋ, ਸਾਡੇ ਘਰਾਂ ਦੇ ਵਿੱਚ ਹੀ ਫਿਟਨੈਸ ਦਾ ਸਮਾਨ ਹੁੰਦਾ, ਪਰ ਅਸੀਂ ਕਈ ਵਾਰੀ ਉਹਨੂੰ ਇੱਕ ਪਾਸੇ ਰੱਖ ਦਿੰਦੇ ਹਾਂ, ਪਰ ਉਹ ਸਮਾਨ ਇੱਕ ਪਾਸੇ ਰੱਖਣ ਵਾਲਾ ਨਹੀਂ। ਉਹ ਸਮਾਨ ਤਾਂ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਦਰੁਸਤ ਕਰਨ ਦੇ ਲਈ ਸਭ ਤੋਂ ਵਧੀਆ ਚੀਜ਼ ਹੈ। ਉਹਨਾਂ ਨੇ ਵੀ ਕਹਿਤਾ ਕਿ ਦੁਨੀਆ ਭਰ ਦੇ ਵਿੱਚ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ
ਕਿ ਜਿਸ ਦੇਸ਼ ਦੇ ਕੋਲ ਮੈਨ ਪਾਵਰ ਹੈ ਉਹਦੇ ਕੋਲ ਇਕੱਲੀ ਮੈਨ ਪਾਵਰ ਨਹੀਂ ਚਾਹੀਦੀ, ਉਹਦੇ ਕੋਲ ਸਿਹਤਮੰਦ ਮੈਨ ਪਾਵਰ ਚਾਹੀਦੀ ਹੈ, ਕਿਹਨ ਚੰਗਾ ਬੰਦਾ ਵਧੀਆ ਤਰੀਕੇ ਦੇ ਨਾਲ ਹੋਵੇ। ਨਾਲ ਦੀ ਨਾਲ ਉਹ ਕਹਿੰਦੇ ਕਿ ਹੁਣ ਇਹ ਜਿਹੜੀ ਫਿਟ ਇੰਡੀਆ ਕੰਪੇਨ ਅੱਜ ਚਲਾਈ ਹੈ ਉਹਦੇ ਵਿੱਚ ਫਿਲਮ ਜਗਤ ਦੇ ਬਹੁਤ ਸਾਰੇ ਸਿਤਾਰੇ ਵੀ ਆਉਣਗੇ, ਵਾਰ ਵਾਰ ਖੇਡ ਜਗਤ ਦੇ ਸਿਤਾਰੇ ਵੀ ਆਉਣਗੇ, ਇਹਦੇ ਨਾਲ ਨਾਲ ਬਹੁਤ ਸਾਰੇ ਉਦਯੋਗਪਤੀ ਜਿਹੜੇ ਆ ਉਹਨਾਂ ਨੂੰ ਵੀ ਸੱਦ ਲਿਆ। ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਕਿ ਦੇਖੋ ਅੱਜ ਦਾ ਦਿਨ ਵਧੀਆ, ਸਪੋਰਟਸ ਡੇ ਵੀ ਆ, ਹੋਰ ਵੀ ਬਹੁਤ ਕੁਝ ਹੈ, ਤੇ ਨਾਲ ਦੀ ਨਾਲ ਉਹ ਕਹਿੰਦੇ ਕਿ ਫਿਟਨੈਸ ਜੇ 100% ਹੋਊਗੀ ਤੁਹਾਡਾ ਦਿਮਾਗ ਵੀ ਠੀਕ ਰਹੂਗਾ, ਤੁਹਾਡੇ ਦਿਮਾਗ ਦੇ ਉੱਤੇ ਬਹੁਤਾ ਜ਼ਿਆਦਾ ਅਨਸੈਸਰੀ ਜਿਹੜਾ ਬੋਝ ਵੀ ਨਹੀਂ ਪਊਗਾ ਤੇ ਤੁਸੀਂ ਵਧੀਆ ਤਰੀਕੇ ਦੇ ਨਾਲ ਰਹੋਗੇ। ਸੋ ਕੁੱਲ ਮਿਲਾ ਕੇ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਦੇ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਭਾਈ ਇੱਕ ਕੰਮ ਆਪਾਂ ਬਿਲਕੁਲ ਨਾ ਛੱਡੀਏ, ਤੇ ਉਸ ਕੰਮ ਨੂੰ ਜਿਹੜਾ ਉਹ ਇਸ ਵੇਲੇ ਲੋਕ ਜਿਹੜਾ ਉਹ ਕਿਤੇ ਨਾ ਕਿਤੇ ਸੱਜੇ ਖੱਬੇ ਜਾਂਦੇ ਆ ਤੇ ਪਸੰਦ ਕਰਦੇ ਆ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਭਾਈ ਆਪਾਂ ਫਿੱਟ ਰਹਿਣਾ, ਦਿਮਾਗ ਵੀ ਫਿੱਟ ਰਹੂਗਾ, ਪ੍ਰੋਡਕਸ਼ਨ ਵਧੂਗੀ, ਦੁਨੀਆਂ ਦੇ ਉੱਤੇ ਆਪਾਂ ਰਾਜ ਕਰਾਂਗੇ ਵਪਾਰਕ ਤੌਰ ਦੇ ਉੱਤੇ, ਤੇ ਨਾਲ ਦੀ ਨਾਲ ਸਿਹਤਮੰਦ ਰਹਾਂਗੇ। ਹਸਪਤਾਲਾਂ ਦੇ ਵਿੱਚ ਜਿਹੜੀਆਂ ਕਤਾਰਾਂ ਲੱਗਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਕਤਾਰਾਂ ਆਪਾਂ ਉਹ ਸੱਜੇ ਖੱਬੇ ਕਰ ਦੇਣੀਆਂ। ਸੋ ਕਿਤੇ ਨਾ ਕਿਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ, ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਭਾਈ ਜਦੋਂ ਵੀ ਕਦੇ ਇਹ ਮੁਹਿੰਮ ਠੰਡੀ ਪੈਣ ਲੱਗੀ ਉਹਦੇ ਤੋਂ ਬਾਅਦ ਜੇ ਇੱਕ ਅੱਧਾ ਗੇੜਾ ਪ੍ਰਧਾਨ ਮੰਤਰੀ ਸਾਹਿਬ ਜਾਂ ਉਹਨਾਂ ਦੇ ਨੇੜਲੇ ਬੰਦੇ ਹਰ ਥਾਂ ਮਾਰ ਲਿਆ ਕਰਨ ਤਾਂ ਚੰਗਾ, ਨਹੀਂ ਤਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਜੋਸ਼ ਤੇ ਉਤਸ਼ਾਹ ਦੀ ਜਿਹੜੀ ਹੈ ਉਹ ਕਮੀ ਆ ਜਾਂਦੀ ਹੈ। ਸੋ ਵੇਖਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਦੁਆਰਾ ਭਾਰਤ ਦੇ ਨੌਜਵਾਨਾਂ ਨੂੰ, ਭਾਰਤ ਦੇ ਬਜ਼ੁਰਗਾਂ ਨੂੰ, ਸਾਰਿਆਂ ਨੂੰ ਹੁਣ ਫਿੱਟ ਰੱਖਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਉਸ ਕੋਸ਼ਿਸ਼ ਦੇ ਵਿੱਚ ਉਹ ਕਿੰਨਾ ਕੁ ਸਫਲ ਹੁੰਦੇ ਹੈ ਤੇ ਲੋਕਾਂ ਦੇ ਰਹਿਣ ਸਹਿਣ ਦੇ ਢੰਗ ਦੇ ਉੱਤੇ ਅਸਰ ਪੈਂਦਾ ਕਿੰਨਾ ਕੁ ਹੈ। ਜੀ ਵਾਟ ਸਾਹਿਬ, ਪ੍ਰਧਾਨ ਮੰਤਰੀ ਹੋਰਾਂ ਨੇ ਮੁਹਿੰਮ ਸ਼ੁਰੂ ਕਰਤੀ, ਬਾਕੀ ਸਾਰਾ ਕੁਛ ਠੀਕ ਹੈ, ਤੇ ਅਸੀਂ ਗੱਲ ਕਰੀਏ ਪੰਜਾਬ ਦੇ ਹੜਾਂ ਦੀ। ਸੋ ਉੱਥੇ ਕੀ ਚਰਚਾ? ਇੱਕ ਪਾਸੇ ਖਾਲਸਾ ਜਿਹੜਾ ਆ ਦੁਨੀਆਂ ਭਰ ਚ ਬੱਲੇ ਬੱਲੇ ਕਰਾਈ ਜਾਂਦੇ ਆ, ਕੱਲ ਟੋਰਾਂਟੋ ਦੀ ਇੱਕ ਰੇਡੀਓ ਫ੍ਰੀਕੁਐਂਸੀ ਦੇ ਉੱਤੇ ਫੰਡ ਰੇਜ਼ਿੰਗ ਸੀ, ਔਰ ਜਿਹੜੇ ਉਹਦੇ ਰੇਡੀਓ ਹੋਸਟ ਨੇ, ਕਿਉਂਕਿ ਮੈਂ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ, ਉਹ ਦੱਸ ਰਹੇ ਸੀ ਕਿ ਤਕਰੀਬਨ $1,00,000 ਦੇ ਨੇੜੇ ਤੇੜੇ ਸੰਗਤ ਨੇ ਉਥੋਂ ਇਕੱਠੇ ਕਰਕੇ ਭੇਜਦੇ ਆ ਇਹਨਾਂ ਦੇ ਵਲੰਟੀਅਰਸ ਨੂੰ। ਸੋ ਦੁਨੀਆਂ ਭਰ ਚੋਂ ਇਸ ਵਕਤ ਜੇ ਖਾਲਸਾ ਏਡ ਨੂੰ ਸਹਿਯੋਗ ਮਿਲ ਰਿਹਾ ਤਾਂ ਚਰਚਾ ਬਾਕੀ ਸੰਸਥਾਵਾਂ ਦੀ ਵੀ ਹੋਣੀ ਹੈ ਨਾਲ ਨਾਲ। ਸੁਖਨੈਰ ਜੀ, ਮੈਨੂੰ ਲੱਗਦਾ ਕਿ ਖਾਲਸਾ ਏਡ ਦਾ ਜਿਹੜਾ ਕੰਮ ਆ ਨਾ ਉਹਨਾਂ ਸਾਰੇ ਲੋਕਾਂ ਦੇ ਇੱਕ ਬਹੁਤ ਵੱਡਾ ਰਾਹ ਦਿਖਾਉਣ ਵਾਲੀ ਗੱਲ ਹੈ, ਰਾਹ ਸਿਰੇ ਵਾਲੀ ਗੱਲ ਹੈ, ਸਬਕ ਵਾਲੀ ਗੱਲ ਹੈ। ਜਿਹੜੇ ਕਹਿੰਦੇ ਕੀ ਹੋਣਾ ਕੱਖ ਨਹੀਂ ਹੋ ਸਕਦਾ, ਜਿਹੜੇ ਕਹਿੰਦੇ ਕਿ ਭਾਈ ਇੱਥੇ ਲਹੂ ਚਿੱਟਾ ਹੋ ਗਿਆ, ਰਿਸ਼ਤਿਆਂ ਚ ਪਾਣੀ ਪੈ ਗਿਆ, ਸਵਾਰਥ ਵੱਧ ਗਿਆ, $1,00,000 ਸਵਾਰਥ ਚ ਨਿਕਲਿਆ, $1,00,000 ਕਾਹ ਚ ਨਿਕਲਿਆ। ਆ ਖਾਲਸਾ ਏਡ ਵਾਲੇ ਹਰ ਜਗ੍ਹਾ ਦੇ ਉੱਤੇ ਕੰਮ ਕਰ ਚ ਲੱਗੇ। ਅੱਜ ਇੱਕ ਪਿੰਡ ਦੇ ਵਿੱਚ 22-23 ਮੱਝਾਂ ਲੈ ਕੇ ਦੇ ਕੇ ਆਏ ਆ, ਉਹ ਜਿਹੜਾ ਪੁਨਰਵਸੇਵਾ ਮੁੜ ਵਸੇਵਾ ਸਮੇਂ ਦੀਆਂ ਸਰਕਾਰਾਂ ਨੇ ਪਤਾ ਨੀ ਕਦ ਕਰਨਾ ਕਿ ਨਹੀਂ ਕਰਨਾ, ਇਹਨਾਂ ਨੇ ਕੰਮ ਕਰ ਸ਼ੁਰੂ ਵੀ ਕਰ ਲਿਆ। ਦੇਖੋ ਜਿਹੜਾ ਕੰਮ ਕਰਨ ਦਾ ਢੰਗ ਤਰੀਕਾ ਉਹਦੇ ਉੱਤੇ ਲੋਕਾਂ ਨੂੰ ਕੋਈ ਇਤਰਾਜ਼ ਹੀ ਨਹੀਂ। ਲੋਕ ਕਹਿੰਦੇ ਕਿ ਭਾਈ ਸਾਨੂੰ ਤੁਹਾਡੇ ਤੇ ਯਕੀਨ ਆ, ਤੁਸੀਂ ਬਸ ਫੱਟੇ ਚੱਕੀ ਰੱਖੋ, ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਨੂੰ ਵੀ ਲੋੜ ਹੁੰਦੀ ਹੈ ਤਾਂ ਫਿਰ ਆਪਾਂ ਉਧਰਲੇ ਪਾਸੇ ਜਿਹੜਾ ਉਹ ਵੇਖਣਾ ਉਹ ਤਾਂ ਜ਼ਰੂਰੀ ਹੈ ਨਾ। ਹੁਣ ਹੋਇਆ ਦੇਖੋ ਕੀ ਹੈ ਕਿ ਪੰਜਾਬ ਦੇ ਵਿੱਚ ਹੜ ਆ ਗਿਆ। ਕਪਤਾਨ ਸਾਹਿਬ ਹੁਣ ਕਹਿੰਦੇ 2,000 crore ਦਾ ਨੁਕਸਾਨ ਹੋ ਗਿਆ, 4.5 crore ਰੁਪਈਆ ਆਪਾਂ ਦੇ ਦਿੰਦੇ ਹਾਂ। 3 ਜ਼ਿਲ੍ਹੇ ਜਿਹੜੇ ਆ ਰੋਪੜ, ਕਪੂਰਥਲਾ ਤੇ ਜਲੰਧਰ ਉਹਨਾਂ ਨੂੰ 1 crore, ਮੋਗਾ, ਫਿਰੋਜ਼ਪੁਰ ਉਹਨਾਂ ਨੂੰ 50-50 lakh ਰੁਪਈਆ ਕਿ ਤੁਸੀਂ ਆਪਦਾ ਕੰਮ ਕਰ ਜਿਹੜਾ ਉਹ ਹੁਣ ਚੰਗੇ ਤਰੀਕੇ ਪਹਿਲਾਂ ਤੋਰ ਲਓ, ਉਹਦੇ ਤੋਂ ਬਾਅਦ ਵੇਖਾਂਗੇ ਕਿ ਬਾਕੀ ਕਹਾਣੀਆਂ ਜਿਹੜੀਆਂ ਉਹ ਚੱਲਦੀਆਂ ਕਿੱਧਰਲੇ ਪਾਸੇ ਨੂੰ ਨੇ। ਹੁਣ ਇਹ ਵੀ ਗੱਲ ਸਾਨੂੰ ਜਿਹੜਾ ਉਹ ਚੰਗੇ ਤਰੀਕੇ ਸਮਝ ਲੈਣੀ ਪਏਗੀ ਕਿ ਇੱਥੇ ਆ ਕੇ ਹੁਣ ਕੁਝ ਚੀਜ਼ਾਂ ਜੇ ਆਪਾਂ ਛੱਡ ਦਈਏ, ਤਿਆਗ ਦਈਏ ਤਾਂ ਚੰਗਾ ਜੀ। ਹੁਣ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਕੀ ਹੈ ਕਿ ਸਾਨੂੰ ਹੁਣ ਇੱਕ ਤਾਂ ਫੁਕਰੀਆਂ ਮਾਰਨੀਆਂ ਛੱਡਣੀਆਂ ਚਾਹੀਦੀਆਂ, ਕੱਲੀਆਂ ਗੱਲਾਂ ਕਰਨੀਆਂ ਛੱਡਣੀਆਂ ਚਾਹੀਦੀਆਂ, ਕਿਉਂਕਿ ਕਪਤਾਨ ਸਾਹਿਬ ਖੁਦ ਮੰਨਿਆ ਕਿ 1,400 ਘਰ ਪੂਰੀ ਤਰ੍ਹਾਂ ਢਹਿ ਗਏ, ਉਹ ਖੁਦ ਮੰਨਿਆ ਕਿ 4,000 ਤੋਂ ਬਾਅਦ ਪਸ਼ੂ ਲਵੇਰੇ ਜਿਹੜੇ ਆ ਉਹ ਉਹਨਾਂ ਮੌਤ ਦੇ ਮੂੰਹ ਚਲੇ ਗਏ, ਉਹ ਖੁਦ ਮੰਨਿਆ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 3 ਲੋਕ ਜਿਹੜੇ ਉਹ ਜ਼ਖਮੀ ਹੋਏ ਆ। ਉਹਨਾਂ ਨੇ 12,000 ਰੁਪਈਆ ਪ੍ਰਤੀ ਏਕੜ ਮੁਆਵਜ਼ੇ ਦਾ ਵੀ ਐਲਾਨ ਕਰ ਦਿੱਤਾ, ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਆ ਸਾਡੀ ਸਰਕਾਰ ਹੈ ਤੇ ਸਾਡੇ ਕੋਲੋਂ ਜਿੰਨਾ ਕੁਝ ਬਣ ਪਾਊਗਾ ਅਸੀਂ ਕਰਾਂਗੇ। ਆ ਜਿਹੜਾ 12,000 acre ਦਾ ਮੁਆਵਜ਼ਾ ਉਹਦੇ ਵਿੱਚੋਂ 7,000 ਕੇਂਦਰ ਸਰਕਾਰ ਦਾ ਤੇ 5,000 ਜਿਹੜਾ ਉਹ ਸੂਬੇ ਦੀ ਸਰਕਾਰ ਨੇ ਆਪ ਪਾਇਆ। ਸੋ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਨੇ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਕਿਹੋ ਜਿਹਾ ਰਹਿੰਦੇ ਆ, ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਮੁੜ ਵਸੇਵੇ ਦੇ ਜਿਹੜੇ ਕਾਰਜ ਨੇ ਉਹ ਕਿੰਨਾ ਕੁ ਲੰਬਾ ਸਮਾਂ ਤੇ ਕਿੰਨਾ ਕੁ ਠੀਕ ਢੰਗ ਨਾਲ ਚੱਲਦੇ ਆ, ਉਹ ਸਾਰੀਆਂ ਚੀਜ਼ਾਂ ਜਦੋਂ ਕਿਤੇ ਨਾ ਕਿਤੇ ਇੱਕ ਜਗ੍ਹਾ ਦੇ ਉੱਤੇ ਇਕੱਠੀਆਂ ਹੋਣਗੀਆਂ ਫਿਰ ਪਤਾ ਲੱਗੂਗਾ ਕਿ ਭਾਈ
ਕੀ ਕੁਝ ਕਰ ਦਿੱਤਾ ਤੇ ਕੀ ਕੁਝ ਅਜੇ ਤੱਕ ਬਾਕੀ ਪਿਆ ਜੀ। ਬਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਵਾਸਤੇ, ਤੇ ਕੱਲ ਫੇਰ ਅਸੀਂ ਸਾਂਝ ਪਾਉਣੇ ਆ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਸੁਖਨੈਬ ਜੀ, ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਸ਼ੁਭ ਸ਼ਾਮਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ ਬਰ ਸਾਹਿਬ। ਤੇ ਸਰੋਤੇ ਸੱਜਣਾਂ ਨੂੰ ਮੈਂ ਦੱਸ ਦਿਆਂ ਕਿ ਇਸ ਤੋਂ ਬਾਅਦ